ਸੰਗਤ ਜੀ ਸਭ ਆਪਣੀ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਰਾਮ ਸਿੰਘ ਜੀ ਇੱਕ ਵਾਰ ਫੇਰ ਰਸਨਾ ਨੂੰ ਪਵਿੱਤਰ ਕਰੀਏ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਹਾਜ਼ਰਾ ਹਜੂਰ ਸਤਗੁਰੂ ਨੂੰ ਯਾਦ ਕਰ ਲਈਏ ਸਭ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਸਾંગਤ ਜੀ ਆਪ ਜੀ ਇਤਿਹਾਸ ਸਰਵਨ ਕਰ ਰਹੇ ਸੀ ਸ੍ਰੀ ਸਤਗੁਰੂ ਰਾਮ ਸਿੰਘ ਜੀ ਦਾ ਸ੍ਰੀ ਸਤਗੁਰੂ ਰਾਮ ਸਿੰਘ ਜੀ ਖਾਲਸਾ ਪੰਥ ਦੀ ਸਜਣਾ ਕੀਤੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਸਿੱਖੀ ਨੂੰ ਮੁੜ ਤੋਂ ਸਰਜੀਤ ਕੀਤਾ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸਤਗੁਰੂ ਰਾਮ ਸਿੰਘ ਜੀ ਸਿੱਖੀ ਦੀ ਸਥਾਪਨਾ ਕੀਤੀ 12 ਅਪ੍ਰੈਲ 1857 ਨੂੰ ਸ੍ਰੀ ਭੈਣੀ ਸਾਹਿਬ ਵਿਖੇ ਵਿਸਾਖੀ ਵਾਲਾ ਦਿਨ ਸੀ ਪਰ ਉਸ ਉਸ ਦਿਨ ਵਿਸਾਖੀ 12 ਤਰੀਕ ਦੀ ਸੀ ਥਿੱਤਾਂ ਦੇ ਹਿਸਾਬ ਨਾਲ ਇਹ ਅੱਗੇ ਵਿਸ਼ੇ ਅੰਗਰੇਜ਼ੀ ਡੇਟਾਂ ਜਿਹੜੀਆਂ ਨੇ ਉਹ ਹੁੰਦੀਆਂ ਰਹਿੰਦੀਆਂ ਨੇ ਸਾ ਸੰਗਤ ਜੀ ਸਤਗੁਰੂ ਰਾਮ ਸਿੰਘ ਜੀ ਜਦੋਂ ਖਾਲਸਾ ਪੰਥ ਦੀ ਸਜਣਾ ਕੀਤੀ ਭਾਈ ਰਾਏ ਸਿੰਘ ਜੀ ਨੂੰ ਹਜ਼ੂਰ ਸਾਹਿਬ ਤੇ ਜਾ ਗੁਰੂ ਸਾਹਿਬ ਨੇ ਇੱਕ ਕਵੀ ਲਿਖਦਾ ਰਾਇ ਸਿੰਘ ਤਾਈ ਗੁਰੂ 12ਵੇਂ ਨੇ ਕੀਤਾ ਪ੍ਰੇਮ ਦੇ ਨਾਲ ਫਰਮਾਨ ਸੋਣਾ ਜਾਓ ਹਜ਼ੂਰ ਸਾਹਿਬ ਦੀ ਯਾਤਰਾ ਨੂੰ ਗੁਰੂ ਧਾਮ ਪਰਸੋ ਕਰ ਸਨਮਾਨ ਸੋਣਾ ਗੁਪਤ ਹੋਣ ਦਾ ਕੌਤਕ ਵਰਤਾਇਆ ਜਿੱਥੇ ਕਲਗੀ ਵਾਲੇ ਕਨਾਤਾਂ ਨੂੰ ਤਾਣ ਸੋਣਾ ਤੇ ਕਥਾ ਆਦ ਗ੍ਰੰਥ ਦੀ ਕਰਿਓ ਜਾ ਕੇ ਲੋਕੀ ਕਹਿਣ ਆਇਆ ਵਿਦਵਾਨ ਸੋਣਾ ਪਰ ਮੰਤਬ ਅਸਲ ਸਾਡਾ ਉੱਥੇ ਭੇਜਨੇ ਦਾ ਗੁਰੂ ਦਸਮ ਦੀ ਰਹਿਤ ਲਿਖ ਲਿਆਵਣੀ ਜੇ ਜਿਹੜੀ ਰੀਤੀ ਮਰਜ਼ਾਦਾ ਪ੍ਰਚਲਿਤ ਉੱਥੇ ਤੂੰ ਸਾਨੂੰ ਹੂਬ ਹੂ ਲਿਆ ਸੁਨਾਵਣੀ ਜੇ ਗੁਰੂ ਰਾਮ ਸਿੰਘ ਜੀ ਨੇ ਭਾਈ ਰਾਏ ਸਿੰਘ ਜੀ ਨੂੰ ਹਜ਼ੂਰ ਸਾਹਿਬ ਸਿਰਫ ਇਸ ਕਰਕੇ ਭੇਜਿਆ ਸੀ ਕਿ ਜਿਹੜੀ ਗੁਰੂ ਸਾਹਿਬ ਜੀ ਦੀ ਮਰਜ਼ਾਦਾ ਸੀ ਦਸਮ ਪਾਤਸ਼ਾਹ ਜੀ ਦੀ ਉਹ ਉੱਥੇ ਰਹਿ ਕੇ ਕੋਈ ਵੀ ਮਰਜ਼ਾਦਾ ਤੁਸੀਂ ਇੱਕ ਦਿਨ ਵਿੱਚ ਦੋ ਦਿਨ ਹਫ਼ਤੇ 10 ਦਿਨਾਂ ਵਿੱਚ ਨਹੀਂ ਲਿਖ ਸਕਦੇ ਦੇਖ ਸਕਦੇ ਸੱਚ ਪਾਸ਼ਾ ਜੀ ਹੁਕਮ ਕੀਤਾ ਸੀ ਕਿ ਘੱਟੋ-ਘੱਟ 2-3 ਮਹੀਨੇ ਰਹਿਣਾ ਹੈ 3 ਮਹੀਨੇ ਰਹਿਣ ਤੋਂ ਬਾਅਦ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਹੁਣ ਤੁਸੀਂ ਭੋਗ ਪਾਉਣਾ ਹੈ ਜਦੋਂ ਭੋਗ ਪਾਣਾ ਹੈ ਉਦੋਂ ਸ੍ਰੀ ਗੁਰੂ ਆਦ ਗ੍ਰੰਥ ਸਾਹਿਬ ਜੀ ਨੂੰ ਸੰਗਤ ਵਿੱਚ ਕਿਸ ਤਰ੍ਹਾਂ ਪ੍ਰਕਾਸ਼ ਕਰਨਾ ਹੈ ਸੰਗਤ ਵਿੱਚੋਂ ਲੈ ਕੇ ਕਿਸ ਤਰ੍ਹਾਂ ਜਾਣਾ ਹੈ ਉਸ ਤੋਂ ਬਾਅਦ ਕੋਈ ਵੀ ਹੋਰ ਮਰਜ਼ਾਦਾ ਆ ਜਵੇਂ ਸਤਿਗੁਰੂ ਪ੍ਰਤਾਪ ਸਿੰਘ ਦਾ ਉਪਦੇਸ਼ ਵਿੱਚ ਹੁੰਦਾ ਹੈ ਕਿ ਮੈਂ ਹਜੂਰ ਸਾਹਿਬ ਗਿਆ ਤੇ ਜਦੋਂ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਸੀ ਤੇ ਸਾਰੀ ਸੰਗਤ ਇੱਕ ਦੂਜੇ ਦੇ ਪੈਰੀਂ ਹੱਥ ਲਾਉਂਦੇ ਸਨ ਅਰਦਾਸ ਤੋਂ ਬਾਅਦ ਵਿੱਚ ਇਸ ਤਰ੍ਹਾਂ ਦਾ ਸੱਚ ਪਾਸ਼ਾ ਜੀ ਹੁਕਮ ਕਰਦੇ ਨੇ ਮੈਂ ਦੇਖਿਆ ਜਿਹੜਾ ਲੰਗਰੀ ਸਿੰਘ ਹੈ ਉਹ ਹਜੂਰ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਸਵਾ ਪੈ ਰਿੰਦਿਆਂ ਭਾਵ 1:3 2 ਵਜੇ ਉੱਠ ਕੇ ਇਸ਼ਨਾਨ ਕਰਦਾ ਤੇ ਜਿਹੜੇ ਗੁਰੂ ਸਾਹਿਬ ਦੇ ਸ਼ਸਤਰ ਸਨ ਫਿਰ ਉਹਨਾਂ ਦੀ ਪੂਜਾ ਕਰਦਾ ਪੂਜਾ ਤੋਂ ਭਾਵ ਇਹ ਨਹੀਂਗਾ ਕਿ ਉਹ ਪੂਜਾ ਇਸ ਤਰ੍ਹਾਂ ਉਹਨਾਂ ਦੀ ਸਾਫ ਸਫਾਈ ਕਰਦਾ ਹੈ ਉਹਨਾਂ ਨੂੰ ਚੌਰ ਕਰਦਾ ਉਹ ਸਤਿਪਾਤਸ਼ਾ ਜੀ ਨੇ ਉਹਨਾਂ ਨਾਲ ਜਦੋਂ ਬਚਨ ਬਲਾ ਸ਼ੁਰੂ ਕੀਤੇ ਉਹ ਦੱਸਦੇ ਨੇ ਕਿ ਇੱਕ ਦਿਨ ਮੈਂ ਉਹਨਾਂ ਸ਼ਸਤਰਾਂ ਦੀ ਹਰ ਰੋਜ਼ ਸਾਫ ਸਫਾਈ ਕਰਦਾ ਸੀ ਦੀ ਸੇਵਾ ਕਰਦਾ ਸੀ ਮੈਂ ਇੱਕ ਦਿਨ ਬੈਠਾ ਬਿਠਾ ਨਾਮ ਜਪ ਰਿਹਾ ਤੇ ਨਾਮ ਜਪਦੇ ਜਪਦੇ ਮੈਨੂੰ ਨੀਂਦ ਲਾ ਨੀਂਦ ਦਾ ਹਲਕਾ ਜਿਹਾ ਹਲਕਾ ਆ ਗਿਆ ਭਾਵ ਇੱਕ ਝੋਕਾ ਆਇਆ ਛੋਟਾ ਜਿਹਾ ਬੈਠੇ ਨੂੰ ਨੀਂਦ ਦਾ ਮੈਂ ਸੋਚਿਆ ਕਿ ਮੈਂ ਕਿਹੜਾ ਸੁੱਤਾ ਆ ਉਹ ਹੰਦੇ ਮੈਂ ਇਸ਼ਨਾਨ ਨਾ ਕੀਤਾ ਦੁਬਾਰਾ ਜਦੋਂ ਇਸ਼ਨਾਨ ਨਾ ਕੀਤਾ ਤੇ ਜਿਹੜੇ ਸ਼ਸਤਰ ਮੈਂ ਰੋਜ਼ ਸਾਹਮਦਾ ਸੀ ਆਪਣੇ ਹੱਥੀ ਉਸ ਦਿਨ ਮੇਰੇ ਹੱਥਾਂ ਨੂੰ ਸ਼ਸਤਰਾਂ ਦੇ ਨਾਲ ਟੱਕ ਲੱਗ ਗਿਆ ਤੇ ਖੂਨ ਵਗਣ ਲੱਗ ਗਿਆ ਪਾਪ ਗੁਰੂ ਸਾਹਿਬ ਨੇ ਸਮਝਾਇਆ ਕਿ ਤੂੰ ਰਹਿਤ ਵਿੱਚ ਫਰਕ ਪਾ ਦਿੱਤਾ ਹੈ ਗੁਰੂ ਸਾਹਿਬ ਦੀ ਮਰਜ਼ਾਦਾ ਬਹੁਤ ਸਖਤ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਵਿੱਚ ਗੁਰੂ ਸਾਹਿਬ ਬਰਾਜਮਾਨ ਨੇ ਇੱਕ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਅਸਣ ਲੱਗਾ ਹੈ ਗੁਰੂ ਸਾਹਿਬ ਬਰਾਜਮਾਨ ਨੇ ਦੂਸਰੇ ਪਾਸੇ ਬਰਾਬਰ ਪਾਲਕੀ ਲੱਗੀ ਹੈ ਉਹਦੇ ਵਿੱਚ ਸ਼ਸਤਰ ਪਏ ਨੇ ਇੱਕ ਸਿੱਖ ਸੱਚ ਪਾਸ਼ਾ ਹੀ ਚੋਰੀ ਕਰ ਰਿਹਾ ਇੱਕ ਸ਼ਸਤਰਾਂ ਨੂੰ ਚੋਰੀ ਕਰ ਰਿਹਾ ਗੁਰੂ ਸਾਹਿਬ ਸ਼ਸਤਰਾਂ ਦਾ ਵੀ ਪੂਰਾ ਸਤਿਕਾਰ ਕਰਦੇ ਸਨ ਕਿ ਇਹਨਾਂ ਸ਼ਸਤਰਾਂ ਨਾਲ ਹੀ ਅਸੀਂ ਆਪਣਾ ਖਾਲਸਾ ਸਥਾਪਿਤ ਕੀਤਾ ਇਹਨਾਂ ਸ਼ਸਤਰਾਂ ਨਾਲ ਅਸੀਂ ਰਾਜ ਸਥਾਪਿਤ ਕਰਨਾ ਹੈ ਇਹ ਸ਼ਸਤਰ ਸ਼ਕਤੀ ਨੇ ਇਸ ਕਰਕੇ ਗੁਰੂ ਸਾਹਿਬ ਬਹੁਤ ਸਤਿਕਾਰ ਕਰਦੇ ਸਨ ਕਿਸੇ ਨੂੰ ਹੁਕਮ ਕਰਦੇ ਸਨ ਵੀ ਕੋਈ ਵੀ ਅੰਗੈਲੀ ਨਹੀਂ ਕਰਨੀ ਸਤਿਗੁਰੂ ਪ੍ਰਤਾਪ ਸਿੰਘ ਜੀ ਹੁਕਮ ਕਰਦੇ ਨੇ ਫਿਰ ਅਸੀਂ ਉਹਨਾਂ ਤੋਂ ਸਾਰੀ ਮਰਜ਼ਾਦਾ ਜਾਣਨ ਦੀ ਕੋਸ਼ਿਸ਼ ਕੀਤੀ ਮੈਂ ਆਪ ਜਦੋਂ ਗੁਰੂ ਸਾਹਿਬ ਹੁਕਮ ਕਰਦੇ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਿ ਉਹ ਕਹਿੰਦਾ ਕਿ ਮੇਰਾ ਲਾਂਗਰੀ ਵਖਰਾ ਹੈ ਮੈਂ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਦਾ ਸਚਪਾਸ਼ਾ ਜੀ ਹੁਕਮ ਕੀਤਾ ਤੁਸੀਂ ਕਿਉਂ ਨਹੀਂ ਛਕਦੇ ਉਹ ਕਹਿੰਦੇ ਜੀ ਜਿਹੜੇ ਪੰਜਾਬ ਤੋਂ ਕਈ ਸਰੀਰ ਆਉਂਦੇ ਨੇ ਉਹ మాਸ ਵੀ ਖਾ ਲੈਂਦੇ ਨੇ ਤੇ ਉਹ ਆਣ ਕੇ ਲੰਗਰ 'ਚ ਹੱਥ ਲਾ ਦਿੰਦੇ ਨੇ ਸੇਵਾ ਕਰਦੇ ਨੇ ਵੀ ਜੀ ਮੈਂ ਵੀ ਵਰਤਣਾ ਹੈ ਮੈਂ ਸੇਵਾ ਕਰਨੀ ਹੈ ਅਸੀਂ ਉਹਨਾਂ ਨੂੰ ਰੋਕਣੀ ਪਾਉਂਦੇ ਪਰ ਇਸ ਕਰਕੇ ਅਸੀਂ ਫਿਰ ਉਸ ਲੰਗਰ ਦਾ ਪ੍ਰਸ਼ਾਦਾ ਵੀ ਨਹੀਂ ਛਕਦੇ ਇਹ ਜਿਹੜੀ ਮਰਜ਼ਾਦਾ ਆ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਏ ਅੱਜ ਉੱਥੇ ਬਹੁਤ ਪਤਿਤ ਹੋ ਚੁੱਕੇ ਕਿ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਬੜਾ ਫਰਕ ਪਿਆ ਗਿਆ ਮਰਜ਼ਾਦਾ ਦਾ ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਭਾਵ 1958 ਤੋਂ ਪਹਿਲਾਂ ਦਾ ਬਚਨ ਆ 58 ਤੋਂ ਵੀ ਆਪਾਂ ਕਹਿ ਸਕੀਏ 47 ਤੋਂ ਪਹਿਲਾਂ ਦਾ ਵੀ ਸ਼ਾਇਦ ਹੋ ਸਕਦਾ ਹੋਵੇ ਕਹਿੰਦਾ ਭਾਵ ਕਿ ਇਹ 80 ਸਾਲ ਪੁਰਾਣੀ 90 ਸਾਲ ਪੁਰਾਣੀ ਤੱਕ ਵੀ ਉੱਥੇ 100 ਸਾਲ ਪਹਿਲਾਂ ਤੱਕ ਵੀ ਇਸ ਤਰ੍ਹਾਂ ਦੀ ਮਰਜ਼ਾਦਾ ਸੀ ਇੰਨੀ ਸਖਤ ਤੇ ਜਦੋਂ ਸਤਗੁਰੂ ਰਾਮ ਸਿੰਘ ਜੀ ਨੇ ਭਾਈ ਰਾਏ ਸਿੰਘ ਜੀ ਨੂੰ ਭੇਜਿਆ ਸੀ ਉਦੋਂ ਵੀ ਉੱਥੇ ਮਰਜਾਦਾ ਬਹੁਤ ਪੂਰਨ ਸਹੀ ਮਰਜਾਦਾ ਸੀ ਇਸ ਕਰਕੇ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕਿ ਭਾਈ ਰਾਏ ਸਿੰਘ ਜੀ ਨੂੰ ਕਿ ਤੁਸੀਂ ਜਾਓ ਜਾ ਕੇ ਉੱਥੇ ਰਹਿ ਕੇ ਮਰਜਾਦਾ ਲਿਖ ਕੇ ਲਿਆਓ ਕਿ ਜਦੋਂ ਕੋਈ ਸਰੀਰ ਚੜਾਈ ਕਰਦਾ ਹੈ ਉਦੋਂ ਕੀ ਮਰਜਾਦਾ ਆ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਉਦੋਂ ਕੀ ਮਰਜਾਦਾ ਆ ਕਿਉਂਕਿ ਮਰਜਾਦਾ ਜਿਹੜੀ ਉਹ ਕੁਝ ਹਫ਼ਤਿਆਂ ਦਸਾਂ ਦਿਨਾਂ ਵਿੱਚ ਦਿਨਾਂ ਵਿੱਚ ਨਹੀਂ ਪਤਾ ਲੱਗ ਸਕਦੀ ਸਾਰੀ ਮਰਜਾਦਾ ਇਸ ਕਰਕੇ ਭਾਈ ਰਾਏ ਸਿੰਘ ਜੀ ਸਾਢੇ 3 ਮਹੀਨੇ ਰਹਿ ਕੇ ਫਿਰ ਉਥੋਂ ਪੈਣੀ ਸਾਹਿਬ ਵੱਲ ਨੂੰ ਚੱਲਦੇ ਨੇ ਗੁਰੂ ਸਾਹਿਬ ਨੇ ਜਿਹੜਾ ਹੁਕਮ ਕੀਤਾ ਸੀ ਨਾ ਕਿ ਉਥੋਂ ਭੇਟਾ ਨਹੀਂ ਲੈਣੀ ਜਿੰਨੀ ਵੀ ਭੇਟਾ ਚੜੇਗੀ ਉਹ ਉੱਥੇ ਹੀ ਮੱਥਾ ਟੇਕ ਕੇ ਆਉਣੀ ਹੈ ਇਸੇ ਤਰ੍ਹਾਂ ਹੀ ਭਾਈ ਰਾਏ ਸਿੰਘ ਜੀ ਸਾਧ ਸੰਗਤ ਜੀ 1500 1600 ਕਿਲੋਮੀਟਰ ਦਾ ਸਫ਼ਰ ਆ ਪੈਣੀ ਸਾਹਿਬ ਤੋਂ ਹਜ਼ੂਰ ਸਾਹਿਬ ਦੇ ਗੁਰਦੁਆਰੇ ਦਾ 15-1600 ਦਾ ਤਕਰੀਬਨ ਕਿਲੋਮੀਟਰ ਦਾ ਸਫ਼ਰ ਬਿਨਾ ਰਾਤ ਸੁੱਤਿਆਂ ਜੇ ਤੁਰ ਕੇ ਜਾਣਾ ਹੋਵੇ ਤੇ 13 ਦਿਨ ਲੱਗਦੇ ਨੇ ਤੁਸੀਂ ਇਹ حساب ਲਾ ਲਓ ਕਿ ਭਾਈ ਰਾਏ ਸਿੰਘ ਜੀ ਘਟੋ ਘਟ ਰੋਜ਼ ਸੋਣਾ ਵੀ ਹੈ ਇੰਨਾ ਸਫਰ ਕਰਕੇ ਸਰੀਰ ਵੀ ਥੱਕਦਾ ਹੈ ਆਪਣਾ ਪ੍ਰਸ਼ਾਦਾ ਹੁਕਮ ਹੋਇਆ ਸੀ ਰਸਤੇ ਵਿੱਚ ਆਪਣਾ ਪ੍ਰਸ਼ਾਦਾ ਆਪ ਪਕਾ ਕੇ ਛਕਣਾ ਹੈ ਸ਼ਾਮ ਨੂੰ ਰਹਿਰਾਸ ਕੀਰਤਨ ਸੋਲੇ ਦਾ ਪਾਠ ਕਰਨਾ ਹੈ ਸਵੇਰੇ ਵੀ ਪਾਠ ਕਰਨਾ ਹੈ ਆਪਣਾ ਇਹਨਾਂ ਭਜਨ ਬਾਣੀ ਵੀ ਕਰਨਾ ਹੈ ਭਾਈ ਰਾਏ ਸਿੰਘ ਜੀ ਇਸੇ ਮਰਜਾਦਾ ਨੂੰ ਧਾਰਨ ਕਰਦੇ ਗਏ ਸਨ ਉਸੀ ਮਰਜ਼ਾਦਾਰ ਨੂੰ ਧਾਰਨ ਕਰਦੇ ਉਹਨਾਂ ਨੇ ਵਾਪਸ ਆਉਣਾ ਸੀ ਹੁਣ ਉਹ ਘੱਟੋ ਘੱਟ ਉਹਨਾਂ ਨੂੰ ਕੋਈ 20 25 ਦਿਨ ਤੇ ਲੱਗੇ ਹੀ ਹੋਣਗੇ ਜਾਣ ਨੂੰ ਮਹੀਨਾ ਵੀ ਹੋ ਸਕਦਾ ਲੱਗਿਆ ਹੋਵੇ ਕਿਉਂਕਿ ਪ੍ਰਸ਼ਾਦਾ ਵੀ ਆਪਣਾ ਆਪ ਤਿਆਰ ਕਰਨਾ ਹੈ ਹਰ ਰੋਜ਼ ਉਹਨਾਂ ਟਾਈਮ ਵਾਪਸ ਆਉਣ ਨੂੰ ਲੱਗਿਆ ਉਹਨਾਂ ਨੂੰ ਤਾਂ ਸਿਆਨ ਉਹ ਸਿੱਖ ਸਿਦਕੀ ਉਸ ਇਲਾਕੇ ਨੂੰ ਤੇ ਲੋਕ ਕੱਲਾ ਜਾਂਦਾ ਹੀ ਨਹੀਂ ਸੀ ਜਦੋਂ ਵੀ ਜਾਂਦਾ ਸੀ ਕਾਫਲਾ ਜਾਂਦਾ ਸੀ ਗਰੁੱਪ ਬਣ ਕੇ ਜਾਂਦੇ ਸੀ 50 ਸਰੀਰਾਂ ਦਾ 100 ਸਰੀਰਾਂ ਦਾ ਇਸ ਕਰਕੇ ਹੀ ਉਹ ਠੱਗ ਕਹਿੰਦਾ ਸੀ ਕਿ ਤੂੰ ਕੱਲਾ ਤੇ ਕੱਲਾ ਕਿਸ ਤਰ੍ਹਾਂ ਆ ਗਿਆ ਉਹ ਕਹਿੰਦਾ ਮੈਂ ਕੱਲਾ ਨਹੀਂ ਮੇਰੇ ਨਾਲ ਮੇਰੇ ਸਤਿਗੁਰ ਦਾ ਹੁਕਮ ਹੈ ਮੇਰਾ ਸਤਿਗੁਰ ਮੇਰੇ ਨਾਲ ਆ ਮੈਂ ਕੱਲਾ ਨਹੀਂ ਇਹ ਇਸ ਤਰ੍ਹਾਂ ਦੇ ਸਿੱਧਕੀ ਸਿੱਖ ਜਿਨ੍ਹਾਂ ਨੇ ਬਚਨ ਮੰਨ ਕੇ ਉਸੇ ਵੇਲੇ ਤੁਰ ਪਏ ਸਤਿਪੰਥ ਜੀ ਇਹ ਅਗੋਂ ਕਿੰਤੂ ਪ੍ਰੰਤੂ ਹੀ ਨਹੀਂ ਕੀਤਾ ਕਿ ਹਜੂਰ ਸਾਹਿਬ ਇੰਨੀ ਦੂਰ ਹੈ ਮੈਂ ਕਿਸ ਤਰ੍ਹਾਂ ਜਾਵਾਂਗਾ ਗੁਰੂ ਸਾਹਿਬ ਜਦੋਂ ਰੱਖਿਆ ਹੋਈ ਸਾਰੀ ਆਪਜੀ ਕੱਲ ਵੀ ਮੈਂ ਸੁਣਾਇਆ ਸੀ ਸਭ ਆਪਜੀ ਨੂੰ ਪਤਾ ਹੈ ਜਦੋਂ ਪਾਈ ਰਾਜ ਸਿੰਘ ਜੀ ਵਾਪਸ ਆ ਜਾਂਦੇ ਨੇ ਉਹ ਵਾਪਸ ਆਣ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਇਹ ਸਾਰੀ ਮਰਜ਼ਾਦਾ ਜਿਹੜੀ ਲਿਖ ਕੇ ਲਿਆਏ ਸੀ ਉਹ ਦੱਸਦੇ ਨੇ ਫੇਰ ਗੁਰੂ ਸਾਹਿਬ ਨੇ ਉਸ ਮਰਜ਼ਾਦਾ ਨੂੰ ਪ੍ਰਚਲਿਤ ਕੀਤਾ ਜਿਹੜੀ ਪੰਜਾਬ ਵਿੱਚੋਂ ਕਿਸੇ ਕੋਲੋਂ ਵੀ ਨਹੀਂ ਸਨ ਮਿਲੀ ਢਾਈ ਸਿੱਖ ਮਿਲੇ ਸਨ ਸਿਰਫ ਪੰਜਾਬ ਦੇ ਇਲਾਕੇ ਵਿੱਚੋਂ ਮਰਜ਼ਾਦਾ ਵਾਲੇ ਕਿਉਂਕਿ ਜਿਹੜੀ ਆਪਣੀ ਮਰਜ਼ਾਦਾ ਸੀ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦੀ ਉਹ ਮਰਜ਼ਾਦਾ ਅਮਰਤ ਛਕਾਉਣ ਵਾਲੀ ਨਹੀਂ ਸੀ ਉਹ ਖੁੱਲੀ ਮਰਜ਼ਾਦਾ ਸੀ ਉਹਦੇ ਵਿੱਚ ਸਹਿਜਤਾਰੀ ਜਿਹੜਾ ਸਿੱਖ ਹੁੰਦਾ ਜਿਸ ਤਰ੍ਹਾਂ ਉਹਦੀ ਮਰਜ਼ਾਦਾ ਹੁੰਦੀ ਉਹ ਇਸ ਤਰ੍ਹਾਂ ਦੀ ਮਰਜ਼ਾਦਾ ਸੀ ਪਰ ਜਿਹੜੀ ਪੂਰਨ ਮਰਜ਼ਾਦਾ ਸੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਉਸ ਮਰਜ਼ਾਦਾ ਵਾਲੇ ਸਿਰਫ ਢਾਈ ਸਿੱਖ ਹੀ ਮਿਲੇ ਸਨ ਮੈਂ ਅੱਗੇ ਜਾ ਕੇ ਆਪ ਜੀ ਦੇ ਚਰਨਾਂ ਚ ਅਰਜ ਬੇਨਤੀ ਕਰਾਂਗਾ ਕਿ ਸੇ ਦਿਨ ਕਿਹੜਾ ਢਾਈ ਸਿੱਖ ਮਿਲੇ ਸਨ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਉਹਨਾਂ ਦੀ ਜੀਵਨੀਆਂ ਜਿਹੜੀਆਂ ਸੀ ਉਹ ਵੀ ਸਾਧ ਸੰਗਤ ਦੇ ਚਰਨਾਂ 'ਚ ਅਰਜ ਬੇਨਤੀ ਕਰਾਂਗੇ ਹੁਣ ਭਾਈ ਰਾਏ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਕੋਲ ਆ ਜਾਂਦੇ ਨੇ ਸਚ ਪਾਤਸ਼ਾਹ ਜੀ ਅੱਗਲ ਵੰਡੀ ਹੋ ਕੇ ਭਾਈ ਰਾਏ ਸਿੰਘ ਨੂੰ ਮਿਲਦੇ ਨੇ ਉਹਦੇ ਮਨ ਦੀ ਮੁਰਾਦ ਪੂਰੀ ਕਰਦੇ ਨੇ ਜਦੋਂ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗਦਾ ਕਿ ਆਪ ਜੀ ਕਿਰਪਾ ਕੀਤੀ ਮੈਨੂੰ ਪਹਿਲਾਂ ਹੀ ਮਿਲ ਗਏ ਦਰਸ਼ਨ ਦੇ ਦਿੱਤੇ ਤੇ ਉਹ ਹੱਲੇ ਸੁਣਾਉਣ ਲੱਗਦਾ ਹੈ ਅੱਗੋਂ ਭਾਈ ਰਾਏ ਸਿੰਘ ਕਿ ਗੁਰੂ ਸਾਹਿਬ ਮੇਰੇ ਨਾਲ ਰਸਤੇ 'ਚ ਇਸ ਤਰ੍ਹਾਂ ਹੋਇਆ ਸ਼ੇਰ ਮਿਲਿਆ ਉਹਨੇ ਹੱਲੇ ਦੱਸਣਾ ਹੀ ਸੀ ਤੇ ਗੁਰੂ ਸਾਹਿਬ ਹੁਕਮ ਕਰਦੇ ਭਾਈ ਰਾਏ ਸਿੰਘ ਫਿਰ ਕੀ ਬਣਿਆ ਪਹ ਪਪਾਲ ਦੇ ਜੰਗਲਾਂ ਵਿੱਚ ਕਿਸ ਤਰ੍ਹਾਂ ਤੇਰੀ ਰੱਖਿਆ ਹੋਈ ਸ਼ੇਰ ਤੋਂ ਪਾਈ ਰਾਏ ਸਿੰਘ ਕਿੰਦਾ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਤੁਹਾਨੂੰ ਤੇ ਸਾਰਾ ਕੁਝ ਹੀ ਪਤਾ ਆ ਮੈਂ ਹੀ ਬਚਨ ਮੈਂ ਸੁਣਾਉਣੇ ਸੀ ਇਹੋ ਬਚਨ ਤੁਸੀਂ ਸੁਣਾ ਰਹੇ ਹੋ ਮੈਨੂੰ ਮਰਜ਼ਾਦਾ ਦਾ ਵੀ ਸਤਿਗੁਰ ਆਰਮ ਸਿੰਘ ਜੀ ਨੂੰ ਸਾਰਾ ਹੀ ਪਤਾ ਸੀ ਪਰ ਇੱਕ ਇਤਿਹਾਸ ਵਿੱਚ ਕਹਿ ਸਕਦੇ ਆ ਇੱਕ ਸਿੱਖਾਂ ਨੂੰ ਵਿਖਾਉਣ ਵਾਸਤੇ ਕਿ ਇਹ ਗੁਰੂ ਸਾਹਿਬ ਦੀ ਮਰਜ਼ਾਦਾ ਹੈ ਇਹ ਮੇਰੇ ਆਪਣੇ ਕੋਲੋਂ ਬਣਾਈ ਹੋਈ ਕੋਈ ਮਰਜ਼ਾਦਾ ਨਹੀਂ ਜੋ ਸਾਡੇ ਗੁਰੂ ਸਾਹਿਬ ਨੇ ਮਰਜ਼ਾਦਾ ਪ੍ਰਚਲਿਤ ਕੀਤੀ ਸੀ ਅਸੀਂ ਉਸੇ ਨੂੰ ਲੈ ਕੇ ਉਸੇ ਸਿੱਖੀ ਨੂੰ ਸਰਜੀਤ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਸਾਜਿਆ ਸੀ ਸਤਗੁਰੂ ਰਾਮ ਸਿੰਘ ਜੀ ਸੰਤ ਖਾਲਸੇ ਦੀ ਸਥਾਪਨਾ ਕੀਤੀ ਹੈ ਸਤਗੁਰੂ ਰਾਮ ਸਿੰਘ ਜੀ ਨੇ ਫਿਰ ਇੱਕ ਰਹਿਤਨਾਮਾ ਲਿਖਿਆ ਮਰਜ਼ਾਦਾ ਨੂੰ ਸਧਾਰਨ ਪਾਸ਼ਾ ਵਿੱਚ ਲਿਖਿਆ ਕਿਉਂਕਿ ਜਦੋਂ ਅਸੀਂ ਮਰਜ਼ਾਦਾ ਪੜਾਂਗੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਉਹ ਬਹੁਤ ਲੰਮੀ ਡਿਟੇਲ ਵਿੱਚ ਲਿਖੀ ਹੋਈ ਹੈ ਇਸ ਕਰਕੇ ਇੱਕ ਥਾਂ ਤੇ 52 ਹੁਕਮ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਹੁੰਦੇ ਨੇ ਮਰਜ਼ਾਦਾ ਦੇ ਉਹ ਇੱਕ ਬਹੁਤ ਲੰਮੀ ਮਰਜ਼ਾਦਾ ਹੈ ਸਗੂ ਰਾਮ ਸਿੰਘ ਜੀ ਉਹ ਸਾਰੀਆ ਮਰਜ਼ਾਦਾ ਨੂੰ ਅਪਣਾਇਆ ਪਰ ਜਿਹੜੀ ਸੱਚ ਪਾਸ਼ਾ ਜੀ ਆਪ ਲਿਖਿਆ ਰਹਿਤ ਨਾਮਾ ਇਹ ਸਤਿਗੁਰੂ ਰਾਮ ਸਿੰਘ ਜੀ ਭੈਣੀ ਸਭ ਸੰਦੋਂ ਜਦੋਂ ਭਾਈ ਰਾਏ ਸਿੰਘ ਜੀ ਮਰਜ਼ਾਦਾ ਲੈ ਕੇ ਆਏ ਜਿਹੜਾ ਆਪਾਂ ਗੁਟਕੇ 'ਚ ਸਭ ਤੋਂ ਪਹਿਲਾਂ ਹੁੰਦਾ ਹੈ ਉਹ ਸਤਿਗੁਰੂ ਰਾਮ ਸਿੰਘ ਜੀ ਲਿਖਿਆ ਹੈ ਮੈਂ ਜੀ ਕੋਸ਼ਿਸ਼ ਕਰਾਂਗਾ ਸਾਧ ਸੰਗਤ ਦੇ ਚਰਨਾਂ 'ਚ ਕਿ ਉਹ ਜਿਹੜੀ ਰਹਿਤ ਮਰਜ਼ਾਦਾ ਹੈ ਗੁਟਕੇ ਵਿੱਚ ਉਹ ਕਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਲਿਖੀ ਮੈਂ ਰਹਿਤ ਨਾਮਾ ਪਾਤਸ਼ਾਹੀ 12ਵੀਂ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਲਿਖਤੂ ਰਾਮ ਸਿੰਘ ਹੋਰ ਸੰਬੂ ਖਾਲਸਾ ਜੀ ਪੈਣੀ ਦਾ ਸਮੂਹ ਖਾਲਸੇ ਜੀ ਕੋ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਬਲਾਈ ਪ੍ਰਮਾਨ ਕਰਨੀ ਜੀ ਹੋਰ ਰਹਿਤਨਾਮਾ ਸਮੂਹ ਸੰਗਤ ਦੇ ਵਾਸਤੇ ਲਿਖਿਆ ਪੈਣੀ ਤੇ ਪਿਛਲੀ ਰਾਤ ਉੱਠ ਕੇ ਗੜਵਾ ਲਜਾਏ ਘਰ ਮਦਾਨੇ ਹੋਏ ਆਉਣਾ ਦੋ ਵਾਰੀ ਗੜਵਾ ਮਾਂਜਣਾ ਮਦਾਨ ਬਸਤਰ ਲਾਹ ਕੇ ਜਾਣਾ ਦਾਤਨ ਕਰਨੀ ਫਿਰ ਇਸ਼ਨਾਨ ਕਰਨਾ ਬਾਣੀ ਪੜਨੀ ਜੇ ਕੰਠ ਨਾ ਹੋਵੇ ਤਾਂ ਕੰਠ ਕਰ ਲੈਣੀ ਸਰਬ ਮਾਈ ਬੀਬੀ ਸਰਬ ਬੁੱਢੇ ਬਾਲੇ ਨੇ ਸਾਧ ਸੰਗਤ ਜੀ ਮੈਂ ਇਹਨਾਂ ਦੀ ਵਿਆਖਿਆ ਮੈਂ ਥੋੜਾ ਜਿਹਾ ਬਾਅਦ ਚ ਕਰਦਾ ਇੱਕ ਰੀ ਇਹ ਪਾਠ ਕਰ ਲਈਏ ਦਾ ਬਾਣੀ ਪੜਨੀ ਜੇ ਕੰਠ ਨਾ ਹੋਵੇ ਤਾਂ ਕੰਠ ਕਰ ਲੈਣੀ ਸਰ ਮਾਈ ਬੀਬੀ ਸਰ ਬੁੱਢੇ ਬਾਲੇ ਨੇ ਜਪ ਜਾਪ ਦੋਹਾਂ ਦੇ ਹਜ਼ਾਰੇ ਕੰਠ ਕਰਨੇ ਰਹਿਰਾਸ ਆਰਤੀ 16 ਇਤਨੀ ਤਾਂ ਜ਼ਰੂਰ ਹੀ ਕੰਠ ਕਰਨੀ ਤਸੀਲ ਸੰਤੋਖ ਸਭ ਨੇ ਰੱਖਣਾ ਭਜਨ ਅਠੇ ਪਹਿਰ ਕਰਨਾ ਗੁਰੂ ਸੱਚੇ ਦਾ ਹੋਰ ਪ੍ਰਾਈਤੀ ਪੈਣ ਆਪਣੀ ਜਾਣਣੀ ਪ੍ਰਾਇਆ ਹੱਕ ਗੁਰੂ ਜੀ ਨੇ ਅੱਗੇ ਹੀ ਲਿਖ ਛੱਡਿਆ ਹੈ ਹੱਕ ਪ੍ਰਾਇਆ ਨਾਨਕਾ ਉਸ ਸੂਰ ਉਸ ਗਾਏ ਜੋ ਕੋਈ ਪੁਛ ਕੇ ਭਜਨ ਨਾ ਕਰੂਗਾ ਉਸ ਦਾ ਮੂੰਹ ਦੋਹੀ ਜਹਾਨੀ ਕਾਲਾ ਹੋਊਗਾ ਹੋਰ ਜੀ ਕਿਸੇ ਨੇ ਮੰਦਾ ਫਿੱਕਾ ਨਹੀਂ ਬੋਲਣਾ ਖਿਮਾ ਕਰਨੀ ਬੋਲ ਕਬੋਲ ਸਹਿ ਜਾਣਾ ਸਬਦਾ ਜੋ ਕੋਈ ਮਾਰੇ ਕੁਛ ਤਾਂ ਵੀ ਖਿਮਾ ਕਰਨੀ ਤੁਸਾਂ ਦਾ ਰਸ਼ਕ ਗੁਰੂ ਹੈ ਹਰ ਵਕਤ ਤੁਸੀਂ ਆਪਣੀ ਛਪਾਈ ਭਲਾਈ ਛਪਾਉਣ ਦੀ ਕਰਨੀ ਹਰ ਦਿਨ ਹਰ ਦਿਨ ਦੀਵਾਨ ਲਾਉਣਾ ਸਬਦ ਕੀਰਤਨ ਕਰਨਾ ਜੇਕਰ ਜਗ ਕਰਨਾ ਹੋਵੇ ਤਾਂ ਚੌਕਾ ਦੇਣਾ ਭਾੜੇ ਕੋਰੇ ਲਿਆਉਣੇ ਚੌਕੇ ਵਿੱਚ ਚਰਨ ਧੋਏ ਕੇ ਬੜਨਾ ਔਰ ਹੋਮ ਵੀ ਕਰਨਾ ਪਹਿਲੇ ਚੌਕਾ ਦੇਣਾ ਹੋਮ ਦੀ ਜਗਾ ਲੱਕੜੀ ਹੋਮ ਵਿੱਚ ਪਲਾਹ ਦੀ ਪਾਉਣੀ ਜਾਂ 베ਰੀ ਦੀ ਪਾਉਣੀ ਫੂਕ ਨਹੀਂ ਮਾਰਨੀ ਹੋਮ ਦੀ ਅੱਗ ਨੂੰ ਪੱਖੀ ਨਾਲ ਚੱਲਣਾ ਪੰਜ ਆਦਮੀ ਹੋਮ ਵਿੱਚ ਪੁੱਥੀਆਂ ਤੋਂ ਬਾਣੀ ਪੜਨੀ ਚੌਪਈ ਜਪ ਜਾਪ ਚੰਡੀ ਤ੍ਰਿ 73 ਅਕਾਲ ਉਸਤਤ 6ਵਾਂ ਆਦਮੀ ਅਹੋਤੀਆਂ ਪਾਵੇ 7ਵਾਂ ਮਗਰੋਂ ਨਾਲ ਹੀ ਜਲਦਾ ਛਿੱਟਾ ਦੇਵੇ ਥੋੜਾ ਥੋੜਾ ਜੇ ਕੋਈ ਮੰਦਾ ਕਰਮ ਕਰੇ ਜਾਰੀ ਚੋਰੀ ਤਾਂ ਕਿਸੇ ਹੀ ਥਾਂ ਦੁਬਾਨ ਵਿੱਚ ਨਹੀਂ ਬੜਨ ਦੇਣਾ ਜੇਕਰ ਜੋਰਾਬਾਰ ਹੋਵੇ ਤਾਂ ਸਭਨਾ ਨੇ ਇਹੋ ਅਰਦਾਸ ਕਰਨੀ ਜੀ ਇਹ ਇੱਥੇ ਆਉਣ ਜੋਗਾ ਹੀ ਨਾ ਰਹੇ ਹੋਰ ਜੀ ਮੇਰੀ ਮਤ ਬਹੁਤ ਥੋੜੀ ਹੈ ਤੁਸੀਂ ਆਪ ਹੀ ਸਭ ਕੁਝ ਸਮਝ ਲੈਣਾ ਜੀ ਹੋਰ ਜੀ ਸਭ ਨੇ ਹੱਥ ਜੋੜਨੇ ਪਰਮੇਸ਼ਰ ਅੱਗੇ ਜੋ ਹੈ ਮਹਾਰਾਜ ਸਾਡਾ ਧਰਮ ਬਣਿਆ ਰਹੇ ਜੀ ਹੋਰ ਕੱਚਾ ਰੱਖਣੀਆਂ ਪਹੁੰਚਾ ਪਾ ਕੇ ਪਹੁੰਚਾ ਲਾਉਣਾ ਹੋਰ ਜੀ ਕਿਸੇ ਨੇ ਮੰਦਾ ਫਿੱਕਾ ਨਹੀਂ ਬੋਲਣਾ ਖਿਮਾ ਕਰਨੀ ਬੋਲ ਕਬੋਲ ਸਹਿਦਾਣਾ ਸਭ ਦਾ ਸਾਧ ਸੰਗਤ ਜੀ ਸਤਿਗੁਰੂ ਰਾਮ ਸਿੰਘ ਜੀ ਜਿਹੜਾ ਬਚਨ ਕੀਤੇ ਨੇ ਹੁਕਮਨਾਮਿਆਂ ਵਿੱਚ ਜਦੋਂ ਅਸੀਂ ਸ਼ਾਸਤਰਾਂ ਨੂੰ ਪੜ੍ਹਦੇ ਹਾਂ ਉਹਨਾਂ ਦੇ ਵਿੱਚ ਇੱਕ ਜ਼ਿਕਰ ਹੁੰਦਾ ਆ ਜਿਹੜੇ ਅਸੀਂ ਆਖਦੇ ਨੇ ਧਰਮ ਅਸੀਂ ਮੈਂ ਕੱਪੜੇ ਪਾ ਲੇ ਕੱਪੜੇ ਪਾ ਕੇ ਮੈਂ ਭੇਸ ਬਦਲ ਲਿਆ ਭਜਨ ਬਾਣੀ ਪੁਛ ਲਿਆ ਸਿਰਫ ਉਹਦੇ ਨਾਲ ਕੱਲਾ ਧਰਮੀ ਨਹੀਂ ਮੰਨਿਆ ਜਾਂਦਾ ਸ਼ਾਸਤਰਾਂ ਵਿੱਚ ਉਹਨਾਂ ਨੇ 10 ਅੱਗੋਂ ਉਹਦੇ ਪੁਆਇੰਟ ਲਿਖੇ ਨੇ ਕਿ ਜਿਹੜਾ ਬੰਦਾ ਉਹਨਾਂ ਦਸਾਂ ਗੱਲਾਂ ਨੂੰ ਅਪਣਾਏਗਾ ਉਹ ਜਿਵੇਂ ਲਿਖਿਆ ਉਹਨਾਂ ਨੇ ਖਿਮਾ ਅਹਿੰਸਾ ਦਇਆ ਮ੍ਰਦ ਸਤਿ ਬਚਨ ਤਪ ਦਾਨ ਸੀਲ ਸੋਜ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਣ ਸਤਿਗੁਰੂ ਰਾਮ ਸਿੰਘ ਜੀ ਨੇ ਜਿਹੜਾ ਆਪਾਂ ਨੂੰ ਰਹਿਤਨਾਮਾ ਹੁਣੀ ਮੈਂ ਪੜ੍ਹਿਆ ਸੀ ਸਾਧ ਸੰਗਤ ਹਜ਼ੂਰ ਵਿੱਚ ਜਿਹੜਾ ਉੱਚ ਲਿਖਿਆ ਨਾ ਸੋਚ ਪਿਛਲੀ ਰਾਤ ਉੱਠ ਕੇ ਗੜਵਾ ਲਜਾਏ ਕਰ ਮਦਾਨੇ ਹੋਏ ਆਉਣਾ ਫਿਰ ਦਾਤਨ ਕਰਨੀ ਇਸ਼ਨਾਨ ਕਰਨਾ ਸਾਧ ਸੰਗਤ ਜੀ ਜਦੋਂ ਅਸੀਂ ਸਧਾਰਨ ਇਸ਼ਨਾਨ ਕਰਦੇ ਹਾਂ ਹਰ ਰੋਜ਼ ਉਹਨੂੰ ਇਸ਼ਨਾਨ ਆਖਿਆ ਜਾਂਦਾ ਹੈ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਜਦੋਂ ਅਸੀਂ ਮਦਾਨ ਜਾਵਾਂਗੇ ਆਪ ਟਾਇਲਟ ਜਾਵਾਂਗੇ ਉਸ ਤੋਂ ਬਾਅਦ ਅਸੀਂ ਦਾਤਨ ਕਰਾਂਗੇ ਬਰਸ਼ ਕਰਾਂਗੇ ਉਸ ਤੋਂ ਬਾਅਦ ਇਸ਼ਨਾਨ ਕਰਾਂਗੇ ਜਦੋਂ ਅਸੀਂ ਇਹ ਤਿੰਨ ਕਾਰਜ ਇਕੱਠੇ ਕਰਾਂਗੇ ਉਹਨੂੰ ਆਖਿਆ ਜਾਂਦਾ ਸੌਚ ਇਸ਼ਨਾਨ ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਰਾਮ ਸਿੰਘ ਜੀ ਮਰਜ਼ਾਦਾ ਲਿਖੀ ਫਿਰ ਹੁਕਮ ਕਰਦੇ ਨੇ ਬਾਣੀ ਪੜ੍ਹਨੀ ਜੇ ਕੰਠ ਨਾ ਹੋਵੇ ਤਾਂ ਕੰਠ ਕਰ ਲੈਣੀ ਭਾਵ ਗੁਰਬਾਣੀ ਨਾਲ ਸਚਪਾਸ਼ਾ ਜੀ ਮਰਜ਼ਾਦਾ ਵਿੱਚ ਪ੍ਰੋਪਰ ਲਿਖ ਕੇ ਹੁਕਮ ਕੀਤਾ ਹੈ ਕਿ ਗੁਰਬਾਣੀ ਨਾਲ ਵੀ ਬੱਚਿਆਂ ਨੂੰ ਜੋੜਨਾ ਯਾਦ ਕਰਨੀ ਜਦੋਂ ਤੁਸੀਂ ਯਾਦ ਕਰ ਲੈਂਦੇ ਹੋ ਫਿਰ ਹੁਕਮ ਕਰਦੇ ਨੇ ਇੱਕ ਥਾਂ ਦੇ ਹੁਕਮਨਾਮੇ 'ਚ ਲਿਖ ਕੇ ਆਉਂਦਾ ਹੈ ਵੀ ਕੰਠੋ ਵੀ ਕਰਨੀ ਤੇ 4-5 ਦਿਨ ਪਾਏ ਕੇ ਪੋਥੀ ਤੇ ਵੀ ਪਾਠ ਕਰਨਾ ਕਈ ਵਾਰ ਕੀ ਹੁੰਦਾ ਕਿ ਸ਼ਬਦਾਂ 'ਚ ਫਰਕ ਪੈ ਜਾਂਦਾ ਕੰਠ ਜਿਵੇਂ ਦਾ ਹੋਵੇ ਚੱਲਦਾ ਚੱਲਦਾ ਉਹ ਜਿਹੜੇ ਅੱਖਰ ਨੇ ਕਈ ਵਾਰ ਅਸ਼ੁੱਧ ਧਿਆਨ ਵਿੱਚ ਰਹਿ ਜਾਂਦੇ ਨੇ ਹੋਰ ਪ੍ਰਾਈਤੀ ਭੈਣ ਆਪਣੀ ਜਾਣਣੀ। ਇਹੀ ਇੱਕ ਬਹੁਤ ਵੱਡੀ ਗੱਲ ਆ ਜੇ ਸਮਾਜ ਅੱਜ ਦਾ ਸਮਾਜ ਇਸ ਗੱਲ ਨੂੰ ਅਪਣਾ ਲਵੇ ਅਸੀਂ ਹਿੰਦੁਸਤਾਨ ਵਿੱਚ ਵੀ ਕਿੰਨੇ ਵੇਖਦੇ ਆ ਕਿ ਕੁੜੀਆਂ ਤੇ ਅਤਿਆਚਾਰ ਹੁੰਦੇ ਨੇ। ਕਿੰਨੀਆਂ ਰੇਪ ਹੁੰਦੇ ਨੇ ਬੜਾ ਕੁਝ ਹੁੰਦਾ। ਇਹ ਸਾਰਾ ਕੁਝ ਸਿਰਫ ਇਸੇ ਗੱਲ ਨਾਲ ਹੀ ਖਤਮ ਹੋ ਜਾਏਗਾ। ਪ੍ਰਾਈਤੀ ਭੈਣ ਆਪਣੀ ਜਾਣਣੀ ਗੁਰੂ ਜੀ ਨੇ ਅੱਗੇ ਹੀ ਲਿਖ ਛੱਡਿਆ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਜਿਹੜਾ ਉਸ ਸਮੇਂ ਦੋ ਧਰਮਸਾਨ ਇੱਕ ਹਿੰਦੂ ਸੀ ਇੱਕ ਮੁਸਲਮਾਨ ਸੀ ਮੁਸਲਮਾਨ ਵਾਸਤੇ ਜੇ ਉਹਨੇ ਸੂਰ ਖਾ ਲਿਆ ਤੇ ਪ੍ਰਾਇਆ ਹੱਕ ਖਾ ਲਿਆ ਇੱਕ ਬਰਾਬਰ ਆ ਜੇ ਹਿੰਦੂ ਨੇ ਗਾਂ ਖਾ ਲਈ ਤੇ ਉਹਦੇ ਵਾਸਤੇ ਵੀ ਇੱਕ ਬਰਾਬਰ ਆ ਜੇ ਉਹਨੇ ਗਾਂ ਖਾ ਲਈ ਪ੍ਰਾਇਆ ਹੱਕ ਇੰਨਾ ਵਰਜ ਕੇ ਰੱਖਿਆ ਸੀ ਸਤਿਗੁਰੂ ਸਚਪਾਸ਼ਾ ਜੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਲਿਖਿਆ ਸੀ ਸੀਲ ਸੰਤੋਖ ਸਾਹਮਣੇ ਰੱਖਣਾ ਭਾਵ ਜਿਹੜਾ ਆਪਣਾ ਮਨ ਹੈ ਨਾ ਉਹਨੂੰ ਸ਼ਾਂਤ ਰੱਖਣਾ ਭਜਨ ਅਠੇ ਪੈਰ ਕਰਨਾ ਗੁਰੂ ਸੱਚੇ ਦਾ ਇਸ ਤਰ੍ਹਾਂ ਸਚਪਾਸ਼ਾ ਜੀ ਇਹਦੇ ਵਿੱਚ ਕਿੰਨੇ ਹੁਕਮ ਕਰ ਰਹੇ ਨੇ ਜੋ ਕੋਈ ਭਜਨ ਪੁਛ ਕੇ ਨਾ ਕਰੂਗਾ ਉਸ ਦਾ ਮੂੰਹ ਦੁਹੀ ਜਹਾਨੀ ਕਾਲਾ ਹੋਊਗਾ ਕਿਉਂਕਿ ਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਸੀ ਮੈਂ ਤੁਹਾਨੂੰ ਸਾਧ ਸੰਗਤ ਜੀ ਆਪਣਾ ਹਿਰਦਾ ਕੱਢ ਕੇ ਦਿੱਤਾ ਹੈ ਸਚਪਾਸ਼ਾ ਜੀ ਸਤਗੁਰੂ ਜੀ ਦੀ ਸੰਦੇਸ਼ ਹੁੰਦਾ ਹੈ ਵੀ ਹਿਰਦਾ ਕੱਢ ਕੇ ਦੇਣਾ ਬਹੁਤ ਔਖਾ ਸਾਧ ਸੰਗਤ ਜੀ ਸਤਗੁਰੂ ਰਾਮ ਸਿੰਘ ਜੀ ਨੇ ਆਪਣਾ ਹਿਰਦਾ ਸਾਨੂੰ ਦਿੱਤਾ ਹੈ ਇੰਨੀ ਅਨਮੋਲ ਚੀਜ਼ ਦਿੱਤੀ ਹੈ ਜੀ ਉਸ ਤੋਂ ਬਾਅਦ ਵੀ ਅਸੀਂ ਨਾਮ ਜਪੀਏ ਤੇ ਫਿਰ ਸਾਡੇ ਵਾਸਤੇ ਬਹੁਤ ਮਾੜੀ ਗੱਲ ਹੈ ਹੋਰ ਜੀ ਕਿਸੇ ਦਾ ਮੰਦਾ ਫਿੱਕਾ ਕਿਸੇ ਨੂੰ ਮੰਦਾ ਫਿੱਕਾ ਨਹੀਂ ਬੋਲਣਾ ਜਿਹੜੇ ਅਸੀਂ ਕਈ ਵਾਰ ਬੜੀ ਵਾਰੀ ਇਸ ਗੱਲ ਨੂੰ ਸੋਚ ਲੈਂਦੇ ਆ ਕਿ ਮੈਂ ਤੇ ਸੱਚੀ ਗੱਲ ਕਰਦਿਆਂ ਮੈਂ ਤੇ ਮੂੰਹ ਤੇ ਕਰਾਂਗਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਰੀਸੇਂ ਦੇ ਉਪਦੇਸ਼ ਵਿੱਚ ਹੁੰਦਾ ਹੈ ਸਤਿਅ ਬਚਨ ਅਰ ਪਿਆਰੋ ਜੋਈ ਬੁੱਧੀਮਾਨ ਜਨ ਭਾਕਤ ਸੋਈ ਜਿਹੜੇ ਸਿਆਣੇ ਪੁਰਸ਼ ਨੇ ਉਹ ਸੱਚਾ ਬਚਨ ਬੋਲਦੇ ਨੇ ਪਰ ਸੱਚਾ ਵੀ ਉਹ ਬਚਨ ਬੋਲਦੇ ਨੇ ਜਿਹੜਾ ਕੋੜਾ ਨਾ ਲੱਗੇ ਅਗਲੇ ਨੂੰ ਸੱਚ ਹਮੇਸ਼ਾ ਕੋੜਾ ਹੁੰਦਾ ਹੈ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਸੇ ਤਰ੍ਹਾਂ ਮੈਂ ਵੀ ਕਿਸੇ ਹਰੇਕ ਜੀਵ ਤੋਂ ਕਈ ਵਾਰ ਜ਼ਿੰਦਗੀ 'ਚ ਇਸ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਆਪਣੇ ਹੀ ਜੀਵਨ ਵਿੱਚ ਆਪਣੇ ਮਨ ਵਿੱਚ ਵੀ ਨਹੀਂ ਯਾਦ ਕਰਦੇ ਉਹਨਾਂ ਨੂੰ ਪਰ ਜੇ ਉਹੀ ਗੱਲਾਂ ਸਾਨੂੰ ਆਣ ਕੇ ਕੋਈ ਮੂੰਹ ਤੇ ਆਖ ਦੇਵੇ ਹੁੰਦੀ ਤੇ ਸੱਚੀ ਹੋਈਏ ਉਹਦੇ ਨਾਲ ਕੀ ਹੋਏਗਾ ਫਿਰ ਉਹਦੇ ਨਾਲ ਲੜਾਈ ਹੋ ਸਕਦੀ ਏ ਉਹਦੇ ਨਾਲ ਮਨਾਂ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਏਗਾ ਅਪਰਾਧੀ ਤੇ ਅਸੀਂ ਸਾਰੇ ਹੀ ਆ ਗਲਤੀਆਂ ਤੇ ਅਸੀਂ ਸਾਰੇ ਹੀ ਕਰਦੇ ਆਂ ਕਿਸੇ ਨੇ ਦੋ ਵੱਧ ਕਰ ਲੀਆਂ ਕਿਸੇ ਨੇ ਦੋ ਘੱਟ ਕਰ ਲੀਆਂ ਇਹੀ ਫਰਕ ਸਾਧੂ ਦਾ ਸੰਤ ਦਾ ਹੁੰਦਾ ਹੈ ਕਿ ਉਹ ਕਿਸੇ ਵੀ ਗਲਤੀ ਨੂੰ ਨਾ ਚਿਤਾਰਦਿਆਂ ਹੋਇਆਂ ਉਹਦੇ ਨਾਲ ਖਿੜੇ ਮੱਥੇ ਹੋ ਕੇ ਉਹਨੂੰ ਮਿਲਦਾ ਹੈ ਇਸੇ ਕਰਕੇ ਗੁਰੂ ਸਾਹਿਬ ਹੁਕਮ ਕਰਦੇ ਨੇ ਕਿ ਹਰ ਸਿੱਖ ਜਿਹੜਾ ਹੈ ਉਹਦੇ ਵਿੱਚੋਂ ਏਸੀ ਸੰਤਾਂ ਦੀ ਮਹਾਪੁਰਸ਼ਾ ਦੀ ਖੁਸ਼ਬੂ ਆਵੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਬਣਾ ਕੇ ਰੱਖੇ ਵੀ ਕਿਸੇ ਨੂੰ ਐਵੇਂ ਕੌੜਾ ਨਾ ਬੋਲੇ ਜੋ ਕੋਈ ਮਾਰੇ ਕੁਛ ਤਾਂ ਵੀ ਖਿਮਾ ਕਰਨੀ ਤੁਸਾਂ ਦਾ ਰਸ਼ਕ ਗੁਰੂ ਹੈ ਹਰ ਵਕਤ 사ਸੰਗਤ ਜੀ ਜਦੋਂ ਕੋਈ ਸਮਾਂ ਔਖਾ ਹੁੰਦਾ ਹੈ ਬੰਦੇ ਦਾ ਮਨ ਬੜੀ ਛੇਤੀ ਕਾਲੀ ਵਿੱਚ ਆ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਗਰਮੀਆਂ ਦੇ ਦਿਨਸ ਹਨ ਸ੍ਰੀ ਭੈਣੀ ਸਾਹਿਬ ਸਤਿਗੁਰੂ ਜਜੀਤ ਸਿੰਘ ਜੀ ਤੁਹਾਨੂੰ ਪਤਾ ਹੋਵੇਗਾ ਇੰਡੀਆ ਵਿੱਚ ਕਈ ਕਾਫੀਆਂ ਨੂੰ ਪਤਾ ਹੈ ਕਿ ਜੇ ਇੱਕ ਬੜਬ ਜਗਦਾ ਹੋਵੇ ਨਾ ਗਰਮੀਆਂ ਵਿੱਚ ਤੇ ਬਹੁਤ ਸਾਰੇ ਤਮਕੜ ਜਿਹੜੇ ਨੇ ਬਹੁਤ ਨਿੱਕੇ ਨਿੱਕੇ ਕੀੜੇ ਮਕੌੜੇ ਜੇ ਜਿਹੜੇ ਆਪਾਂ ਕੀੜੇ ਮਕੌੜੇ ਤੇ ਸ਼ੈਲ ਧਰਤੀ ਤੇ ਚੱਲਣ ਲੱਗਦੇ ਨੇ ਉੱਡਣ ਵਾਲੇ ਨਿੱਕੇ ਨਿੱਕੇ ਪਤੰਗੇ ਜੇ ਨੇ ਨਾ ਉਹ ਉਹਦੇ ਬਲਬ ਦੇ ਹਾਲੇ ਵਾਲੇ ਬਹੁਤ ਸਾਰੇ ਆ ਜਾਂਦੇ ਨੇ ਆਮ ਕਰਕੇ ਤੁਸੀਂ ਵੇਖਿਆ ਇੰਡੀਆ ਵਿੱਚ ਇਸ ਤਰ੍ਹਾਂ ਹੁੰਦਾ ਹੈ ਇੱਕ ਦਿਨ ਭੈਣੀ ਸਾਹਿਬ ਕੋਠੀ ਦੇ ਬਾਹਰ ਰਾਤ ਨੂੰ ਬਲਬ ਜਗ ਰਿਹਾ ਸੀ ਉਸ ਬਲਬ ਦੇ ਬਾਹਰ ਘੱਟੋ ਘੱਟ ਕੋਈ 5-6 ਫੁੱਟ ਦਾ ਘੇਰੇ ਦੇ ਵਿੱਚ ਰੇਡੀਅਸ ਵਿੱਚ ਬਹੁਤ ਸਾਰੇ ਤਮਕੜ ਸਨ ਇਸ ਤਰ੍ਹਾਂ ਦੇ ਪਤੰਗੇ ਸਨ ਨਿੱਕੇ ਨਿੱਕੇ ਜੇ ਇੰਨੇ ਸਣ ਵੀ ਗਿਣੇ ਵੀ ਨਹੀਂ ਜਾਣ ਗਿਣੇ ਵੀ ਜਾਣ ਨਹੀਂ ਸਕਦੇ ਸਤਿਗੁਰੂ ਜਜੀਤ ਸਿੰਘ ਜੀ ਨੇ ਇੱਕ ਬੀਬੀਸੀ ਮਹਿੰਦਰ ਕੌਰ ਸ਼ਾਇਦ ਉਹਨਾਂ ਦਾ ਨਾਸੂਬਾ ਮਹਿੰਦਰ ਕੌਰ ਜੀ ਸਨ ਉਹਨਾਂ ਨੂੰ ਸੱਦ ਕੇ ਸੱਚ ਪਾਛਾ ਜਿਗੂ ਕੀਤਾ ਸੁਭਾਜੀ ਗੱਲ ਸੁਣੋ ਜੇ ਕੱਲਾ ਸਿੱਖ ਹੋਵੇ ਜਿੰਨੇ ਆ ਤਮੱਕੜ ਬਲਬ ਤੇ ਨਾ ਜੇ ਇੰਨੇ ਵੀ ਦੁਸ਼ਮਣ ਚੜ ਕੇ ਆ ਜਨ ਨਾ ਤੇ ਸਤਿਗੁਰ ਨਾਲ ਹੋਵੇ ਤੇ ਕੁਝ ਵੀ ਨਹੀਂ ਕਰ ਸਕਦੇ ਸਿੱਖ ਦਾ ਇਸ ਕਰਕੇ ਸਤਿਗੁਰ ਦਾ ਜਿਹੜਾ ਅੰਦਰਨਾ ਗੁਰੂ ਜਿਹੜਾ ਸੱਚ ਪਾਛੂ ਗਤਨ ਹੈ ਤੁਸਾਂ ਦਾ ਰਸ਼ਕ ਗੁਰੂ ਹੈ ਹਰ ਵਕਤ ਇਹ ਉਹੀ ਹੈ ਪਰ ਉਹ ਤੋਂ ਪਹਿਲਾਂ ਇਹ ਆ ਵੀ ਆਪਣੇ ਆਪ ਨੂੰ ਖਤਮ ਕਰਕੇ ਗੁਰੂ ਅਗੇ ਸਮਰਪਿਤ ਕਰਨਾ ਪਏਗਾ ਉਸ ਤੋਂ ਬਾਅਦ ਇਹ ਹੋਏਗੀ ਲੱਖ ਬਾਹੇ ਕਿਆ ਕੀਜੈ ਵੀ ਸਤਗੁਰ ਹੋਏ ਵੱਲ ਲੱਖ ਬਾਹੇ ਕਿਆ ਕੀਜੈ ਇਹ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਫਿਰ ਹਰ ਵਕਤ ਦੀਵਾਨ ਲਾਉਣਾ ਸਾਧ ਸੰਗਤ ਜੀ ਅੱਜ ਅਸੀਂ ਦੀਵਾਨ ਲਾ ਰਹੇ ਹਾਂ ਕਥਾ ਕੀਰਤਨ ਕਰ ਰਹੇ ਹਾਂ ਹਰ ਰੋਜ਼ ਕਰ ਰਹੇ ਹਾਂ ਅੱਜ ਦਾ ਸਮਾਂ ਹੋ ਰਿਹਾ ਕਿ ਅਸੀਂ ਅੱਜ ਕਵਾਰੰਟਾਈਨ ਵਿੱਚ ਆ ਸਾਰੇ ਉਸ ਮਹਾਮਾਰੀ ਚੱਲ ਰਹੀ ਏ ਤਾਂ ਕਰਕੇ ਅਸੀਂ ਘਰਾਂ 'ਚ ਬੈਠੇ ਆ ਪਰ ਸਮੇ ਦੇ ਹਿਸਾਬ ਨਾਲ ਬਹੁਤ ਕਿਰਪਾ ਸਾਧ ਸੰਗਤੇ ਉਹ ਨਾਮ ਸਿਮਰਨ ਕਰਦੀਏ ਇਨ੍ਹਾਂ ਵਿਦੇਸ਼ਾਂ ਵਿੱਚ ਬਹਿ ਕੇ ਵੀ ਅੱਗੇ ਤੇ ਮਰਜ਼ਾਦਾ ਆ ਜਾਂਦੀ ਏ ਹਵਨ ਕਰਨ ਦੀ ਸਾਧ ਸੰਗਤ ਜੀ ਇਹ ਸਤਿਗੁਰੂ RAM ਸਿੰਘ ਜੀ ਜੇ ਇਹਨੂੰ ਥੋੜਾ ਜਿਹਾ ਹੋਰ ਡਿਟੇਲ ਵਿੱਚ ਪੜੀਏ ਹੋਰ ਜੀ ਕਿਸੇ ਨੇ ਮੰਦਾ ਕਰਮ ਛਪਾਉਣਾ ਨਹੀਂ ਕਿਸੇ ਦਾ ਕਿਸੇ ਨੇ ਧੀ ਪੈਨ ਦਾ ਪੈਸਾ ਨਹੀਂ ਲੈਣਾ ਬੱਟਾ ਨਹੀਂ ਕਰਨਾ ਉਹਨਾਂ ਟਾਈਮਾਂ ਵਿੱਚ ਲੋਕ ਕੁੜੀਆਂ ਬੜੀਆਂ ਵੇਚ ਦਿੰਦੇ ਸਨ ਸਤਿਗੁਰੂ ਰਾਮ ਸਿੰਘ ਜੀ ਕੋਲ ਗੁਰੂ ਗੋਬਿੰਦ ਸਿੰਘ ਜੀ ਵੇਲੇ ਇੱਕ ਕਥਾ ਹੁੰਦੀ ਏ ਕਿ ਉਹ ਮਾਈ ਨੇ ਆਣ ਕੇ ਅਰਜ਼ ਕੀਤੀ ਕਿ ਪਾਤਸ਼ਾਹ ਮੈਂ ਬਹੁਤ ਪਾਪ ਹੋਣਾ ਗੁਰੂ ਸਾਹਿਬ ਨੂੰ ਕੀਤਾ ਕੀ ਕਰਦੀ ਹੈ ਕੀ ਕੀਤਾ ਉਹ ਆਂਦੀ ਜੀ ਮੈਂ ਕੁੜੀਆਂ ਮਾਰੀਆਂ ਨੇ ਗੁਰੂ ਸਾਹਿਬ ਕਹਿੰਦੇ ਮੇਰੇ ਦਰਬਾਰ ਚੋਂ ਬਾਹਰ ਚਲੀ ਜਾ ਇੱਥੋਂ ਮੈਂ ਤੈਨੂੰ ਵੇਖਣਾ ਨਹੀਂ ਚਾਹੁੰਦਾ ਦਰਬਾਰ ਚੋਂ ਬਾਹਰ ਕੱਢ ਦਿੱਤਾ ਗਿਆ ਸਿੱਖਾਂ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਗੁਰੂ ਸਾਹਿਬ ਮੇਰੇ ਤੇ ਰਾਜੀ ਹੋਣਗੇ ਸਤਗੁਰੂ ਜੀ ਰਜੀ ਸਿੰਘ ਦੇ ਉਪਦੇਸ਼ ਵਿੱਚ ਹੁੰਦਾ ਹੈ ਕਿ ਸਿੱਖਾ ਨੇ ਦੱਸਿਆ ਕਿ ਗੁਰੂ ਸਾਹਿਬ ਘੋੜਿਆਂ ਦੀ ਸੇਵਾ ਤੇ ਬੜੇ ਖੁਸ਼ ਹੁੰਦੇ ਨੇ ਗੁਰੂ ਸਾਹਿਬ ਘੁੰਮ ਕਰਦੇ ਨੇ ਘੋੜਿਆਂ ਦੇ ਤਵੇਲੇ ਵਿੱਚ ਚਲੇਗੀ ਤਵੇਲੇ ਵਿੱਚ ਜਾ ਕੇ ਸਿਰ ਤੇ ਉਹਨੇ ਆਪਣੇ ਬੱਠਲ ਰੱਖ ਲਿਆ ਹੱਥ ਵਿੱਚ ਝਾੜੂ ਫੜ ਲਿਆ ਨਾਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਡਸਟ ਬੈਂਡ ਫੜ ਲਿਆ ਇਸ ਤਰ੍ਹਾਂ ਦੀ ਚੀਜ਼ ਉਹਨੇ ਰੱਖ ਲਈ ਆਪਣੇ ਕੋਲ ਜਦੋਂ ਕੋਈ ਘੋੜਾ ਲਿੱਧ ਕਰੇ ਉਹ ਥੱਲੇ ਡਿੱਗਣ ਹੀ ਨਾ ਦਵੇ ਆਪਣਾ ਥੱਲੇ ਬਠਲ ਕਰਕੇ ਉਹ ਦਾਬੜਾ ਕਰਕੇ ਪਾਂਡਾ ਜਿਹੜਾ ਰੱਖਿਆ ਸੀ ਉਹਦੇ ਵਿੱਚ ਹੀ ਸਿੱਧੀ ਪਾ ਦਵੇ ਥੱਲੇ ਬਹੁਤ ਸਫਾਈ ਰੱਖੀ ਇੱਕ ਦਿਨ ਗੁਰੂ ਸਾਹਿਬ ਜਦੋਂ ਉੱਥੇ ਗਏ ਜਾ ਕੇ ਵੇਖਦੇ ਨੇ ਪਾਈ ਸਿੱਖਾਂ ਨੂੰ ਪੁੱਛਦੇ ਨੇ ਬੜੀ ਸਫਾਈ ਰੱਖੀ ਹੈ ਕਿੰਨੇ ਸਫਾਈ ਕੀਤੀ ਹੈ ਉਹ ਕਹਿੰਦੇ ਗੁਰੂ ਸਾਹਿਬ ਇਹ ਉਹੀ ਬੀਬੀ ਏ ਜਿਹਨੂੰ ਆਪ ਜੀ ਹੁਕਮ ਕੀਤਾ ਸੀ ਜਾ ਚਲੀ ਜਾ ਇਥੋਂ ਤੂੰ ਬਹੁਤ ਪਾਪਣ ਆ ਜਿਨੇ ਕੁੜੀਆਂ ਮਾਰੀਆਂ ਸਨ ਗੁਰੂ ਸਾਹਿਬ ਖੁਸ਼ੀ ਦੇ ਘਰ ਵਿੱਚ ਆਏ ਦਹਿਆ ਦੇ ਘਰ ਵਿੱਚ ਆਣ ਕੇ ਹੁਕਮ ਕਰਦੇ ਨੇ ਜਾ ਉਸ ਬੀਬੀ ਨੂੰ ਲੈ ਕੇ ਆਓ ਉਸ ਬੀਬੀ ਨੂੰ ਲੈ ਕੇ ਆਉਂਦੇ ਨੇ ਸਚਪਾਸ਼ਾ ਜੀ ਹੁਕਮ ਕਰਦੇ ਨੇ ਕਿ ਜਾ ਉਸ ਛਪੜੀ ਵਿੱਚ ਇਸ਼ਨਾਨ ਕਰ ਲੈ ਤੇਰੇ ਸਾਰੇ ਪਾਪ ਤੋਤੇ ਜਾਣਗੇ ਇਹ ਜਿਹੜਾ ਕੁੜੀਆਂ ਦਾ ਮਾਰਨਾ ਬਹੁਤ ਵੱਡਾ ਪਾਪ ਸੀ ਗੁਰੂ ਸਾਹਿਬ ਆਪਣੇ ਨੇੜੇ ਵੀ ਨਹੀਂ ਆਉਣ ਦਿੰਦੇ ਇਸ ਤਰ੍ਹਾਂ ਆਪਣੇ ਹਰਿ ਸਤਗੁਰੂ ਰਾਮ ਸਿੰਘ ਜੀ ਵੇਲੇ ਵੀ ਬਹੁਤ ਬੀਬੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਬਹੁਤ ਦਾਈਆਂ ਇਸ ਤਰ੍ਹਾਂ ਦੀਆਂ ਆਈਆਂ ਜਿਨ੍ਹਾਂ ਨੇ ਇਸ ਤਰ੍ਹਾਂ ਕੁੜੀਆਂ ਬਹੁਤ ਮਾਰੀਆਂ ਸਨ ਅੱਗੇ ਜਾ ਕੇ ਇਤਿਹਾਸ ਬੜਿਆਂ ਦਾ ਆਏਗਾ ਆਪਣੇ ਸਿੱਖ ਸਾਧ ਜਾਂਦੇ ਨੇ ਘਰਾਂ ਵਿੱਚ ਉਹਨਾਂ ਦੇ ਘਰੋਂ ਪ੍ਰਸ਼ਾਦਾ ਨਹੀਂ ਸਕਦੇ ਸਿਰਫ ਇਸੇ ਕਰਕੇ ਵੀ ਕੁੜੀਆਂ ਮਾਰੀਆਂ ਸਨ ਸਾਹਾ ਸੰਗਤ ਜੀ ਸਤਗੁਰੂ ਰਾਮ ਸਿੰਘ ਜੀ ਨੇ ਇਹ ਮਰਜ਼ਾਦਾ ਸਾਡੇ ਵਾਸਤੇ ਲਿਖ ਕੇ ਭੇਜੀ ਸਾਰੇ ਬਹੀਰ ਨੂੰ ਇਹ ਹੁਕਮ ਸੁਣਾਏ ਦੇਣਾ ਜੋ 15 16 ਬਰਸ ਦੇ ਘੱਟ ਕੋਈ ਕੁੜੀ ਨਾ ਵਿਆਹੇ ਛੋਟੀਆਂ ਲੜਕੀਆਂ ਦੇ ਸਾਗੂ ਰਾਮ ਸਿੰਘ ਦਾ ਵੀ ਬਾਲ ਵਿਆਹ ਹੋਇਆ ਸੀ ਇਸ ਕਰਕੇ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਛੋਟੀ ਉਮਰ ਦੀ ਲੜਕੀ ਦਾ ਵਿਆਹ ਨਹੀਂ ਕਰਨਾ ਇਹ ਮਰਜ਼ਾਦਾ ਸਤਿਗੁਰੂ ਰਾਮ ਸਿੰਘ ਜੀ ਨੇ ਬੜੇ ਜ਼ੋਰ ਨਾਲ ਪ੍ਰਚਲਿਤ ਕੀਤੀ ਅੱਜ ਵੀ ਅਸੀਂ ਰਾਜਸਥਾਨ ਵਿੱਚ ਜਾਈਏ ਉਹਦੋਂ ਸਤਿਗੁਰੂ ਉਹਦੇ ਸਿੰਘ ਜੀ ਬਚਨ ਕਰ ਰਹੇ ਸੀਗੇ ਕਿ ਅੱਜ ਵੀ ਉਹ ਬੜਾ ਘੁੰਡ ਕੱਢ ਕੇ ਰੱਖਦੇ ਨੇ ਕਿਸੇ ਦੇ ਸਾਹਮਣੇ ਨਹੀਂ ਆਉਂਦੇ ਅੱਜ ਦੁਨੀਆ ਕਿੰਨੀ ਬਦਲ ਗਈ ਏ ਕਿੰਨੀ ਤੱਕ ਕੀ ਕਰ ਗਈਏ ਇਹਨਾਂ ਚੀਜ਼ਾਂ ਨੂੰ ਉਹ ਨਹੀਂ ਸਮਝਦੇ ਪਰ ਲੋਕੀ ਕਹਿੰਦੇ ਅੱਜ ਵੀ ਬਹੁਤ ਪ੍ਰੇਜ ਰੱਖਦੇ ਨੇ ਇਸ ਗੱਲਾਂ ਦਾ ਪਰ ਸਤਿਗੁਰੂ ਰਾਮ ਸਿੰਘ ਜੀ ਵੱਲੇ ਕਿੰਨਾ ਪ੍ਰੇਜ ਹੋਏਗਾ ਇਸ ਗੱਲ ਦਾ ਉਹ ਤੰਦ ਨੇ ਸਿੱਖ ਉਹ ਤੰਦ ਨੇ ਬੀਬੀਆਂ ਜਿਨ੍ਹਾਂ ਨੇ ਉਸੇ ਟਾਈਮ ਹੁਕਮ ਮੰਨ ਕੇ ਘੁੰਡ ਵੀ ਚੁੱਕੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜੀਆਂ ਵਿਧਵਾ ਸਨ ਵਿਧਵਾ ਔਰਤ ਦਾ ਵਿਆਹ ਬਹੁਤ ਔਖਾ ਹੁੰਦਾ ਸੀ ਉਹ ਸਾਰੀਆਂ ਨੇ ਆਪਣੇ ਚਰਨਾਂ ਵਿੱਚ ਲਾਇਆ ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਸਾਰਿਆਂ ਨੇ ਬਚਨ ਮੰਨ ਕੇ ਦੁਬਾਰਾ ਵਿਆਹ ਕਰਵਾਏ ਭਾਵੇਂ ਨਹੀਂ ਵੀ ਸੀ ਲੋੜ ਤਾਂ ਵੀ ਵਿਆਹ ਕਰਵਾਏ ਸਿਰਫ ਹੁਕਮ ਮੰਨਣ ਵਾਸਤੇ ਇਹ ਮਰਜ਼ਾਦਾ ਸਤਿਗੁਰੂ ਰਾਮ ਸਿੰਘ ਜੀ ਨੇ ਜਿਹੜੀ ਆਪਾਂ ਨੂੰ ਲਿਖ ਕੇ ਦੱਸੀਏ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਮਰਜ਼ਾਦਾ ਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਭਜਨ ਬਾਣੀ ਕਰਨਾ ਪਾਠ ਕਰਨਾ ਮੈਂ ਅਗਲੇ ਪ੍ਰਸੰਗ ਨੂੰ ਮੂਵ ਕਰਦਾ ਆਪਣੇ ਨੂੰ ਮੈਂ ਇੱਥੇ ਜ਼ਿਆਦਾ ਸਮਾਂ ਨਹੀਂ ਲਾਉਂਦਾ ਸਤਿਗੁਰੂ ਰਾਮ ਸਿੰਘ ਜੀ ਹੁਣ ਪੈਣੀ ਸਾਹਿਬ ਵਿਖੇ ਵਿਚਰ ਰਹੇ ਨੇ ਸਾਧ ਸੰਗਤ ਜਿਹੜੀ ਹੈ ਉਹ ਦੂਰੋਂ ਦੂਰੋਂ ਜਸ ਸੁਣ ਕੇ ਸਤਿਗੁਰੂ ਰਾਮ ਸਿੰਘ ਜੀ ਦਾ ਭੈਣੀ ਸਾਹਿਬ ਆਣ ਕੇ ਦਰਸ਼ਨ ਕਰਦੇ ਨੇ ਗੁਰੂ ਰਾਮ ਸਿੰਘ ਜੀ 1857 ਵਿੱਚ ਖਾਲਸਾ ਪੰਥ ਦੀ ਸਜਣਾ ਕਰਦੇ ਨੇ ਸੰਤ ਖਾਲਸੇ ਦੀ ਉਸ ਤੋਂ ਬਾਅਦ ਹਜਰੋ ਸਾਹਿਬ ਜਾਂਦੇ ਨੇ 1858 ਵਿੱਚ ਫਿਰ ਦੁਬਾਰਾ ਦੂਸਰੀ ਵਾਰ ਗੁਰੂ ਬਾਲਕ ਸਿੰਘ ਜੀ ਦੇ ਦਰਸ਼ਨ ਕਰਨ ਲਈ ਚੱਲਦੇ ਨੇ ਜਦੋਂ ਭੈਣੀ ਸਾਹਿਬ ਤੋਂ ਰਸਤੇ 'ਚ ਪੜਾਅ ਕਰਦਿਆਂ ਕਰਦਿਆਂ ਗੁਰੂ ਸਾਹਿਬ ਹਜਰੋਂ ਸਾਹਿਬ ਪਹੁੰਚਦੇ ਨੇ ਹਜਰੋਂ ਸਾਹਿਬ ਪਹੁੰਚਦੇ ਨੇ ਤੇ ਗੁਰੂ ਬਾਲਕ ਸਿੰਘ ਜੀ ਨੂੰ ਪਤਾ ਲੱਗਦਾ ਹੈ ਕਿ 12ਵੇਂ ਗੁਰੂ ਜੀ ਅੱਗੋਂ ਆ ਰਹੇ ਨੇ ਸਤਿਗੁਰੂ ਬਾਲਕ ਸਿੰਘ ਜੀ ਆਪਣੇ ਹਜਰੋਂ ਸਾਹਿਬ ਚ ਉੱਠ ਕੇ ਸਿੱਖਾਂ ਨੂੰ ਨਾਲ ਲੈ ਕੇ ਅੱਗੋਂ ਸਵਾਗਤ ਵਜੋਂ ਅੱਗੋਂ ਲੈਣ ਵਾਸਤੇ ਜਾਂਦੇ ਨੇ ਜਦੋਂ ਅੱਗੋਂ ਲੈਣ ਜਾਂਦੇ ਨੇ ਸਤਿਗੁਰੂ ਬਾਲਕ ਸਿੰਘ ਜੀ ਤੇ ਸਤਿਗੁਰੂ ਰਾਮ ਸਿੰਘ ਜੀ ਸਾਗੂ ਬਾਲਕ ਸਿੰਘ ਜੀ ਦੇ ਸਾਗੂ ਰਾਮ ਸਿੰਘ ਜੀ ਸਾਗੂ ਬਾਲਾ ਸਿੰਘ ਦੇ ਚਰਨ ਸਪਰਸ਼ ਕਰਦੇ ਨੇ ਮੱਥਾ ਟੇਕਦੇ ਨੇ ਅੱਗੋਂ ਫੜ ਕੇ ਗਲਵਕੜੀ ਵਿੱਚ ਲੈਂਦੇ ਨੇ ਜਿੰਨੂੰ ਆਪਾਂ ਅੱਜਕੱਲ ਕਹਿ ਦਿੰਦੇ ਹਾਂ ਨਾ ਕਈ ਵਾਰ ਮਿਲਣੀ ਵੀ ਕਰ ਲੈਂਦੇ ਨੇ ਇਸ ਤਰ੍ਹਾਂ ਆਪਸ ਵਿੱਚ ਗੁਰੂ ਸਾਹਿਬਾਨ ਨੇ ਆਪਸ ਵਿੱਚ ਮੇਲ ਕੀਤਾ ਉਧਰੋਂ ਭਾਈ ਮੁੱਖਾ ਜੀ ਗੁਰੂ ਬਾਲਕ ਸਿੰਘ ਜੀ ਵੱਲੋਂ ਤੇ ਇਧਰੋਂ ਭਾਈ ਕਾਣ ਸਿੰਘ ਜੀ ਸੂਬੇ ਕਾਣ ਸਿੰਘ ਜਿਹੜੇ ਸਨ ਜਿਹੜੇ ਸੂਬੇਦਾਰ ਸਨ ਸਾਗੂ ਰਾਮ ਸਿੰਘ ਦੀ ਫੌਜ ਵੱਲੋਂ ਨਾਲ ਸਨ ਉਹ ਉਹਨਾਂ ਦਾ ਆਪਸ ਵਿੱਚ ਮੇਲ ਕਰਾਉਂਦੇ ਨੇ ਇੱਕ ਮਿਲਣੀ ਕਰਕੇ ਇਸ ਤਰ੍ਹਾਂ ਦੀ ਤੇ ਸਤਿਗੁਰੂ ਬਾਲਕ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਨੂੰ ਹਜਰੋ ਸ਼ਹਿਰ ਆਪਣੇ ਨਗਰ ਵਿੱਚ ਲੈ ਕੇ ਆਉਂਦੇ ਨੇ ਆਸਾ ਦੀ ਵਾਰ ਦਾ ਭੋਗ ਪੈਂਦਾ ਤੇ ਗੁਰੂ ਬਾਲਕ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਨੂੰ ਅਰਜ ਕਰਦੇ ਨੇ ਉਹ ਹੁਕਮ ਕਰਦੇ ਨੇ ਕਿ ਠਾਕਰੋ ਤੁਸੀਂ ਵੀ ਸਮਾਧੀ ਲਾਓ ਅਸੀਂ ਵੀ ਸਮਾਧੀ ਲਾਉਨੇ ਆਂ ਦੇਖਦੇ ਆਂ ਕਿ ਅਕਾਲ ਪੁਰਖ ਜੀ ਦਾ ਕਿਨੂੰ ਕੀ ਹੁਕਮ ਹੁੰਦਾ ਹੈ ਜਿਹੜਾ ਹੁਕਮ ਤੁਹਾਨੂੰ ਹੋਏਗਾ ਉਹ ਤੁਸੀਂ ਸੁਣਾਓ ਜਿਹੜਾ ਸਾਨੂੰ ਹੋਏਗਾ ਅਸੀਂ ਤੁਹਾਨੂੰ ਸੁਣਾਵਾਂਗੇ ਸਤਗੁਰੂ ਰਾਮ ਸਿੰਘ ਜੀ ਹੁਕਮ ਕਰਦੇ ਨੇ ਸਤਿਵਚਨ ਜੀ ਹੁਣ ਨੇਤਰ ਬੰਦ ਕਰਕੇ ਚੌਂਕੜਾ ਲਾ ਕੇ ਦੋਵੇਂ ਗੁਰੂ ਸਾਹਿਬ ਜਿਹੜੇ ਨੇ ਉਹ ਬੈਠ ਜਾਂਦੇ ਨੇ ਸਤਗੁਰੂ ਰਾਮ ਸਿੰਘ ਜੀ ਹੱਲੇ ਨੇਤਰ ਨਹੀਂ ਖੋਲਦੇ ਹੱਲੇ ਚੌਂਕੜਾ ਲੱਗਾ ਹੀ ਏ ਤੇ ਸਤਗੁਰੂ ਬਾਲਕ ਸਿੰਘ ਜੀ ਪਹਿਲਾਂ ਨੇਤਰ ਖੋਲ ਕੇ ਤੇ ਹੁਕਮ ਕਰਦੇ ਨੇ ਠਾਕਰੋ ਸਾਨੂੰ ਇਹ ਹੁਕਮ ਹੋਇਆ ਹੈ ਠਾਕਰ ਜੀ ਜੋ ਕਰਨਗੇ ਉਹ ਠੀਕ ਹੈ ਉਹ ਸੱਤ ਹੈ ਇਸ ਕਰਕੇ ਸਾਨੂੰ ਤੇ ਆ ਹੁਕਮ ਹੋਇਆ ਤੁਹਾਡੇ ਵਾਸਤੇ ਵੀ ਜੋ ਤੁਸੀਂ ਕਰੋਗੇ ਉਹ ਸਭ ਠੀਕ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਸਾਹਿਬ ਉੱਥੇ ਵਿਚਰ ਰਹੇ ਨੇ ਸਤਗੁਰੂ ਬਾਲਕ ਸਿੰਘ ਜੀ ਦਾ ਇੱਕ ਸਿੱਖ ਸੀਗਾ ਕਿਸ਼ਨ ਸ਼ਾਹ ਕਿਸ਼ਨ ਸ਼ਾਹ ਜਿਹੜਾ ਸਿੱਖ ਸੀਗਾ ਉਹ ਗੁਰੂ ਸਾਹਿਬ ਨੂੰ ਹੁਕਮ ਕਰਦਾ ਸੀ ਕਿ ਕਿਰਪਾ ਕਰੋ ਅਸੀਂ ਮੇਰੇ ਘਰੇ ਪ੍ਰਸ਼ਾਦਾ ਸ਼ਕੋ ਗੁਰੂ ਬਾਲਕ ਸਿੰਘ ਜੀ ਹੁਕਮ ਕਰਦੇ ਨੇ ਅਸੀਂ ਤੁਹਾਡੇ ਘਰੇ ਪ੍ਰਸ਼ਾਦਾ ਉਦੋਂ ਛਕਾਂਗੇ ਜਦੋਂ ਠਾਕੁਰ ਜੀ ਆਉਣਗੇ 12ਵੇਂ ਸਤਗੁਰ ਆਉਣਗੇ ਹੁਣ ਸਤਗੁਰੂ ਰਾਮ ਸਿੰਘ ਜੀ ਆਏ ਨੇ ਉਹ ਕਿਸ਼ਨ ਸ਼ਾਹ ਨੇ ਜਾ ਕੇ ਅਰਜ਼ ਕੀਤੀ ਕਿੰਦਾ ਜੀ ਹੁਣ ਤੇ ਠਾਕੁਰ ਜੀ ਵੀ ਆ ਗਏ ਨੇ 12ਵੇਂ ਸਤਗੁਰ ਵੀ ਆ ਗਏ ਨੇ ਕਿਰਪਾ ਕਰੋ ਹੁਣ ਮੇਰੇ ਘਰੇ ਪ੍ਰਸ਼ਾਦਾ ਛਕੋ ਸਤਗੁਰੂ ਬਾਲਕ ਸਿੰਘ ਜੀ ਨੇ ਹੁਕਮ ਕੀਤਾ ਸਤਗੁਰੂ ਰਾਮ ਸਿੰਘ ਜੀ ਨੂੰ ਉਦੋਂ ਮਰਜ਼ਾਦਾ ਰੱਖ ਲਈ ਹੋਈ ਸੀ ਜਿਹੜੀ ਸਤਗੁਰੂ RAM Singh ji ਨੇ ਕਿ ਹਜ਼ੂਰ ਸਾਹਿਬ ਤੋਂ ਭਾਈ ਰਾਏ ਸਿੰਘ ਜੀ ਮਰਜ਼ਾਦਾ ਲੈ ਕੇ ਆ ਚੁੱਕੇ ਸਨ ਤੇ ਭਾਈ ਜਦੋਂ ਸਤਗੁਰੂ ਗੁਰੂ ਗੋਬ ਸਤਗੁਰੂ ਬਾਲਕ ਸਿੰਘ ਜੀ ਨੇ ਸਤਗੁਰੂ RAM Singh ji ਨੂੰ ਹੁਕਮ ਕੀਤਾ ਵੀ ਤੁਸੀਂ ਜਾ ਕੇ ਇਸ ਸਿੱਖ ਦੇ ਘਰ ਪ੍ਰਸ਼ਾਦਾ ਪਾਣੀ ਸ਼ਕੋ ਸਤਗੁਰੂ RAM Singh ji ਘਰੇ ਚਲ ਗਏ ਪਰ ਪ੍ਰਸ਼ਾਦਾ ਨਹੀਂ ਛਕ ਰਹੇ ਉਹ ਫੇਰ ਸਿੱਖ ਆਇਆ ਉਹ ਕਹਿੰਦਾ ਜੀ ਠਾਕੁਰ ਜੀ ਤੇ ਪ੍ਰਸ਼ਾਦਾ ਹੀ ਨਹੀਂ ਛਕ ਰਹੇ ਲੰਗਰ ਛਕ ਹੀ ਨਹੀਂ ਰਹੇ ਫੇਰ ਸਤਿਗੁਰੂ ਬਾਲਕ ਸਿੰਘ ਜੀ ਸੱਦਿਆ ਗੁਰੂ ਬਾਲਕ ਸਿੰਘ ਜੀ ਹੁਕਮ ਕਰਦੇ ਨੇ ਤੁਸੀਂ ਪ੍ਰਸ਼ਾਦਾ ਕਿਉਂ ਨਹੀਂ ਛਕਦੇ ਇਨਾਂ ਕੋਲੋਂ ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ ਕਿ ਤੁਸੀਂ ਮੈਨੂੰ ਹੁਕਮ ਕੀਤਾ ਸੀ ਕਿਰਤ ਕਰਕੇ ਪ੍ਰਸ਼ਾਦਾ ਛਕਣਾ ਹੈ ਇਸ ਤਰ੍ਹਾਂ ਮੈਂ ਸੇਵਾ ਕਰਾ ਕੇ ਪ੍ਰਸ਼ਾਦਾ ਨਹੀਂ ਛਕਦਾ ਸਤਿਗੁਰੂ ਰਾਮ ਸਿੰਘ ਜੀ ਆਪਣੀ ਹੱਟੀ ਕੀਤੀ ਸੀ ਇਸੇ ਕਰਕੇ ਜਿੰਨੇ ਵੀ ਸਾਧ ਸੰਗਤ ਦੇ ਚੜਾਵੇ ਦੇ ਪੈਸੇ ਚੜਦੇ ਸਨ ਉਹਨਾਂ ਦੇ ਨਾਲ ਸਤਿਗੁਰੂ ਰਾਮ ਸਿੰਘ ਜੀ ਆਪਣੇ ਘਰ ਦਾ ਖਰਚਾ ਨਹੀਂ ਕਰਨ ਕਰਦੇ ਉਹ ਜਿਹੜੀ ਆਪਣੀ ਮਾਮੀ ਸੀ ਸਤਿਗੁਰੂ ਰਾਮ ਸਿੰਘ ਜੀ ਦੀ ਲੁਧਿਆਣੇ ਵਾਲੀ ਮਾਮਾ ਚੜਾਈ ਕਰ ਗਿਆ ਸੀ ਉਹਦੇ ਨਾਲ ਸਾਂਝ ਵਿੱਚ ਜਿਹੜੀ ਸਾਂਝੀ ਹੱਟੀ ਪਾਈ ਸੀ ਉਹ ਉਹਦੇ ਤੋਂ ਖਜਾਰਾ ਉਹ ਜਿਹੜਾ ਪ੍ਰੋਫਿਟ ਆਉਂਦਾ ਸੀ ਉਹਦੇ ਨਾਲ ਹੀ ਆਪਣੇ ਘਰ ਦਾ ਖਜਾਰਾ ਖਰਚਾ ਕਰਦੇ ਸਨ ਸਤਿਗੁਰੂ ਰਾਮ ਸਿੰਘ ਜੀ ਸਗੂ ਰਾਮ ਸਿੰਘ ਕਰਦੇ ਮੈਂ ਤੇ ਕਿਰਤ ਕਰਕੇ ਸ਼ੱਕਦਾ ਮੈਂ ਇਸ ਤਰ੍ਹਾਂ ਪੂਜਾ ਕਦੀ ਕਰਾਈ ਨਹੀਂ ਤੇ ਮੈਂ ਇਹਨੂੰ ਹੁਕਮ ਨਹੀਂ ਆਪ ਜੀ ਦਾ ਪੂਜਾ ਕਰਾਉਂਦਾ ਤੇ ਗੁਰੂ ਬਾਲਕ ਸਿੰਘ ਜੀ ਹੁਕਮ ਕਰਦੇ ਨੇ ਕਿ ਠਾਕਰੋ ਤੁਸੀਂ ਸਾਡੇ ਕੋਲ ਆਏ ਹੋ ਹੁਣ ਸਾਡੀ ਮੰਨੋ ਤੇ ਇਸ ਸਿੱਖ ਦੇ ਘਰ ਪ੍ਰਸ਼ਾਦਾ ਛਕੋ ਸਗੂ ਰਾਮ ਸਿੰਘ ਜੀ ਹੁਕਮ ਕਰਦੇ ਨੇ ਸਤਿਵਚਨ ਜੀ ਗੁਰੂ ਸਾਹਿਬ ਜਦੋਂ ਵਾਪਸ ਜਾਂਦੇ ਨੇ ਉਹ ਸਿੱਖ ਦੇ ਘਰੇ ਪ੍ਰਸ਼ਾਦਾ ਛਕਦੇ ਨੇ ਉਸ ਸਮੇਂ ਉਸ ਦੇਸ਼ ਦਾ ਰਿਵਾਜ ਸੀ ਕਿ ਜਦੋਂ ਵੀ ਕੋਈ ਸਿੱਖ ਸਾਧ ਜਾਂ ਕਿਸੇ ਨੂੰ ਘਰੇ ਸੱਦਣਾ ਹੁੰਦਾ ਸੀ ਉਹ ਜਿਵੇਂ ਆਪਾਂ ਕਿਆ ਦਿਨ ਨਾ ਦਰਵਾਜੇ ਦੇ ਬਾਹਰ ਮੈਟ ਰੱਖ ਦਿੰਨੇ ਆਪਾਂ ਉੱਤੇ ਕਈ ਵਾਰ ਵੈਲਕਮ ਵੀ ਲਿਖਿਆ ਹੁੰਦਾ ਹੈ ਉਹ ਉਸ ਸਮੇਂ ਉੱਥੇ ਦਾ ਰਿਵਾਜ ਸੀਗਾ ਵੀ ਦੋ ਚਿੱਟੇ ਕੱਪੜੇ ਵਿਛਾ ਦਿੰਦੇ ਸਨ ਇੱਕ ਦਰਵਾਜੇ ਦੇ ਬਾਹਰਲੇ ਬੰਨੇ ਇੱਕ ਦਰਵਾਜੇ ਦੇ ਅੰਦਰਲੇ ਬੰਨੇ ਤੇ ਉਹ ਰਿਵਾਜ ਸੀ ਕਿ ਉਹਨਾਂ ਦੋਵਾਂ ਬਸਤਰਾਂ ਦੇ ਉੱਪਰ ਜਿਹੜੇ ਥੱਲੇ ਵਿਛਾਏ ਹੁੰਦੇ ਸਨ ਚਰਨ ਰੱਖ ਕੇ ਫਿਰ ਅੰਦਰ ਜਾਣਾ ਹੁੰਦਾ ਸੀ ਸਤਿਗੁਰੂ ਰਾਮ ਸਿੰਘ ਜੀ ਪਹਿਲਾਂ ਬਾਹਰਲੇ ਪਸਤਰ ਤੇ ਚਰਨ ਰੱਖਿਆ ਫਿਰ ਅੰਦਰਲੇ ਤੇ ਰੱਖਿਆ ਇਸ ਤਰ੍ਹਾਂ ਉਹਨਾਂ ਦੇ ਘਰੇ ਅੰਦਰ ਗਏ ਜਿਹੜੇ ਨਾਲ ਦੇ ਸਿੱਖ ਸਣ ਭਾਈ ਕਾਹਨ ਸਿੰਘ ਜੀ ਸਨ ਉਹ ਛਾਲ ਮਾਰ ਕੇ ਉਹਨੂੰ ਪਾਰ ਕਰ ਗਏ ਉਹਨਾਂ ਨੇ ਕਿਸੇ ਤੇ ਵੀ ਚਰਨ ਨਾ ਰੱਖਿਆ ਆਪਣਾ ਹੁਣ ਪ੍ਰਸ਼ਾਦਾ ਪਾਣੀ ਛਕ ਲਿਆ ਸਤਿਗੁਰੂ ਰਾਮ ਸਿੰਘ ਜੀ ਵਾਪਸ ਆਪਣੇ ਡੇਰੇ ਸਤਿਗੁਰੂ ਬਾਲਕ ਸਿੰਘ ਜੀ ਕੋਲ ਆ ਗਏ ਤੇ ਉਹ ਸਿੱਖ ਫਿਰ ਵਾਪਸ ਆਇਆ ਉਹ ਕਹਿਣ ਲੱਗਾ ਗੁਰੂ ਜੀ ਸ਼ਾਦਾ ਸ਼ਕ ਲਿਆ ਇਹਨਾਂ ਨੇ ਸਾਡੇ ਮਨ ਚ ਇੱਕ ਸੰਸਾ ਆ ਕਿ ਸਤਿਗੁਰੂ ਰਾਮ ਸਿੰਘ ਦੇ ਚਰਨ ਰੱਖ ਕੇ ਅੰਦਰ ਆਏ ਪਰ ਜਿਹੜੇ ਭਾਈ ਕਾਣ ਸਿੰਘ ਜੀ ਉਹਨਾਂ ਦੇ ਨਾਲ ਸਿੱਖ ਆਏ ਸਨ ਉਹਨਾਂ ਨੇ ਚਰਨ ਨਹੀਂ ਰੱਖਿਆ ਛਾਲ ਮਾਰ ਕੇ ਅੰਦਰ ਆਏ ਨੇ ਸਾਡੇ ਮਨ ਵਿੱਚ ਇਸ ਗੱਲ ਦਾ ਕਾਫੀ ਸੰਸਾ ਆ ਉਹਨਾਂ ਨੇ ਇਸ ਤਰ੍ਹਾਂ ਕਿਉਂ ਕਰਨਾ ਸੀ ਸਤਿਗੁਰੂ ਬਾਲਕ ਸਿੰਘ ਜੀ ਭਾਈ ਕਾਣ ਸਿੰਘ ਨੂੰ ਸੱਦ ਲਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਉਹ ਕਹਿੰਦੇ ਪਾਤਸ਼ਾਹੋ ਗੁਰੂ ਸਾਹਿਬ ਅਸੀਂ ਗ੍ਰਸਤੀ ਜੀਵ ਆ ਘਰੇ ਜਾ ਕੇ ਆਪਣੀਆਂ ਜਨਾਨੀਆਂ ਨਾਲ ਅਸੀਂ ਗਾਲਾਂ ਵੀ ਖਾਨੇ ਆ ਅਸੀਂ ਇੰਨੇ ਕਰਮ ਚੰਗੇ ਵੀ ਨਹੀਂ ਸਾਨੂੰ ਤਾਂ ਸਾਡੀਆਂ ਜਨਾਨੀਆਂ ਵੀ ਗਾਲਾਂ ਕੱਢਦੀਆਂ ਨੇ ਕਈ ਵਾਰ ਅਸੀਂ ਤਾਂ ਇੰਨੇ ਚੰਗੇ ਕਰਮਾਂ ਵਾਲੀ ਵੀ ਨਹੀਂ ਹੈਗੇ ਅਸੀਂ ਕਿਸ ਤਰ੍ਹਾਂ ਇਹਦੇ ਉੱਤੇ ਪੈਰ ਰੱਖ ਕੇ ਜਾ ਸਕਦੇ ਸੀ ਇਹ ਤਾਂ ਸਿਰਫ ਗੁਰੂ ਸਾਹਿਬ ਵਾਸਤੇ ਸੀਗਾ ਜਦੋਂ ਉਹਨਾਂ ਨੇ ਇਸ ਤਰ੍ਹਾਂ ਦਾ ਨਿਰਮਾਨਤਾ ਵਿੱਚ ਹੋ ਕੇ ਜਵਾਬ ਦਿੱਤਾ ਤੇ ਉਹ ਸਿੱਖ ਜਿਹੜੇ ਸਨ ਉਹ ਵੀ ਚਰਨਾ ਤੇ ਡਿੱਗ ਗਏ ਤਨ ਸਿੱਖ ਨੇ ਸਤਗੁਰੂ ਰਾਮ ਸਿੰਘ ਦੇ ਜਿਹੜੇ ਇੰਨੇ ਨਿਰਮਾਨ ਨੇ ਫਿਰ ਗੁਰੂ ਸਾਹਿਬ ਨੂੰ ਆਣ ਕੇ ਸਿੱਖਾਂ ਨੇ ਅਰਜ਼ੀ ਕੀਤੀ ਹਜ਼ੂਰ ਹਜਰੋਂ ਸਾਹਿਬ ਦੇ ਸਿੱਖਾਂ ਨੇ ਵੀ ਕਿਰਪਾ ਕਰੋ ਸਾਡੇ ਘਰ ਵੀ 12ਵੇਂ ਸਤਿਗੁਰੂ ਜੀ ਦਾ ਠਾਕਰਾਂ ਦਾ ਭੋਜਨ ਕਰਾਓ ਗੁਰੂ ਸਾਹਿਬ ਹੁਕਮ ਕਰਦੇ ਨੇ ਠਾਕਰੋ ਤੁਸੀਂ ਸਾਰੇ ਨਗਰ ਵਿੱਚ ਜਾ ਕੇ ਸਾਰਿਆਂ ਦੇ ਘਰੇ ਭੋਜਨ ਸ਼ਕੋ ਸਚਪਾਸ਼ਾ ਜੀ ਆਪਣਾ ਲੰਗਰ ਵੱਖਰਾ ਕਰਦੇ ਸਨ ਕਿਉਂਕਿ ਗੁਰੂ ਸਾਹਿਬ ਮਰਜ਼ੀ ਕੀਤੀ ਸੀ ਨਾ ਅੱਗੇ ਸਤਿਗੁਰੂ ਬਾਲਕ ਸਿੰਘ ਜੀ ਕੋਲ ਉਹ ਵਾਲੀ ਮਰਜ਼ਾਦਾ ਨਹੀਂ ਸੀ ਰੱਖੀ ਹੋਈ ਉਹਨਾਂ ਨੇ ਉੱਥੇ ਸਿਰਫ ਕਿਰਤ ਕਰਨ ਦਾ ਹੀ ਹੁਕਮ ਸੀ ਦਸਾਂ ਨਵਾਂ ਦੀ ਕਿਰਤ ਕਰਨ ਦਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਮਰਜ਼ਾਦਾ ਸੀ ਉਸ ਤਰ੍ਹਾਂ ਨਹੀਂ ਸੀ ਧਾਰਨ ਕੀਤੀ ਹੋਈ ਇਸ ਕਰਕੇ ਸਤਿਗੁਰੂ RAM ਸਿੰਘ ਜੀ ਆਪਣਾ ਵੱਖਰਾ ਲੰਗਰ ਕਰ ਰਹੇ ਨੇ ਇੱਕ ਦਿਨ ਇੱਕ ਬੀਬੀ ਆਈ ਉਹਨੂੰ ਪਿਆਸ ਲੱਗੀ ਸੀ ਉਹਨੇ ਆਣ ਕੇ ਦਵਾ-ਦਵ ਉਹਦੇ ਵਿੱਚੋਂ ਸੱਚ ਪਾਸ਼ਾ ਜੀ ਦੇ ਜਿਹੜੇ ਜਿੱਥੇ ਲੰਗਰੀ ਸਨ ਲੰਗਰ ਪੁਕਾਰੇ ਸਨ ਉੱਥੋਂ ਉਹਨਾਂ ਨੇ ਗੜਵਾ ਚੁੱਕ ਲਿਆ ਗੜਵਾ ਜਾਂ ਇੱਕ ਕੋਈ ਭਾਂਡਾ ਸੀ ਉਹ ਚੁੱਕ ਲਿਆ ਜਦੋਂ ਉਹਨੇ ਭਾਂਡਾ ਚੁੱਕ ਲਿਆ ਪਾਂਡਾ ਚੁਕਲਿਆ ਤੇ ਲੰਗਰ ਸਾਰਾ ਖੁੱਲਾ ਹੋ ਗਿਆ ਲੰਗਰੀ ਤੇਜੀ ਵਿੱਚ ਬੋਲਿਆ ਗੁੱਸੇ ਹੋਇਆ ਕਿ ਤੁਸੀਂ ਸਾਡਾ ਲੰਗਰ ਖੁੱਲਾ ਕਰ ਦਿੱਤਾ ਤੇ ਸਤਿਗੁਰੂ ਰਾਮ ਸਿੰਘ ਜੀ ਵੀ ਆ ਗਏ ਸਿੱਖਣ ਦੱਸਿਆ ਕਿ ਇਸ ਬੀਬੀ ਨੇ ਲੰਗਰ ਖੁੱਲਾ ਕਰ ਦਿੱਤਾ ਪਾਤਸ਼ਾਹ ਨੂੰ ਕੋਈ ਬਚਨ ਨਾ ਕੀਤਾ ਥੋੜਾ ਜਿਹਾ ਚੋਪਕੀਤਾ ਰਏ ਤੇ ਸਿਰਫ ਉਹਦੇ ਵੱਲ ਨੇਤਰ ਭਰ ਕੇ ਦੇਖਿਆ ਉਹ ਮਾਤਾ ਜਿਹੜੀ ਸੀ ਉਹ ਬਹੁਤ ਡਰ ਗਈ ਉਹ ਆਣ ਕੇ ਗੁਰੂ ਸਾਹਿਬ ਨੂੰ ਸਤਿਗੁਰੂ ਬਾਲਕ ਸਿੰਘ ਜੀ ਨੂੰ ਅਰਜ ਕਰਦੀ ਏ ਪਾਤਸ਼ਾਹ ਮੇਰ ਤੋਂ ਇਸ ਤਰ੍ਹਾਂ ਅਵਗਿਆ ਹੋ ਗਈ ਏ ਤੇ ਗੁਰੂ ਸਾਹਿਬ ਬਹੁਤ ਨਾਰਾਜ਼ ਨੇ ਕਿਰਪਾ ਕਰੋ ਤੁਸੀਂ ਮੈਨੂੰ ਬਖਸ਼ਾਓ ਉਹਨਾਂ ਕੋਲੋਂ ਗੁਰੂ ਸਾਹਿਬ ਹੁਕਮ ਕਰਦੇ ਕੋਈ ਗੱਲ ਨਹੀਂ ਜਦੋਂ ਠਾਕੁਰ ਜੀ ਸਾਡੇ ਕੋਲ ਆਉਣਗੇ ਅਸੀਂ ਫਿਰ ਗੱਲ ਕਰਾਂਗੇ ਸਤਗੁਰੂ RAM ਸਿੰਘ ਜੀ ਜਾਂਦੇ ਨੇ ਸਤਗੁਰੂ RAM ਸਿੰਘ ਜਦੋਂ ਜਾਂਦੇ ਨੇ ਗੁਰੂ ਬਾਲਕ ਸਿੰਘ ਜੀ ਕੋਲ ਤੇ ਬਚਨ ਬਲਾਸ ਚੱਲਦੇ ਨੇ ਫਿਰ ਗੁਰੂ ਬਾਲਕ ਸਿੰਘ ਜੀ ਬਚਨ ਕਰਦੇ ਨੇ ਆਪ ਉਸ ਮਾਈ ਤੇ ਕਿਉਂ ਨਾਰਾਜ਼ ਹੋਣਾ ਸੀ ਉਹ ਮਾਈ ਤੇ ਉਹ ਉਹਨੂੰ ਕੀ ਪਤਾ ਤੁਹਾਡੀ ਮਰਜ਼ਾ ਦਾ ਤੇ ਸੱਚ ਪਾਸ਼ਾ ਜੀ ਹੁਕਮ ਕਰਦੇ ਨੇ ਅਸੀਂ ਤੇ ਤੁਹਾਡੇ ਤਾਬੇਦਾਰ ਆ ਅਸੀਂ ਕਿਉਂ ਨਾਰਾਜ਼ ਹੋਵਾਂਗੇ ਤੁਹਾਡੇ ਸਿੱਖਾਂ ਤੇ ਸਾਗੂ RAM ਸਿੰਘ ਜੀ ਬਚਨ ਕਰਦੇ ਨੇ ਤੇ ਗੁਰੂ ਸਾਹਿਬ ਹੁਕਮ ਕਰਦੇ ਸਤਗੁਰੂ ਬਾਲਕ ਸਿੰਘ ਜੀ ਤੁਸੀਂ ਆਪਣੀ ਰਹਿਤ ਮਰਜ਼ਾਦਾ ਜਿਹੜੀ ਏ ਉਹ ਸਾਡੇ ਪਿੰਡ ਤੋਂ ਬਾਹਰ ਛੱਡ ਕੇ ਆਇਆ ਕਰੋ ਜਦੋਂ ਤੁਸੀਂ ਸਾਡੇ ਕੋਲ ਆਓ ਸਾਡੀ ਮਰਜ਼ਾਦਾ ਵਰਤਿਆ ਕਰੋ ਸਤਗੁਰੂ ਰਾਮ ਸਿੰਘ ਜੀ ਹੁਕਮ ਕਰਦੇ ਨੇ ਸਤ ਪਤਨ ਜੀ ਅਸੀਂ ਤੁਹਾਡੀ ਮਰਜ਼ਾਦਾ ਵਰਤਿਆ ਕਰਾਂਗੇ ਇਸ ਤਰ੍ਹਾਂ ਬਚਨ ਬਲਾਸ ਚੱਲਦੇ ਨੇ ਸੱਚ ਪਾਸ਼ਾ ਜੀ ਉੱਥੇ ਵਿਸ਼ਰਾਮ ਕਰ ਰਹੇ ਨੇ ਸਿੱਖਾਂ ਦੇ ਘਰਾਂ ਚ ਜਲ ਪਾਣੀ ਛਕਦੇ ਨੇ ਇੱਕ ਦਿਨ ਸਤਗੁਰੂ ਬਾਲਕ ਸਿੰਘ ਜੀ ਦਾ ਇੱਕ ਸਿੱਖ ਸੀਗਾ ਬਹੁਤ ਕੁੰਗਣੀਆਂ ਵੇਚਦਾ ਸੀ ਜਿਹਨੂੰ ਆਪਾਂ ਕਹਿ ਸਕਦੇ ਨਾ ਛੋਲੇ ਪਨਾ ਕੇ ਉਹਨਾਂ ਨੂੰ ਮਸਾਲਾ ਲਾ ਕੇ ਉਹ ਇਸ ਤਰ੍ਹਾਂ ਦਾ ਵੇਚਦਾ ਸੀਗਾ ਉਹ ਕੁੰਗੜੀਆਂ ਵੇਚਦਾ ਸੀ ਗਰੀਬ ਸਿੱਖ ਸੀ ਜਦੋਂ ਵੀ ਉਹਨੇ ਸਤਿਗੁਰੂ ਬਾਲਕ ਸਿੰਘ ਜੀ ਕੋਲ ਆਉਣਾ ਗੁਰੂ ਬਾਲਕ ਸਿੰਘ ਜੀ ਉਹਨੂੰ ਥਾਪੜਾ ਦੇਣਾ ਤੇ ਵਜਨ ਕਰਨਾ ਆਓ ਸ਼ਾਹ ਜੀ ਸ਼ਾਹ ਜੀ ਆਓ ਇਸ ਤਰ੍ਹਾਂ ਦਾ ਵਜਨ ਕਰਨਾ ਉਹ ਹੌਲੀ ਹੌਲੀ ਲੱਖਾਪਤੀ ਹੋ ਗਿਆ ਹੁਣ ਇੱਕ ਬੰਦਾ ਕੁੰਗੜੀਆਂ ਵੇਚ ਰਿਹਾ ਹੈ ਗੁਰੂ ਬਾਲਕ ਸਿੰਘ ਦੇ ਵਚਨ ਨਾਲ ਥਾਪੜੇ ਨਾਲ ਉਹ ਲੱਖਾਪਤੀ ਹੋ ਗਿਆ ਤੇ ਉਹ ਗੁਰੂ ਬਾਲਕ ਸਿੰਘ ਦਾ ਬਹੁਤ ਵੱਡਾ ਭਗਤ ਬਣ ਗਿਆ ਹੁਣ ਭਗਤ ਬਣ ਗਿਆ ਇੱਕ ਦਿਨ ਉਹ ਵੀ ਸਿੱਖ ਗੁਰੂ ਸਾਹਿਬ ਦੇ ਕੋਲ ਖੜਾ ਸੀ ਸਤਿਗੁਰੂ ਬਾਲਕ ਸਿੰਘ ਦੇ ਉਧਰੋਂ ਸਤਿਗੁਰੂ ਰਾਮ ਸਿੰਘ ਜੀ ਆ ਗਏ ਗੁਰੂ ਬਾਲਕ ਸਿੰਘ ਜੀ ਬਚਨ ਕੀਤਾ ਠਾਕਰੋ ਇਸ ਸਿੱਖ ਨੂੰ ਥਾਪੜਾ ਦਿਓ ਇਸ ਸਿੱਖ ਨੂੰ ਥਾਪੜਾ ਦਿਓ ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਗੋਲੀ ਕਿਹਦੇ ਤੇ ਗਹਿਣੇ ਕਿਹਦੇ ਵੀ ਇਹਦਾ ਭਾਵ ਅੱਜਕੱਲ ਦੇ ਛਲ ਬੱਚਿਆਂ ਨੂੰ ਨਾ ਪਤਾ ਲੱਗੇਗਾ ਵੀ ਠਾਕਰੋ ਸਾਗੂ ਰਾਮ ਸਿੰਘ ਜੀ ਬਚਨ ਕਰਦੇ ਨੇ ਸਾਗੂ ਬਾਲਕ ਸਿੰਘ ਜੀ ਨੂੰ ਪਾਤਸ਼ਾ ਅਸੀਂ ਤੇ ਤੁਹਾਡੇ ਘਰ ਦੇ ਨੌਕਰ ਆ ਕਿਉਂਕਿ ਜਿਹੜੀ ਗੋਲੀ ਹੁੰਦੀ ਏ ਉਹ ਨੌਕਰਾਂ ਨਹੀਂ ਹੁੰਦੀ ਏ ਗੋਲੀ ਤੇ ਗਹਿਣੇ ਆਪਾਂ ਪਾਵੇ ਆ ਵੀ ਜਿਹੜੀ ਗੋਲੀ ਏ ਗੋਲੀ ਕੋਲ ਜੇ ਕੋਈ ਧਨ ਪਦਾਰਥ ਆ ਉਹ ਆਪਣੇ ਮਾਲਕ ਤੋਂ ਨਹੀਂ ਲਗਾ ਸਕਦੀ ਨਾ ਹੀ ਉਹ ਮਾਲਕ ਤੋਂ ਕਦੀ ਵੱਡੀ ਹੋ ਸਕਦੀ ਏ ਇਸ ਕਰਕੇ ਸੱਚ ਪਾਤਸ਼ਾ ਜੀ ਇੰਨੇ ਨਿਰਮਾਣ ਹੋ ਕੇ ਆਪਣੇ ਆਪ ਨੂੰ ਹੁਕਮ ਕਰਦੇ ਨੇ ਗੋਲੀ ਕੀ ਦੇ ਤੇ ਗਹਿਣੇ ਕੀ ਦੇ ਪਾਤਸ਼ਾ ਮੈਂ ਤੇ ਤੁਹਾਡੇ ਘਰ ਦਾ ਨੌਕਰ ਆ ਮੈਂ ਕੌਣ ਹੋਂ ਨਾ ਕਿਸੇ ਨੂੰ ਆਸ਼ੀਰਵਾਦ ਦੇਣ ਵਾਲਾ ਤੁਹਾਡੇ ਹੁੰਦੇ ਆ ਸਚ ਪਾਸ਼ਾ ਜੀ ਬੜੇ ਖੁਸ਼ ਹੋਏ ਸਤਿਗੁਰੂ ਬਾਲਕ ਸਿੰਘ ਜੀ ਦੇ ਕੋਲ ਪੰਜ ਸਿੱਖ ਹੋਰ ਖੜੇ ਸਨ ਉਹਨਾਂ ਦੇ ਸਿੱਧਕੀ ਸਿੱਖ ਖੜੇ ਸਨ ਗੁਰੂ ਬਾਲਕ ਸਿੰਘ ਜੀ ਬਚਨ ਕੀਤਾ ਉਹ ਪੰਜਾਂ ਸਿੱਖਾਂ ਨੂੰ ਕਿ ਤੁਸੀਂ ਠਾਕੁਰਾਂ ਦੇ ਚਰਨੀ ਲੱਗੋ ਹੱਲੇ ਸੱਚ ਪਾਸ਼ਾ ਜੀ ਸਤਿਗੁਰੂ ਬਾਲਕ ਸਿੰਘ ਜੀ ਇਹ ਬਚਨ ਕੀਤਾ ਉਹ ਸਿੱਖ ਹਲੇ ਸੋਚ ਹੀ ਰਹੇ ਸਨ ਕਿ ਮੱਥਾ ਟੇਕਣ ਬਾਰੇ ਸਤਿਗੁਰੂ ਰਾਮ ਸਿੰਘ ਜੀ ਉਹਨਾਂ ਪੰਜਾਂ ਸਿੱਖਾਂ ਨੂੰ ਛੇਤੀ ਨਾਲ ਮੱਥਾ ਟੇਕ ਦਿੱਤਾ ਸਾਰਿਆਂ ਨੂੰ ਉਹਨਾਂ ਦੇ ਟੇਕਣ ਤੋਂ ਪਹਿਲਾਂ ਜਦੋਂ ਉਹਨਾਂ ਨੇ ਮੱਥਾ ਟੇਕ ਦਿੱਤਾ 사ਗੂ ਰਾਮ ਸਿੰਘ ਨੇ ਉਹ ਪੰਜ ਸਿੱਖਾਂ ਨੂੰ ਉਹ ਸਾਰੇ ਵੇਂਦੇ ਰਹਿ ਗਏ ਤੇ ਗੁਰੂ ਬਾਲਕ ਸਿੰਘ ਜੀ ਬਚਨ ਕੀਤਾ ਉਹ ਲੈ ਗਿਆ ਜੇ ਸਾਰਾ ਕੁਝ ਲੁੱਟ ਕੇ ਲੈ ਗਿਆ ਗੁਰੂ ਬਾਲਕ ਸਿੰਘ ਜੀ ਹੁਕਮ ਕਰਦੇ ਇਹ ਵਸਤੂ ਇਸੇ ਭਾਂਡੇ ਦੇ ਲਾਇਕ ਸੀ ਇਹ ਇਸੇ ਭਾਂਡੇ ਵਿੱਚ ਹੀ ਸਮਾਉਣੀ ਸੀ ਹੋਰ ਕੋਈ ਇਹਨੂੰ ਸਾਂਭ ਵੀ ਨਹੀਂ ਸੀ ਸਕਦਾ ਇਸੇ ਕਰਕੇ ਉਹ ਹੁਕਮ ਕਰਦੇ ਨੇ ਸਾਰਾ ਕੁਝ ਲੈ ਗਿਆ ਸਾਗੂ ਰਾਮ ਸਿੰਘ ਜੀ ਇਸ ਤਰ੍ਹਾਂ ਨਿਰਮਾਣ ਸਨ ਕਿਉਂਕਿ ਅਸੀਂ ਇਹ ਇਤਿਹਾਸ ਵਿੱਚ ਬਹੁਤ ਘੱਟ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ ਕਿ ਇੱਕੋ ਸਮੇਂ ਵਿੱਚ ਦੋਵੇਂ ਸਤਿਗੁਰੂ ਸਾਹਿਬਾਨ ਜਿਹੜੇ ਨੇ ਉਹਨਾਂ ਦਾ ਆਪਸ ਵਿੱਚ ਇਸ ਤਰ੍ਹਾਂ ਮੇਲ ਹੁੰਦਾ ਹੋਵੇ ਤੋਂ ਮੋਸਲੀ ਬਿਸ਼ੇ ਜਿੰਨਾ ਵੀ ਇਤਿਹਾਸ ਅਸੀਂ ਪੜਦੇ ਸੁਣਦੇ ਆ ਵੱਧ ਤੋਂ ਵੱਧ 3 ਸਾਲ ਤੱਕ ਰਹੇ ਗੁਰੂ ਹਰਗਬਿੰਦ ਜੀ ਉਹ ਗੁਰੂ ਹਰ Rai ਜੀ ਨੂੰ ਗੁਰਤਾਬ ਦੇਣ ਤੋਂ ਬਾਅਦ ਪਰ ਸਤਗੁਰੂ ਨਾਨਕ ਦੇਵ ਜੀ 3-4 ਮਹੀਨੇ 6 ਮਹੀਨੇ ਸ਼ਾਇਦ ਰਹੇ ਪਰ ਉਹਨਾਂ ਦਾ ਕਦੀ ਮੇਲ ਨਹੀਂ ਹੋਇਆ ਸਤਗੁਰੂ ਬਾਲਕ ਸਿੰਘ ਦਾ ਸਤਗੁਰੂ ਰਾਮ ਸਿੰਘ ਦਾ ਇਸ ਤਰ੍ਹਾਂ ਮੇਲ ਹੋ ਰਿਹਾ ਹੈ ਉਹ ਸਿੱਖਾਂ ਨੂੰ ਮਿਲਾ ਰਹੇ ਨੇ ਚਰਨੀ ਲਾ ਰਹੇ ਨੇ ਸਤਗੁਰੂ ਰਾਮ ਸਿੰਘ ਜੀ ਦੇ ਜਿਹੜਾ ਵੀ ਸਿੱਖ ਗੁਰੂ ਬਾਲਕ ਸਿੰਘ ਜੀ ਕੋਲ ਪਜਨ ਪੁਛਣਾ ਆਉਂਦਾ ਸੀ ਗੁਰੂ ਸਾਹਿਬ ਹੁਕਮ ਕਰਦੇ ਸੀ ਠਾਕਰਾ ਦੀ ਵਸਤੂ ਹੈ ਅਸੀਂ ਉਹ ਠਾਕਰਾ ਨੂੰ ਦੇ ਦਿੱਤੀਏ ਭੈਣੀ ਸਾਹਿਬ ਜਾਓ ਲੁਧਿਆਣੇ ਤੋਂ 10 ਕੋਸ ਚੜਦੇ ਵਾਲੇ ਪਾਸੇ ਨੂੰ ਸਾਡੇ ਕੋਲ ਨਹੀਂ ਹੈਗੀ ਉਹ ਸਭ ਨੂੰ ਸਤਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਲਾਉਂਦੇ ਸਨ ਸਤਗੁਰੂ ਰਾਮ ਸਿੰਘ ਜੀ ਇਸ ਤਰ੍ਹਾਂ ਉੱਥੇ ਕਾफी ਸਮਾਂ ਰਿਹਾ ਰਹਿ ਕੇ ਵਿਚਰ ਕੇ ਫਿਰ ਹਜਰੋ ਸਾਹਿਬ ਤੋਂ ਗੁਰੂ ਬਾਲਕ ਸਿੰਘ ਜੀ ਤੋਂ ਆਗਿਆ ਲੈ ਕੇ ਵਾਪਸ ਸ੍ਰੀ ਪਿਆਣੀ ਸਾਹਿਬ ਨੂੰ ਆਉਂਦੇ ਨੇ ਰਸਤੇ ਵਿੱਚ ਗੁਰੂ ਸਾਹਿਬ ਮਠੱਡੇ ਪਿੰਡ ਵਿੱਚ ਰੁਕਦੇ ਨੇ ਹੁਣ ਪਹਿਲੀ ਵਾਰੀ ਗੁਰੂ ਸਾਹਿਬ ਮਠੱਡੇ ਪਿੰਡ ਵਿੱਚ ਚਰਨ ਪਾਏ ਨੇ ਉੱਥੇ ਇੱਕ ਵਜ਼ੀਰੇ ਨਾਂ ਦਾ ਸਿੱਖ ਸੀਗਾ ਵਜ਼ੀਰਾ ਉਹਦਾ ਨਾਂ ਸੀ ਉਹਨੂੰ ਸੱਦ ਕੇ ਉਹਨੂੰ ਹੁਕਮ ਕਰਦੇ ਨੇ ਭਜਨ ਲੈ ਲੈ ਉਹ ਅਰਜ਼ ਕਰਦਾ ਹੈ ਪਾਤਸ਼ਾਹ ਕਿਰਪਾ ਕਰੋ ਕੁਝ ਸਮਾਂ ਠਹਿਰ ਕੇ ਲੈ ਲਵਾਂਗਾ ਗੁਰੂ ਸਾਹਿਬ ਹੁਕਮ ਕਰਦੇ ਨਹੀਂ ਹੁਣੀ ਭਜਨ ਲੈ ਉਹਨੂੰ ਭਜਨ ਦਿੱਤਾ ਮਨ ਜਿਹੜਾ ਸੀ ਅਚਾੜਟ ਹੁੰਦਾ ਸੀ ਉਹ ਇੱਕ ਸਥਿਰ ਹੋ ਗਿਆ ਉਹ ਇੱਕ ਥਾਂ ਤੇ ਟਿਕ ਗਿਆ ਭਜਨ ਬਾਣੀ ਕਰਨ ਵਾਲਾ ਮਨ ਬਣ ਗਿਆ ਗੁਰੂ ਸਾਹਿਬ ਹੁਕਮ ਕਰਦੇ ਜਦੋਂ ਅਸੀਂ ਵਾਪਸ ਆਵਾਂਗੇ ਹੋਰ ਵੀ ਜੇ ਕਿਸੇ ਸਿੱਖ ਨੇ ਲੈਣਾ ਹੋਇਆ 10ਵੀਂ ਫਿਰ ਉਦੋਂ ਦਵਾਂਗੇ ਹੁਣ ਤੈਨੂੰ ਹੀ ਭਜਨ ਦੇਣਾ ਇਸ ਤਰ੍ਹਾਂ ਦਾ ਬਚਨ ਕਰਕੇ ਹੁਣ ਉਹ ਸਿੱਖ ਜਿਹੜਾ ਆ ਆਪਣੇ ਨਾਲ ਦੇ ਪਿੰਡਾਂ ਨੂੰ ਦੱਸਦਾ ਹੈ ਕਿ ਰਾਤ ਇਸ ਤਰ੍ਹਾਂ 12ਵੇਂ ਜਾਮੇ ਸਤਗੁਰੂ ਰਾਮ ਸਿੰਘ ਜੀ ਆਏ ਸੀ ਦਰਸ਼ਨ ਕਰਕੇ ਮੂਰਤੀ ਉਹਨਾਂ ਦੀ ਐਸੀ ਉਹਨਾਂ ਦਾ ਚਿਹਰਾ ਸੀ ਇਹ ਐਸੀ ਤੇਜਲਾ ਚਿਹਰਾ ਸੀ ਮਨ ਨੂੰ ਸ਼ਾਂਤੀ ਆਉਂਦੀ ਸੀ ਉਹ ਭਜਨ ਦੱਸ ਕੇ ਗਏ ਨੇ ਮੇਰਾ ਤੇ ਮਨ ਹੀ ਬੜਾ ਸ਼ਾਂਤ ਹੋ ਗਿਆ ਉਸ ਤੋਂ ਬਾਅਦ ਉਹ ਸਿੱਖ ਨਾਲ ਦੇ ਕਹਿੰਦੇ ਨੇ ਕਿ ਹੁਣ ਜਦੋਂ ਵੀ ਠਾਕੁਰ ਜੀ ਆ ਜਦੋਂ ਵੀ ਸਤਗੁਰੂ ਰਾਮ ਸਿੰਘ ਜੀ ਆਉਣ ਤੇ ਸਾਨੂੰ ਵੀ ਭਜਨ ਪੁਛਾਇਓ ਇਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਮਠੱਡੇ ਪਿੰਡ ਦੇ ਵਿੱਚ ਲਾਲਸਾ ਜਗਦੀ ਏ ਗੁਰੂ ਰਾਮ ਸਿੰਘ ਜੀ ਉਸ ਤੋਂ ਬਾਅਦ 2-3 ਵਾਰੀ ਮਠੱਡੇ ਪਿੰਡ ਵਿੱਚ ਜਾਂਦੇ ਨੇ ਤੇ ਜਾ ਕੇ ਉਹ ਸਾਰਾ ਹੀ ਪਿੰਡ ਨਾਮ ਤਾਰੀਆਂ ਦਾ ਬਣ ਜਾਂਦਾ ਹੈ ਸਤਗੁਰੂ ਰਾਮ ਸਿੰਘ ਜੀ ਗੋਲ ਸ੍ਰੀ ਭੈਣੀ ਸਾਹਿਬ ਸੂਬਾ ਸਾਹਿਬ ਸਿੰਘ ਜਿਹੜੇ ਹੋਏ ਸਨ ਸਾਹਿਬ ਬਰਮਾਲੀਪੁਰ ਵਾਲੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਪਾਂ ਅੱਜ ਉਹਨਾਂ ਨੂੰ ਸ਼ਾਰਟ ਭਾਸ਼ਾ ਵਿੱਚ ਬੰਗਾਲੀ ਵੀ ਆਖਿਆ ਜਾਂਦਾ ਸ਼ਹਿਰ ਪਿੰਡ ਦਾ ਨਾਮ ਇਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਰਮਾਲੀਪੁਰ ਪੈ ਜਾਂਦਾ ਉੱਥੋਂ ਦੇ ਸੂਬਾ ਸਾਹਿਬ ਸਿੰਘ ਜੀ ਹੋਏ ਨੇ ਉਹ ਪੈਣੀ ਸਾਹਿਬ ਆਉਂਦੇ ਨੇ ਉਹ ਆਣ ਕੇ ਅਰਜ਼ ਕਰਦੇ ਨੇ ਪਾਤਸ਼ਾਹ ਮੈਂ ਉਹਨਾਂ ਨੇ 9 ਸਾਲ ਉਦਾਸੀ ਸਾਧੂਆਂ ਨਾਲ ਉਹ ਵਿਚਰੇ ਸਨ ਸਾਰੇ ਦੇਸ਼ ਦਾ ਭ੍ਰਮਣ ਕੀਤਾ ਹੋਇਆ ਸੀ ਪਰ ਕਿਤੇ ਵੀ ਜਾ ਕੇ ਮਨ ਨੂੰ ਸ਼ਾਂਤੀ ਨਹੀਂ ਆਈ ਗ੍ਰਸਥ ਜੀਵਨ ਤੇ ਸ਼ੁਰੂ ਵੀ ਨਹੀਂ ਸੀ ਕੀਤਾ ਉਹਨਾਂ ਨੇ ਪਰ ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ ਕਿ ਇੱਕ ਸ਼ਾਂਤ ਲੱਭਦੇ ਫਿਰਦੇ ਸੀ ਸਤਗੁਰੂ ਰਾਮ ਸਿੰਘ ਜੀ ਕੋਲ ਆਏ ਦਰਸ਼ਨ ਕਰਕੇ ਹੀ ਮਨ ਨੂੰ ਸ਼ਾਂਤੀ ਆ ਗਈ ਆਣ ਕੇ ਅਰਜ਼ ਕਰਦੇ ਨੇ ਪਾਤਸ਼ਾਹ ਜੇ ਆਗਿਆ ਹੋਵੇ ਤੇ ਮੈਂ ਤੁਹਾਡੇ ਕੋਲ ਰਹਿਣਾ ਚਾਹੁੰਦਾ ਇੱਥੇ ਗੁਰੂ ਸਾਹਿਬ ਹੁਕਮ ਕਰਦੇ ਨੇ ਸਾਹਿਬ ਸਾਹਿਬ ਹੀ ਨਾ ਸੀ ਉਦੋਂ ਵੀ ਕੀ ਕਰਿਆ ਕਰੇਗਾ ਉਹ ਕਹਿਣ ਲੱਗੇ ਜੀ ਮੈਂ ਇੱਥੇ ਮੈਸਾਂ ਚਾਰ ਲਿਆ ਕਰਾਂਗਾ ਭਾਬ ਮੱਝਾ ਚਾਰ ਲਿਆ ਕਰਾਂਗਾ ਗੁਰੂ ਸਾਹਿਬ ਹੁਕਮ ਕਰਦੇ ਨੇ ਮੈਂ ਜਦੋਂ 7-8 ਸਾਲ ਦਾ ਸੀ ਮੈਂ ਉਦੋਂ ਤੋਂ ਮੱਜਾਂ ਚਾਰਨੀਆਂ ਸ਼ੁਰੂ ਕੀਤੀਆਂ ਨੇ ਅੱਜ ਤੂੰ ਆਣ ਕੇ ਮੈਨੂੰ ਆਖਿਆ ਕਿ ਮੈਂ ਤੁਹਾਡੀ ਡਿਊਟੀ ਸੰਭਾਂਗਾ ਭਾਵੇਂ ਮੈਂ ਤੁਹਾਡੀਆਂ ਮੱਜਾਂ ਸੰਭ ਲਾਵਾਂਗਾ ਨਾਲ ਬਚਨ ਕਰਦੇ ਨੇ ਇੱਕ ਗੁਰਦੇਵ ਸਿੰਘ ਆਇਆ ਸੀ ਉਹਨੂੰ ਉਹ ਆਇਆ ਉਹਨੂੰ ਸੱਚ ਪਾਸ਼ਾ ਦੀ ਹੱਟੀ ਤੇ ਬਿਠਾ ਦਿੱਤਾ ਇੱਕ ਹੋਰ ਇਸ ਤਰ੍ਹਾਂ ਜਿਵੇਂ ਸੋਧ ਸਿੰਘ ਆਇਆ ਲਾਭ ਸਿੰਘ ਦੋਵੇਂ ਰਾਗੀ ਸਨ ਆਸਾ ਦੀ ਵਾਰ ਲਾਉਂਦੇ ਸਨ ਭਾਈ ਕਾਹਨ ਸਿੰਘ ਜੀ ਵੀ ਆ ਗਏ ਸੰਤ ਜਵਾਰ ਸਿੰਘ ਜੀ ਵੀ ਆ ਗਏ ਇਸ ਤਰ੍ਹਾਂ ਕਾਫੀ ਸਿੰਘ ਵਾਰੀ ਵਾਰੀ ਭੈਣੀ ਸਾਹਿਬ ਆ ਰਹੇ ਨੇ ਸਚਪਾਸ਼ਾ ਜੀ ਕੋਲ ਜਸ ਸੁਣ ਕੇ ਤੇ ਜਿਵੇਂ ਜਿਵੇਂ ਸਿੱਖ ਆ ਰਹੇ ਨੇ ਓਵੇਂ ਓਵੇਂ ਗੁਰੂ ਸਾਹਿਬ ਉਹਨਾਂ ਨੂੰ ਉਹਨਾਂ ਦੀਆਂ ਡਿਊਟੀਆਂ ਕਹਿ ਸਕਦੇ ਆ ਉਹਨਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਸਮਝਾ ਰਹੇ ਨੇ ਕਿ ਤੁਸੀਂ ਕਿਸ ਤਰ੍ਹਾਂ ਭੈਣੀ ਸਾਹਿਬ ਵਿੱਚ ਰਹਿਣਾ ਹੈ ਵਿਚਰਨਾ ਹੈ ਸਿੱਖੀ ਨੂੰ ਕਿਸ ਤਰ੍ਹਾਂ ਸੰਭਾਲ ਕੇ ਉਹਦਾ ਪ੍ਰਚਾਰ ਕਰਨਾ ਹੈ ਨਾਲ ਹੀ ਸਚਪਾਸ਼ਾ ਜੀ ਹੁਕਮ ਕਰਦੇ ਨੇ ਅਸੀਂ ਪਹਿਲਾਂ ਸੇਵਾ ਕੀਤੀ ਸੀ ਅੱਜ ਸਾਨੂੰ ਅਕਾਲ ਪੁਰਖ ਨੇ ਸਿੱਖ ਭੇਜ ਕੇ ਸੇਵਾਦਾਰ ਭੇਜ ਦਿੱਤੇ ਨੇ ਹੁਣ ਸਾਡੀ ਟੈਲ ਸਾਂ ਤਾਂ ਹੋ ਰਹੀ ਏ ਤਾਂ ਸਾਡੀ ਸੇਵਾ ਹੋ ਰਹੀ ਏ ਪਹਿਲਾਂ ਅਸੀਂ ਕੀਤੀ ਸੀ ਸੇਵਾ ਆਪਣੇ ਹੱਥੀਂ ਸੇਵਾ ਕੀਤੀ ਸੀ ਤੁਸੀਂ ਕੱਲ ਸੁਣਿਆ ਵੀ ਸਾਕੂ ਰਾਮ ਸਿੰਘ ਜੀ ਕਿੰਨੀ ਕਿਰਤ ਕਰਦੇ ਸਨ ਆਪਣੇ ਹੱਥੀਂ ਆਪਣੇ ਜਿਹੜੇ ਨੇ ਖੇਤੀ ਕਰਦੇ ਨੇ ਗੁਰੂ ਰਾਮ ਸਿੰਘ ਜੀ ਗੁੜ ਦਾ ਕੰਮ ਸ਼ੱਕਰ ਕਿੰਨੀ ਵਧੀਆ ਬਣਾ ਲੈਂਦੇ ਨੇ ਹੱਟੀ ਕੀਤੀ ਏ ਕਿੰਨਾ ਕੁਝ ਕੀਤਾ ਸਾਕੂ ਰਾਮ ਸਿੰਘ ਨੇ ਦਸਾਂ ਨੋਆਂ ਦੀ ਕੀਰਤ ਕਰਕੇ ਗੁਰੂ ਸਾਹਿਬ ਨੇ ਆਪ ਛਕਿਆ। ਇਹੀ ਹੁਣ ਦਾਤ ਗੁਰੂ ਸਾਹਿਬ ਸਿੱਖਾਂ ਨੂੰ ਦੇ ਰਹੇ ਨੇ ਕਿ ਤੁਸੀਂ ਵੀ ਦਸਾਂ ਨੋਆਂ ਦੀ ਕੀਰਤ ਕਰਕੇ ਹੀ ਪ੍ਰਸ਼ਾਦਾ ਛਕਣਾ ਹੈ। ਸਿੱਖਾਂ ਨੂੰ ਹੁਕਮ ਕਰ ਰਹੇ ਨੇ ਤੁਸੀਂ ਕਿਸੇ ਦੇ ਘਰੋਂ ਪ੍ਰਸ਼ਾਦ ਪਾਣੀ ਨਹੀਂ ਛਕਣਾ। ਜਿਨੇ ਭਜਨ ਨਹੀਂ ਪੁੱਛਿਆ ਉਹਦੇ ਕੋਲੋਂ ਪ੍ਰਸ਼ਾਦ ਪਾਣੀ ਨਹੀਂ ਛਕਣਾ। ਜੇ ਉਹ ਭਜਨ ਪੁੱਛ ਲਵੇ, ਮਾਸ ਸ਼ਰਾਬ ਛੱਡ ਦੇਵੇ ਤਾਂ ਤੁਸੀਂ ਉਹਦੇ ਕੋਲੋਂ ਭਜਨ ਪ੍ਰਸ਼ਾਦਾ ਛਕਣਾ ਹੈ। ਇਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਹੁੰਦਾ ਗਿਆ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਸਿੱਖ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਮਾਰਚ 1881 ਨੂੰ ਗੁਰੂ ਸਾਹਿਬ ਦੂਸਰੀ ਵਾਰ ਮਠੱਡੇ ਜਾਂਦੇ ਨੇ ਹੁਣ ਜਦੋਂ ਉਹਦੋਂ ਪਿੰਡ ਵਿੱਚ ਜਾਂਦੇ ਨੇ ਤੇ ਜਿਹੜੇ ਉਹ ਵਜੀਰਾ ਸਿੰਘ ਜਰਾ ਵਜੀਰ ਸਿੰਘ ਬਾਚਨਾ ਬਣ ਗਿਆ ਅਮਰ ਸ਼ੱਕੇ ਫਿਰ ਉਹ ਸਿੱਖ ਨੇ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਜ਼ ਕੀਤੀ ਗੁਰੂ ਸਾਹਿਬ ਇਹ ਸਿੱਖ ਆਏ ਨੇ ਭਜਨ ਪੁਸ਼ਣਾ ਚਾਹੁੰਦੇ ਨੇ ਸਾਰੇ ਪਿੰਡ ਨੇ ਭਜਨ ਪੁਛ ਲਿਆ ਇਹ ਮਠੱਡਿਆਂ ਦਾ ਪਿੰਡ ਜਿਹੜਾ ਸੀ ਇਹ ਸਾਰਾ ਹਿੱਜੇ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਇੱਕ ਵੀ ਅ ਕਾਰਨ ਆਮ ਧਾਰੀਆਂ ਤੋਂ ਬਗੈਰ ਹੋਵੇਗਾ ਸਾਰਾ ਹੀ ਪਿੰਡ ਜਿਹੜਾ ਸੀ ਮਠੱਡਿਆਂ ਦਾ ਉਹਨਾਂ ਨੇ ਭਜਨ ਪੁਛ ਲਿਆ ਗੁਰੂ ਰਾਮ ਸਿੰਘ ਦੇ ਸਿੱਖ ਬਣ ਗਏ ਸੱਚ ਪਾਤਸ਼ਾਹ ਜੀ ਮਠੱਡਿਆਂ ਤੋਂ ਤੁਲੇਤੇ ਪਿੰਡ ਵਿੱਚ ਗਏ ਉੱਥੇ ਜਾ ਕੇ ਸਿੱਖਾਂ ਨੂੰ ਸਿੱਖੀ ਦਾ ਪ੍ਰਚਾਰ ਕੀਤਾ ਵਾਪਸ ਪੈਣੀ ਸਾਹਿਬ ਨੂੰ ਆਉਂਦਿਆਂ ਰਸਤੇ ਵਿੱਚ ਆਪਣੀ ਲੁਧਿਆਣੇ ਮਾਮੀ ਕੋਲ ਠਹਿਰਦੇ ਨੇ ਪ੍ਰਸ਼ਾਦ ਪਾਣੀ ਛੱਕ ਕੇ ਉਸ ਤੋਂ ਬਾਅਦ ਵਾਪਸ ਪੈਣੀ ਸਾਹਿਬ ਨੂੰ ਆਉਂਦੇ ਆਂ ਰਸਤੇ ਵਿੱਚ ਇੱਕ ਫਾਂਦਕ ਦਿਸਦਾ ਆ ਉਹਨੇ ਪਿੰਜਰੇ ਵਿੱਚ ਪੰਛੀਆਂ ਨੂੰ ਕੈਦ ਕਰਕੇ ਰੱਖਿਆ ਹੋਇਆ ਸੀ ਸਤਗੁਰੂ ਰਾਮ ਸਿੰਘ ਜੀ ਨੇ ਜਦੋਂ ਪਿੰਜਰੇ ਵਿੱਚ ਉਹਨਾਂ ਪੰਛੀਆਂ ਨੂੰ ਦੇਖਿਆ ਤੇ ਗੁਰੂ ਸਾਹਿਬ ਹੁਕਮ ਕਰਦੇ ਨੇ ਸਾਹਿਬ ਸਿੰਘ ਨੂੰ ਕੀ ਸਾਹਿਬ ਸਿੰਘ ਇਹਦਾ ਪੰਛੀਆਂ ਦਾ ਮੁੱਲ ਪੁੱਛ ਕੀ ਹੈ ਸਾਹਿਬ ਸਿੰਘ ਜੀ ਉਸ ਪੰਛੀਆਂ ਦਾ ਉਹਨਾਂ ਦੇ ਕੋਲੋਂ ਮੁੱਲ ਪੁੱਛਦੇ ਨੇ ਤੇ ਉਹ ਪੰਛੀਆਂ ਦਾ ਮੁੱਲ ਦੱਸਦਾ 4 ਰੁਪਏ 5 ਰੁਪਏ ਤੇ ਉਹਦੇ ਕੋਲ ਦੋ ਸਹਿ ਭਾਵ ਦੋ ਉਹਦੇ ਕੋਲ ਤਿੱਤਰਸਣ ਕਾਂ ਕਬੂਤਰ ਚਿੜੀਆਂ ਕੁਝ ਵੀ ਇਸ ਤਰ੍ਹਾਂ ਦਾ ਉਹਨੇ ਪੰਛੀ ਸੰੜੜੇ ਉਹ ਰੱਖੇ ਹੋਏ ਸਨ ਕੈਦ ਕਰਕੇ ਗੁਰੂ ਸਾਹਿਬ ਨੇ ਚਰਨ ਲਾਇਆ ਤੇ ਉਹ ਜਿਹੜਾ ਉਹਦਾ ਜਿਹਦੇ ਵਿੱਚ ਕੈਦ ਕੀਤੇ ਹੋਏ ਸਨ ਪੰਛੀ ਉਹ ਚਰਨ ਲਾ ਕੇ ਉਹ ਪਿੰਜਰਾ ਤੋੜ ਦਿੱਤਾ ਖੋਲ ਦਿੱਤਾ ਤੇ ਸਾਰੇ ਪੰਛੀ ਜਿਹੜੇ ਸੀ ਉਹਦੇ ਉਡਾ ਦਿੱਤੇ ਹੁਕਮ ਕੀਤਾ ਵੀ ਐਵੇਂ ਪੰਛੀ ਨਹੀਂ ਫੜਨ ਦੇਣੇ ਫੇਰ ਉਨੇ ਅਰਜ ਕੀਤੀ ਜੀ ਮੇਰਾ ਤੇ ਇਨਾ ਨੁਕਸਾਨ ਕਰ ਦਿੱਤਾ ਤੁਸੀਂ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਸਾਹਿਬ ਸਿੰਘ ਨੂੰ ਇਹਨੂੰ ਪੁੱਛ ਕਿੰਨਾ ਨੁਕਸਾਨ ਹੋਇਆ ਜਿੰਨਾ ਨੁਕਸਾਨ ਹੋਇਆ ਉਹ ਸਾਰੇ ਪੈਸੇ ਇਹਨੂੰ ਵਾਪਸ ਉਹਦੇ ਦੇ ਦਿਓ ਇਸ ਤਰ੍ਹਾਂ ਗੁਰੂ ਸਾਹਿਬ ਜੀਵਾਂ ਤੇ ਤੇ ਉਧਾਰਕਾਰ ਹੀ ਰਹੇ ਨੇ ਲੋਕਾਂ ਦਾ ਤੇ ਉਧਾਰਕਾਰ ਹੀ ਰਹੇ ਨੇ ਚਰਣਾ ਵਿੱਚ ਲਾ ਕੇ ਪਰ ਉਹ ਪ੍ਰਾਣੀ ਮਾਤਰ ਦੇ ਸਤਿਗੁਰ ਨੇ ਉਹ ਵਾਪਸ ਪੰਛੀਆਂ ਨੂੰ ਪਸ਼ੂ ਪੰਛੀਆਂ ਤੇ ਵੀ ਉਸੇ ਤਰ੍ਹਾਂ ਹੀ ਕਿਰਪਾ ਕਰਦੇ ਨੇ ਬ੍ਰਹਮਾ ਸਿੰਘ ਜੀ ਨਾ ਹੀ ਸਾਧੂਆਂ ਦੇ ਮਹੰਤ ਸਨ ਉਹ ਸੱਚ ਪਾਛ ਦੇ ਚਰਨੀ ਆਉਂਦੇ ਨੇ ਉਹ ਵੀ ਸਿੱਖ ਬਣ ਜਾਂਦੇ ਨੇ ਬਾਬਾ ਜਵਾਰ ਸਿੰਘ ਜੀ ਇਹ ਨਿਰਮਲਿਆਂ ਚੋਂ ਆਏ ਸਨ ਜਿਹੜੇ ਨੇ ਉਹ ਵੀ ਆਣ ਕੇ ਸੱਚ ਪਾਸ਼ਾ ਜੀ ਦੇ ਸਿੱਖ ਬਣ ਜਾਂਦੇ ਨੇ ਬਾਬਾ ਜਵਾਰ ਸਿੰਘ ਜੀ ਤੋਂ ਸਾਧ ਸੰਗਤ कंफ्यूज ਨਾ ਹੋਇਓ ਜਵਾਰ ਸਿੰਘ ਜੀ ਦੋ ਹੋਏ ਨੇ ਇੱਕ ਮਿਰਜ਼ੇਪੁਰ ਵਾਲੇ ਇੱਕ ਇਹ ਬਾਬਾ ਜਵਾਰ ਸਿੰਘ ਜਿਹੜੇ ਮਿਰਜ਼ੇਪੁਰ ਵਾਲੇ ਨੇ ਉਹਨਾਂ ਨੇ ਠਹਿਰ ਕੇ ਹਲੇ ਸੱਚ ਪਾ ਦੇ ਚਰਨਾ ਚਾਉਣਾ ਹੈ ਉਹਨਾਂ ਨੇ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਸੁੱਤੇ ਨਹੀਂ ਜਿਹੜੇ ਭਜਨ ਬੰਦਗੀ ਕਰਦੇ ਰਹੇ ਉਹ ਸੰਤ ਜਵਾਰ ਸਿੰਘ ਜੀ ਮਿਰਜੀਵਾਲ ਵਾਲੇ ਸਨ ਹੁਣ ਇਸ ਟਾਈਮ ਬਾਬਾ ਜਵਾਰ ਸਿੰਘ ਜੀ ਇਹ ਬਹੁਤ ਵਿਦਵਾਨ ਸਨ ਬਹੁਤ ਪੜੇ ਲਿਖੇ ਸਨ ਉਹ ਸੱਚ ਪਾਸ਼ਾ ਜੀ ਦੇ ਚਰਨਾ ਵਿੱਚ ਆਉਂਦੇ ਨੇ ਇਹਨਾਂ ਦਾ ਜੀਵਨ ਬਹੁਤ ਲੰਮਾ ਆ ਮੈਂ ਕਿਸੇ ਦਿਨ ਟਾਈਮ ਕੱਢ ਕੇ ਇਹ ਕੱਲੇ ਕੱਲੇ ਸਿੱਖ ਬਾਰੇ ਵੀ ਕੋਸ਼ਿਸ਼ ਕਰਾਂਗੇ ਕਿ ਸਾਹ ਸੰਗਤ ਦੇ ਚਰਨਾ ਵਿੱਚ ਉਹਨਾਂ ਸਿੱਖਾਂ ਦੀਆਂ ਜੀਵਨੀਆਂ ਵੀ ਸੁਣਾਈਆਂ ਜਾਣ ਕਿ ਉਹ ਕਿਸ ਤਰ੍ਹਾਂ ਦੇ ਧ੍ਰਿੜ ਮਾਬਲੀ ਸਤਿਗੁਰ ਦੇ ਸਿੱਖ ਬਣੇ ਪਹਿਲਾਂ ਉਹਨਾਂ ਵਿੱਚ ਕਿੰਨਾ ਉਹਨਾਂ ਨੇ ਵਿਦਵਾਨ ਸਨ ਪਰ ਫਿਰ ਜਦੋਂ ਸੱਚ ਪਛ ਦੇ ਚਰਨਾਂ ਵਿੱਚ ਆਏ ਉਸ ਤੋਂ ਬਾਅਦ ਉਹ ਕਿਤੇ ਵੀ ਨਹੀਂ ਗਏ ਸਤਿਗੁਰ ਦੇ ਘਰ ਦੇ ਹੋ ਕੇ ਰਹਿ ਗਏ ਸਤਿਗੁਰੂ ਰਾਮ ਸਿੰਘ ਜੀ ਸਿੱਖਾਂ ਨੂੰ ਅਰਦਾਸਾਂ ਲਿਖ ਭੇਜੀਆਂ ਹੁਕਮਨਾਮੇ ਲਿਖ ਕੇ ਭੇਜੇ ਕਿ ਅਰਧ ਗੁੰਬੀ ਤੇ ਹਰਦਵਾਰ ਜਾਣਾ ਹੈ ਜਿਨ੍ਹਾਂ ਨੇ ਜਾਣਾ ਹੋਵੇ ਨਾਲ ਉਹ ਤਿਆਰ ਹੋ ਜਾਣ ਅਸੀਂ ਵਿਸਾਖੀ ਜਿਹੜੀ ਏ ਉਹ ਹਰਦਵਾਰ ਵਿੱਚ ਉੱਥੇ ਜਾ ਕੇ ਕਰਾਂਗੇ ਸਾ ਸੰਗਤ ਜੀ ਸਚਪਾਸ਼ਾ ਜੀ ਵਿਸਾਖੀ ਦੇ ਜਨ ਲਈ ਪੈਣੀ ਸਾਬੋਂ ਚੱਲਦੇ ਨੇ ਪੈਣੀ ਸਾਬੋਂ ਜਦੋਂ ਚੱਲਦੇ ਨੇ ਅਰਧ ਗੁੰਬੀ ਤੇ ਹਰਦਵਾਰ ਜਾਣ ਲਈ ਆਪਣੇ ਨਾਲ ਕੋਈ 25 30 ਸਰੀਰ ਸਚਪਾਸ਼ਾ ਦੇ ਨਾਲ ਜਾਂਦੇ ਨੇ ਸਤਿਗੁਰੂ ਰਾਮ ਸਿੰਘ ਜੀ ਤਾਇਆ ਜੀ ਸਤਿਗੁਰੂ ਹਰੀ ਸਿੰਘ ਜੀ ਬਾਬਾ ਬੁੱਧ ਸਿੰਘ ਜੀ ਦੇ ਰੂਪ ਵਿੱਚ ਸਨ ਉਹ ਦੋ ਬਾਬਾ ਜੱਸਾ ਸਿੰਘ ਜੀ ਬਾਬਾ ਤਾਇਆ ਜੀ ਨਥਾ ਸਿੰਘ ਹੀ ਸਨ ਉਹ ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਦਾ ਪਰਿਵਾਰ ਜਿਹੜਾ ਹੈ ਦੋਵੇਂ ਬੇਟੀਆਂ ਮਾਤਾ ਜੱਸਾ ਜੀ ਤੇ ਸਾਰੇ ਨਾਲ ਗੁਰੂ ਸਾਹਿਬ ਦੇ ਸਿੱਖ ਜਿਹੜੇ ਨੇ ਸਾਰੇ ਚੱਲਦੇ ਨੇ ਗੁਰੂ ਸਾਹਿਬ ਭੈਣੀ ਸਾਹਿਬ ਤੋਂ ਚੱਲ ਕੇ ਦਰਾਹੇ ਤੋਂ ਹੋ ਕੇ ਖੰਨੇ ਤੱਕ ਜਾਂਦੇ ਨੇ ਜਦੋਂ ਰਸਤੇ ਛਲੇ ਦਰਾਏ ਦੇ ਕੋਲ ਪਹੁੰਚਦੇ ਨੇ ਇੱਕ ਬੀਬੀ ਸਚਪਾਸ਼ਾ ਜੀ ਦੇ ਨਾਲ ਜਾ ਰਹੀ ਸੀ ਕਾਫਲੇ ਵਿੱਚ ਗੁਰੂ ਸਾਹਿਬ ਹੁਕਮ ਕਰਦੇ ਨੇ ਕੋਸ ਬੀਬੀ ਨੂੰ ਜਦੋਂ ਗੁਰੂ ਸਾਹਿਬ ਦਰਾਇ ਦੇ ਕੋਲ ਪਹੁੰਚਦੇ ਨੇ ਉਹ ਇੱਕ ਨਾਲ ਕਾਫਲੇ ਵਿੱਚ ਬੀਬੀ ਸੀ ਉਸ ਬੀਬੀ ਨੂੰ ਗੁਰੂ ਸਾਹਿਬ ਹੁਕਮ ਕਰਦੇ ਨੇ ਤੈਂ ਫਲਾਣਾ ਪਾਪ ਕੀਤਾ ਆ ਪਹਿਲਾਂ ਤੇ ਉਹ ਬੀਬੀ ਮੰਨੀ ਨਾ ਅੱਗੋਂ ਮੁਕਰ ਗਈ ਨਹੀਂ ਜੀ ਮੈਂ ਉਹ ਪਾਪ ਨਹੀਂ ਕੀਤਾ ਗੁਰੂ ਸਾਹਿਬ ਹੁਕਮ ਕੀਤਾ ਠੀਕ ਐ ਨਹੀਂ ਕੀਤਾ ਗੁਰੂ ਸਾਹਿਬ ਨੇ ਗੜਵੀ ਲੈ ਲਈ ਉੱਥੇ ਤੇ ਕੁਝ ਹੀ ਲਿਖਿਆ ਭਾਵ ਸਮਝਾਉਣ ਵਾਸਤੇ ਗੜਵੀ ਲੈ ਕੇ ਗੜਵੀ ਦੇ ਵਿੱਚ ਇੱਕ ਲੀਰ ਲੈ ਕੇ ਕੱਪੜੇ ਦੀ ਉਹਨੂੰ ਅੱਗ ਲਾ ਕੇ ਤੇ ਗੜਵੀ ਦੇ ਵਿੱਚ ਪਾ ਕੇ ਉਹਦੇ ਉੱਤੇ ਢੱਕਣ ਰੱਖ ਦਿੱਤਾ ਹੁਣ ਅੱਗ ਉਸ ਗੜਵੀ ਦੇ ਵਿੱਚ ਲਾਈ ਪਰ ਉਹ ਅਗ ਉਸ ਬੀਬੀ ਦੇ ਤਨ ਨੂੰ ਲੱਗਣੀ ਸ਼ੁਰੂ ਹੋ ਗਈ। ਉਹ ਜਦੋਂ ਉਹਦੇ ਤਨ ਨੂੰ ਅਗ ਲੱਗੀ ਸੇਕ ਲੱਗਿਆ ਫਿਰ ਅਰਜ ਕਰਦੀ ਮਹਾਰਾਜ ਪਾਤਸ਼ਾਹ ਮੈਂ ਭੁੱਲ ਗਈ ਮੈਂ ਉਹ ਪਾਪ ਕੀਤਾ ਮੈਨੂੰ ਬਖਸ਼ੋ ਮੇਰੇ ਤਨ ਨੂੰ ਤੇ ਅਗ ਲੱਗਦੀ ਪਈ ਏ। ਗੁਰੂ ਸਾਹਿਬ ਨੇ ਦਵਾ-ਦਾਬ ਉਸ ਗੜੀਵੀ ਦੇ ਵਿੱਚ ਜਿਹੜੀ ਉਹ ਲੀਰ ਨੂੰ ਅਗ ਲਾਈ ਸੀ ਉਹਨੂੰ ਬਜਾ ਦਿੱਤਾ ਤੇ ਉਹਦੇ ਤਨ ਨੂੰ ਅਗ ਲੱਗਣੋਂ हट ਗਈ ਸ਼ਾਂਤੀ ਆ ਗਈ। ਸਾਧ ਸੰਗਤ ਜੀ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਮੈਨੂੰ ਤੁਸੀਂ ਸਧਾਰਨ ਮਨੁੱਖ ਨਾ ਸਮਝਿਆ ਜੇ ਇਹ ਬਹੁਤ ਘੱਟ ਬਖਸ਼ਿਸ਼ ਕਰਦੇ ਨੇ ਇਸ ਤਰ੍ਹਾਂ ਸੱਚ ਪਾਤਸ਼ਾਹ ਜਿਉਂ ਕੀਤਾ ਜੋ ਮੈਨੂੰ ਮਨੁੱਖ ਸਮਝੇਗਾ ਉਸ ਦਾ ਕਦੇ ਪੜਾ ਨਹੀਂ ਹੋਵੇਗਾ ਮੈਂ ਤੇ ਹੈ ਹੀ ਕਾਲਪੁਰਖ ਤੁਸੀਂ ਮੇਰੇ ਤੋਂ ਝੂਠ ਨਹੀਂ ਬੋਲਣਾ ਇਸ ਤਰ੍ਹਾਂ ਸਿੱਖਾਂ ਨੂੰ ਉਹਨਾਂ ਦੇ ਗੁਨਾਹਾਂ ਨੂੰ ਉਹਨਾਂ ਦੇ ਕੋਲੋਂ ਬੁਲਾ ਕੇ ਪੁਸ਼ਾ ਕੇ ਜਦੋਂ ਉਹ ਮੰਨ ਜਾਣ ਫਿਰ ਉਹਨਾਂ ਨੂੰ ਮਾਫ ਕਰ ਦੇਣਾ ਸੱਚ ਪਾਤਸ਼ਾਹੀ ਖੰਨੇ ਪੜਾ ਕਰਦੇ ਨੇ ਖੰਨੇ ਇੱਕ ਰਾਤ ਰੁੱਕ ਕੇ ਉਸ ਤੋਂ ਬਾਅਦ ਅਗਲੇ ਦਿਨ ਫਿਰ ਉਥੋਂ ਖੰਨੇ ਤੋਂ ਚੱਲਦੇ ਨੇ ਜਦੋਂ ਖੰਨੇ ਤੋਂ ਚੱਲਦੇ ਨੇ ਖੰਨੇ ਤੋਂ ਹੱਲੇ ਚੱਲੇ ਹੀ ਸਨ ਤੇ ਧੁੱਪ ਚੜ ਜਾਂਦੀ ਏ ਧੁੱਪ ਚੜ ਜਾਂਦੀ ਏ ਤੇ ਗੁਰੂ ਸਾਹਿਬ ਹੁਕਮ ਕਰਦੇ ਨੇ ਸਾਨੂੰ ਛਾਂ ਚਾਹੀਦੀ ਏ ਛਾਂ ਚਾਹੀਦੀ ਏ ਸਾਨੂੰ ਤੂੰ ਛਾਂ ਛੱਡ ਇੰਦਰ ਦੇਵਤਾ ਨੂੰ ਹੁਕਮ ਕਰਦੇ ਨੇ ਤੈਨੂੰ ਨਹੀਂ ਪਤਾ ਕੀ ਮੈਨੂੰ ਛਾਂ ਦੀ ਲੋੜ ਐ ਸਾਨੂੰ ਸੰਗਤ ਜਿਹੜੀ ਇਹ ਧੁੱਪੇ ਜਾ ਰਹੀ ਏ ਉਸੇ ਟਾਈਮ ਦਵਾ-ਦਵ ਇੱਕ ਬਦਲੀ ਆਈ ਉਹਨੇ ਛਾਂ ਕਰ ਦਿੱਤੀ ਦੇਖਦਿਆਂ ਦੇਖਦਿਆਂ ਕੁਝ ਸਮਾਂ ਵਿੱਚ ਜਿਹੜੇ ਆਕਾਸ਼ ਵਿੱਚ ਬੱਦਲ ਨਹੀਂ ਸਨ ਬਹੁਤ ਸਾਰੇ ਬੱਦਲ ਆ ਗਏ ਛਾਂ ਹੋ ਗਈ ਤੇ ਸਿੱਖਾਂ ਨੂੰ ਚੱਲਣਾ ਸੌਖਾ ਹੋ ਗਿਆ ਤਨ ਅੰਤਰਜਾਮੀ ਤਨ ਸਿੱਖ ਜਿਹੜੇ ਨੇ ਉਹ ਤਨ ਤਨ ਸਤਿਗੁਰੂ ਆਖਦੇ ਸੱਚ ਪਾਛੇ ਦੇ ਨਾਲ ਸਖਾਲੂ ਰੂਪ ਵਿੱਚ ਹੋ ਕੇ ਚੱਲਦੇ ਪਏ ਨੇ ਉਹ ਇਹ ਜਿਹੜਾ ਧੁੱਪੇ ਸਫਰ ਕਰਨਾ ਸੀ ਹੁਣ ਉਹ ਬੱਦਲ ਦੀ ਛਾਂ ਹੇਠ ਸਫਰ ਕਰਦੇ ਜਾ ਰਹੇ ਨੇ ਤੇ ਤਨ ਸਰਬ ਕਟਾ ਕੇ ਅੰਤਰਜਾਮੀ ਸਤਿਗੁਰਾਂ ਦਾ ਜਸ ਕਰਦੇ ਕਰਦੇ ਉਹਨਾਂ ਦੇ ਨਾਲ ਜਾ ਰਹੇ ਨੇ ਅੱਗੇ ਜਾ ਕੇ ਗੁਰੂ ਸਾਹਿਬ ਨੇ ਅੰਬਾਲੇ ਜਾ ਕੇ ਪੜਾ ਕੀਤਾ ਅੰਬਾਲੇ ਪੜਾਹ ਕਰਦੇ ਨੇ ਅੰਬਾਲੇ ਤੋਂ ਅੱਗੇ ਚੱਲ ਕੇ ਇੱਕ ਮਾਰਕੰਡਾ ਰਿਵਰ ਆਉਂਦੀ ਏ ਤੁਸੀਂ ਅੱਜ ਵੀ ਉਹਦਾ ਨਾਮ ਮਾਰਕੰਡਾ ਹੀ ਹੈ ਜਿਸੀਂ ਗੂਗਲ ਦੇ ਮੈਪ ਵਿੱਚ ਦੇਖੀਏ ਜਦੋਂ ਗੁਰੂ ਸਾਹਿਬ ਉਸ ਨਦੀ ਦੇ ਕੋਲ ਪਹੁੰਚਦੇ ਨੇ ਮਾਰਕੰਡਾ ਨਦੀ ਦੇ ਕੋਲ ਪਹੁੰਚਦੇ ਨੇ ਉੱਥੇ ਜਾ ਕੇ ਹੁਕਮ ਕਰਦੇ ਨੇ ਕੋਈ ਦਰਖਤ ਨਹੀਂ ਕੋਈ ਮੈਦਾਨ ਦਾ ਇਲਾਕਾ ਆ ਉਸ ਵੇਲੇ ਰਾਤ ਨੂੰ ਸ਼ਾਮਾਂ ਦਾ ਟਾਈਮ ਹੋ ਜਾਂਦਾ ਹੈ ਮੀਂਹ ਪੈਣ ਲੱਗ ਜਾਂਦਾ ਹੈ ਗੜੇ ਪੈਣ ਲੱਗ ਜਾਂਦੇ ਬਹੁਤ ਤੇਜ਼ੀ ਨਾਲ ਪੈਣ ਲੱਗ ਜਾਂਦੇ ਨੇ ਹੁਣ ਜਦੋਂ ਗੜੇ ਪੈ ਰਹੇ ਨੇ ਮੀਂਹ ਪੈ ਰਿਹਾ ਤੇ ਥੱਲੇ ਲੁਕਣ ਨੂੰ ਜੇ ਤੁਸੀਂ ਦਰਖਤਾਂ ਥੱਲੇ ਵੀ ਖਲੋਜੋ ਅਕਸਰ ਨੂੰ ਪਾਣੀ ਤੇ ਪਏਗਾ ਕਿਹੜਾ ਕੋਈ ਕੋਲ ਇਂਤਜ਼ਾਮ ਹੈ ਘਾਰਿਆ ਜਾਂ ਕੋਈ ਕੋਠਾ ਬਣਿਆ ਜਿਹਦੇ ਵਿੱਚ ਲੁਕ ਜਾਣਾ ਹੈ ਕਿਹੜਾ ਕੋਈ ਛਤਰੀਆਂ ਨੇ ਜਦੋਂ ਤੇਜ਼ੀ ਨਾਲ ਗੜੇ ਪੈਣ ਲੱਗੇ بارش ਤੇਜ਼ ਹੋ ਗਈ ਗੁਰੂ ਸਾਹਿਬ ਹੁਕਮ ਕਰਦੇ ਨੇ ਸਿੱਖਾਂ ਨੂੰ ਆਪਣਾ ਆਪਣਾ ਤੁਸੀਂ ਭਜਨ ਬਾਣੀ ਦਿਓ ਤੇ ਤਾਂ ਕਿ ਇਹ ਮੀਂਹ ਬੰਦ ਹੋ ਜਾਵੇ ਕਿਸੇ ਨੇ ਆਖਿਆ ਜੀ ਮੈਂ ਆਪਣਾ ਇੱਕ ਘੜੀ ਦਾ ਭਜਨ ਦਿੰਨਾ ਕਿਸੇ ਨੇ ਆਖਿਆ ਜੀ ਮੈਂ ਆਪਣਾ ਇੱਕ ਪਹਿਰ ਦਾ ਭਜਨ ਦਿੰਨਾ ਕਿਸੇ ਨੇ ਆਖਿਆ ਜੀ ਮੈਂ ਆਪਣਾ ਫਰਾਨੇ ਜਪਜੀ ਸਾਹਿਬ ਦਾ ਪਾਠ ਦਿੰਨਾ ਮੈਂ ਜਾਪ ਸਾਹਿਬ ਦਾ ਪਾਠ ਕੀਤਾ ਉਹ ਦਿੰਨਾ ਪਰ ਮੀ ਨਾ ਬੰਦ ਹੋਵੇ ਸਾਰੇ ਸਿੱਖ ਇਸ ਤਰ੍ਹਾਂ ਇਸ ਤਰ੍ਹਾਂ ਕਰੀ ਜਾਣ ਗੁਰੂ ਸਾਹਿਬ ਨੇ ਇੱਕ ਸਿੱਖ ਕਿੰਦਾ ਜੀ ਮੈਂ ਅੱਧਾ ਸੁਖਮਨੀ ਸਾਹਿਬ ਦਾ ਪਾਠ ਦਿੰਨਾ ਗੁਰੂ ਸਾਹਿਬ ਪਰ ਮੀ ਨਾ ਬੰਦ ਹੋਇਆ ਗੁਰੂ ਸਾਹਿਬ ਨੂੰ ਹੁਕਮ ਕਰਦੇ ਨੇ ਤੂੰ ਅੱਧਾ ਸੁਖਮਨੀ ਸਾਹਿਬ ਦਾ ਪਾਠ ਦਿੱਤਾ ਹੈ ਅੱਧਾ ਕਰ ਲੈ ਕੇ ਜਾਣਾ ਤੂੰ ਇਸ ਤਰ੍ਹਾਂ ਦਾ ਬਚਨ ਕੀਤਾ ਨੂੰ ਕੋਈ ਸਿੱਖ ਕੋਝ ਕਹਿ ਰਿਹਾ ਕੁਝ ਕੁਝ ਕਹਿ ਰਿਹਾ ਸੂਬਾ ਸਾਹਿਬ ਸਿੰਘ ਜਿਹੜੇ ਸਨ ਉਸ ਵੇਲੇ ਸੂਬੇ ਨਹੀਂ ਸਨ ਹਲੇ ਬਣਾਏ ਗੁਰੂ ਸਾਹਿਬ ਨੇ ਸਾਹਿਬ ਸਿੰਘ ਨੂੰ ਹੁਕਮ ਕਰਦੇ ਨੇ ਸਾਹਿਬ ਸਿੰਘ ਤੂੰ ਦੱਸ ਸਾਹਿਬ ਸਿੰਘ ਨੇ ਇੱਕ ਅਰਜ਼ ਕੀਤੀ ਕਿੰਦਾ ਪਾਤਸ਼ਾ ਜਿੰਨਾ ਚਿਰ ਇਸ ਦੇਹ ਵਿੱਚ ਪ੍ਰਾਨ ਨੇ ਜਿੰਨਾ ਵੀ ਭਜਨ ਬਾਣੀ ਕਰਾਂਗੇ ਉਹ ਸਾਰਾ ਆਪ ਤੇ ਚਰਨਾ ਵਿੱਚ ਜਦੋਂ ਸਾਹਿਬ ਸਿੰਘ ਨੇ ਇਹ ਅਰਜ਼ ਕੀਤੀ ਸਾਹਸੰਗਤ ਜੀ ਉਸੇ ਵੇਲੇ ਮੀ ਬੰਦ ਹੋ ਗਿਆ ਸਾਹਿਬ ਸਿੰਘ ਜੀ ਸੂਬਿਆਂ ਦੇ ਸਿਰਮੌਰ ਸਨ ਸਾਹਿਬ ਸਿੰਘ ਜੀ ਵਾਸਤੇ ਅੰਗਰੇਜ਼ਾਂ ਨੇ ਇਹ ਗੱਲ ਆਖੀ ਸੀ ਕਿ ਜੇ ਸਤਗੁਰੂ ਰਾਮ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਰਾਜਨੀਤਿਕ ਪ੍ਰੋਗਰਾਮ ਨੂੰ ਅੱਗੇ ਕੋਈ ਤੋਰ ਸਕਦਾ ਤੇ ਉਹ ਆ ਸੂਬਾ ਸਾਹਿਬ ਸਿੰਘ ਤੋਰ ਸਕਦਾ ਉਸੇ ਤਰ੍ਹਾਂ ਹੀ ਨਵਾਏਗਾ ਅਸੀਂ ਅੱਜ ਤੱਕ ਇਹ ਸੂਬੇ ਸਾਹਿਬ ਸਿੰਘ ਦੇ ਦਿਲ ਦਾ ਭੇਦ ਨਹੀਂ ਜਾਣ ਸਕੇ ਇਹਦੇ ਦਿਲ ਵਿੱਚ ਕੀ ਹੈ ਇਹ ਇੰਨਾ ਤੇਜ ਬੁੱਧੀ ਵਾਲਾ ਇਹਦੇ ਮਨ ਦੀ ਗਤੀ ਐ ਇੰਨੀ ਤੇਜ ਇਹ ਆਪਣੇ ਇੰਤਜ਼ਾਮ ਕਰਦਾ ਕਿਉਂਕਿ ਜਿਹੜਾ ਡਾਕ ਦਾ ਪ੍ਰਬੰਧ ਸੀ ਸੂਬਾ ਸਾਹਿਬ ਸਿੰਘ ਨੇ ਦਿੱਤਾ ਹੋਇਆ ਸੀ ਡਾਕ ਦਾ ਪ੍ਰਬੰਧ ਇਸੇ ਕਰਕੇ ਦਿੱਤਾ ਸੀ ਡਾਕ ਜਿਹੜੀ ਸੀ ਉਹ ਗੁਪਤ ਕੋਡ ਵਿੱਚ ਜਾਂਦੀ ਸੀ ਜੇ ਕੋਈ ਰਸਤੇ ਵਿੱਚ ਖੋਲ ਵੀ ਲਿੰਦਾ ਸੀ ਤੇ ਜਿਹੜਾ ਰਸਤੇ ਵਿੱਚ ਸਿੱਖ ਲ ਜਾ ਰਿਹਾ ਉਹਨੂੰ ਨਹੀਂ ਸੀ ਪਤਾ ਲੱਗਦਾ ਕਿ ਇਹਦੇ ਵਿੱਚ ਕੀ ਲਿਖਿਆ ਇਹਦਾ ਮਤਲਬ ਕੀ ਹੈ ਕਿਉਂਕਿ ਸੂਬਾ ਸਾਹਿਬ ਸਿੰਘ ਜੀ ਨੇ ਪਹਿਲਾਂ ਸੂਬਿਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਕੋਡ ਸਮਝਾਏ ਹੁੰਦੇ ਸਨ ਵੀ ਜਦੋਂ ਆਹ ਕੋਡ ਲਿਖ ਕੇ ਆਏਗਾ ਉਹਦਾ ਆ ਮਤਲਬ ਹੋਏਗਾ ਪਹਿਲੀ ਗੱਲ ਤੇ ਉਹ ਲਿਖ ਕੇ ਘੱਟ ਭੇਜਦੇ ਸਨ ਮੂਹਜਬਾਨੀ ਪਾਠ ਉਹਨਾਂ ਦਾ ਹੁੰਦਾ ਸੀ ਤੇ ਜਿਹੜੇ ਆਪਣੇ ਸਿੱਖ ਸਨ ਉਹ ਇਸ ਤਰ੍ਹਾਂ ਡਾਕ ਲੈ ਕੇ ਜਾਂਦੇ ਸਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਦਾ ਮਤਲਬ ਕੀ ਹੈ ਉਸ ਤਰ੍ਹਾਂ ਗਾਂ ਦੀ ਗਾਂ ਬੋਲ ਕੇ ਅਗਲੇ ਨੂੰ ਦੱਸ ਦਿੰਦੇ ਸਨ ਉਹ ਅੱਗੇ ਗਾਂ ਲੈ ਜਾਂਦਾ ਸੀ ਕੂਕਿਆਂ ਦੀ ਡਾਕ ਇਹ ਲਕੂਕਾ ਪੋਸਟਲ ਹੈ ਇਹ ਲਕੂਕਾ ਡਾਕ ਸੀਗੀ ਅੰਗਰੇਜ਼ ਹਕੂਮਤ ਦੀ ਡਾਕ ਨਾਲੋਂ ਜ਼ਿਆਦਾ ਤੇਜ਼ ਸੀਗੀ ਅੱਗੇ ਜਾ ਕੇ ਪ੍ਰਸੰਗ ਆਏਗਾ ਕਿ ਉਹ ਕਿਸ ਤਰ੍ਹਾਂ ਤੇਜ਼ ਸੀ ਉਹ ਕਿਸ ਤਰ੍ਹਾਂ ਸਿੱਖ ਜਿਹੜੇ ਸੀ ਉਹ ਸਮਰਪਿਤ ਸਨ ਆਪਣੇ ਆਪ ਨੂੰ ਸਾਧ ਸੰਗਤ ਜੀ ਇਹੀ ਇੱਕ ਗੱਲ ਹੈ ਕਿ ਅਸੀਂ ਜਿੰਨਾ ਵੀ ਭਜਨ ਬਾਣੀ ਪਾਠ ਕਰਦੇ ਹਾਂ ਉਹ ਸਾਰਾ ਅਸੀਂ ਆਪਣੇ ਸਤਿਗੁਰ ਦੇ ਚਰਨਾਂ ਵਿੱਚ ਸਮਰਪਿਤ ਕਰਨਾ ਹੈ ਜੇ ਅਸੀਂ ਇਹ ਗੱਲ ਸੋਚ ਲਈਏ ਕਿ ਮੈਂ ਅੱਜ ਇਹਨਾਂ ਨਿਤਨੇਮ ਕੀਤਾ ਹੈ ਮੈਨੂੰ ਇਸ ਨਿਤਨੇਮ ਦਾ ਆ ਫਲ ਮਿਲ ਜਾਵੇ ਤੇ ਸਾਧ ਸੰਗਤ ਜੀ ਜੇ ਪਰਲੇ ਬੰਨੇ ਸਤਿਗੁਰ ਨੇ ਦੂਸਰੀ ਵਹੀ ਖੋਲ ਲਈ ਸਾਡੇ ਪਾਪਾਂ ਵਾਲੀ ਤੇ ਨਿਤਨੇਮ ਤੇ ਉਹਦੇ ਸਾਹਮਣੇ ਭਾਵੇਂ ਕੁਝ ਵੀ ਨਾ ਰਹਿ ਸਕੇ ਜੇ ਅਸੀਂ ਇੱਕ ਪਾਸੇ ਇਤਿਹਾਸ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਮਹਾਰਾਜਾ ਉਹਦਾ ਰਾਜੇ ਜਨਕ ਨੇ ਇੱਕ ਵਾਰੀ ਨਾਮ ਦਾ ਉਚਾਰਨ ਕੀਤਾ ਹੋਇਆ ਨਾਮ ਰੱਖਿਆ ਸੀ ਤੇ ਉਹਦੇ ਪਰਲੇ ਬੰਨੇ 18 ਨਰਕ ਖਾਲੀ ਹੋ ਗਏ ਉਹਦੇ پاس ਕੋਈ ਬਣਾ ਪੁੱਜੇ ਪ੍ਰਸਾਦ ਸਿੰਘ ਜੀ ਹੁਕਮ ਇਹ ਆ ਕਿ ਜਿਹੜਾ ਉਹ ਇੱਕ ਵਾਰੀ ਦਾ ਲਿਆ ਹੋਇਆ ਨਾਮ ਆ ਉਹ ਉਸ ਸੁਚੀ ਬਿਰਤੀ ਨਾਲ ਉਸ ਇੱਕਮਿਕ ਹੋ ਕੇ ਸਤਿਗੁਰੂ ਨਾਲ ਲਿਆ ਹੋਏਗਾ ਉਹ ਵਾਲਾ ਪ੍ਰਵਾਨ ਆ ਸਾਡੀਆਂ ਤੇ ਅੱਜ ਕੱਲ ਬਿਰਤੀਆਂ ਕਿਸੇ ਹੋਰ ਪਾਸੇ ਹੁੰਦੀਆਂ ਨੇ ਅਸੀਂ ਤੇ ਸਾਡੀਆਂ ਬਿਰਤੀਆਂ ਹੀ ਸਾਡੇ ਕਾਰਵਿਆਰ ਚ ਹੁੰਦੀਆਂ ਨੇ ਸਾਡੀ ਤੇ ਬਿਰਤੀ ਸਾਡੀ ਘੜੀ ਵੱਲ ਹੁੰਦੀ ਏ ਕਿ ਕਦੋਂ ਸਮਾਂ ਪੂਰਾ ਹੋ ਜੇ ਦਵਾ ਦਾ ਅਰਦਾਸ ਕਰੀਏ ਤੇ ਟਾਈਮ ਖਤਮ ਹੋਵੇ ਕੋਈ ਗੱਲਾਂ ਕਰੀਏ ਕੋਈ ਹੋਰ ਕਾਰਜ ਕਰੀਏ ਅਸੀਂ ਆਪਸ ਵਿੱਚ ਅਸੀਂ ਤੇ ਬਾਰ ਬਾਰ ਕੜੀਆਂ ਨੂੰ ਵੇਖਦੇ ਆਂ ਅਸੀਂ ਨਿਤਨੇਮ ਥੋੜੀ ਕਰ ਰਹੇ ਆ ਜਿਹੜਾ ਉਹ ਨਿਤਨੇਮ ਆ ਉਹ ਨਿਤਨੇਮ ਉਹ ਵਾਲਾ ਜਿਹੜਾ ਰੰਗ ਵਿੱਚ ਹੋ ਕੇ ਕੀਤਾ ਹੋਵੇ ਕਿਸੇ ਬੱਦੇ ਰੁੱਤੇ ਹੋ ਕੇ ਨਹੀਂ ਕਰਨਾ ਉਹ ਖੁਸ਼ੀ ਨਾਲ ਕਰਨਾ ਹੈ ਉਹ ਸ਼ੌਂਕ ਨਾਲ ਕਰਨਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਘਰ ਵਿਹਾਰ ਕਰਦੇ ਆਂ ਉਸ ਤੋਂ ਵੱਧ ਸ਼ੌਂਕ ਨਾਲ ਮਨ ਦੇ ਵਿੱਚੋਂ ਮੈਲ ਕੱਢ ਕੇ ਦੁਭਦਾ ਕੱਢ ਕੇ ਕਿਸੇ ਪ੍ਰਤੀ ਈਰਖਾ ਕੱਢ ਕੇ ਹੋਮੈ ਨੂੰ ਖਤਮ ਕਰਕੇ ਫੇਰ ਉਹ ਨਾਮ ਸਿਮਨ ਕਰਾਂਗੇ ਤੇ ਉਹ ਫੇਰ ਇੱਕ ਛਿਣ ਮਾਤਰ ਹੀ ਜਦੋਂ ਉਹਦਾ ਇੱਕ ਵਾਰੀ ਨਾਮ ਦਾ ਜਿਹੜਾ ਉਚਾਰਨ ਕੀਤਾ ਹੋਏਗਾ ਉਹੀ ਸਾਲੋਂ ਸਾਰਾ ਪਾਰ ਲਵਾ ਸਕਦਾ ਹੈ ਪਰ ਉਹਦੀਆਂ ਕੰਡੀਸ਼ਨਾਂ ਬੜੀਆਂ ਵੱਡੀਆਂ ਨੇ ਉਹਦੀਆਂ ਜੜੀਆਂ ਨੇ ਅ ਜਿਹੜੇ ਉਹਦੇ ਰੂਲਸ ਨੇ ਉਹ ਪਦਰੇ ਸਖਤ ਨੇ ਸਤਿਗੁਰੂ RAM ਸਿੰਘ ਜੀ ਜਦੋਂ ਇਸ ਤਰ੍ਹਾਂ ਸੂਬਾ ਸਾਹਿਬ ਸਿੰਘ ਜੀ ਨੇ ਆਪਣਾ ਅੱਗੇ ਵੀ ਆਉਣ ਵਾਲੇ ਜੀਵਨ ਦਾ ਭਜਨ ਬਾਣੀ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਸਮਰਪਣ ਕਰ ਦਿੱਤਾ ਸਾਡੇ ਭਜਨ ਬਾਣੀ ਨੇ ਜਾਂ ਸੂਬਾ ਸਾਹਿਬ ਸਿੰਘ ਦੇ ਭਜਨ ਬਾਣੀ ਨੇ ਨਹੀਂ ਉਹ ਮੀਰੋ ਗਿਆ ਹੋਏਗਾ ਇਹ ਤੇ ਸਿੱਖਾਂ ਨੂੰ ਸੱਚ ਪਾਛਾ ਜੀ ਦੱਸਣਾ ਸੀ ਇਹ ਵੀ ਇੱਕ ਕਲਾਸ ਆ ਸਿੱਖੀ ਦੀ ਇਹ ਵੀ ਇੱਕ ਸਮਰਪਣ ਭਾਵਨਾ ਆ ਸਿੱਖੀ ਦੀ ਮੈਂ ਮਿੰਟ ਦੋ ਰਹਿ ਗਏ ਨੇ ਮੈਂ ਅਰਜ ਬੇਨਤੀ ਕਰ ਦਵਾਂ ਸਾਹਿਬ ਸਿੰਘ ਦੇ ਚਰਨਾਂ ਵਿੱਚ ਸਤਿਗੁਰੂ ਸਤਿਗੁਰੂ ਜਜੀਤ ਸਿੰਘ ਜੀ ਦੇਦ ਆਵਲਾ ਕਰਗੇ ਸੱਚ ਪਾਸ਼ਾ ਜੀ ਦੇ ਦਾਉਲਾ ਕਰਗੇ ਸੱਚ ਪਾਸ਼ੇ ਦੀ ਦਾਉਲਾ ਕੀਤੇ ਦਸੰਬਰ ਵਿੱਚ ਜਨਵਰੀ ਵਿੱਚ ਇੱਥੇ ਨਿਊਯਾਰਕ ਵਿੱਚ ਕਿਸੇ ਨੂੰ ਭਜਨ ਅਮਰਤ ਸਿਕਾਉਣਾ ਸੀਗਾ ਉਹਨਾਂ ਦੇ ਘਰ ਬੱਚੇ ਹੋਏ ਸਨ ਅਮਰਤ ਸਿਕਾਉਣਾ ਸੀ ਮੈਨੂੰ ਪ੍ਰਧਾਨ ਜੀ ਦਾ ਫੋਨ ਆਇਆ ਸੰਤ ਬਲਵਿੰਦਰ ਸਿੰਘ ਦੇ ਪੁੱਤਰੇ ਪੁੱਤਰੀ ਹੋਏ ਸਨ ਉਹਨਾਂ ਦੇ ਘਰ ਉਹਨਾਂ ਨੂੰ ਅਮਰਤ ਸਿਕਾਉਣਾ ਸੀ ਤੇ ਉਹ ਕਹਿੰਦੇ ਜੀ ਅਮਰਤ ਸਿਕਾ ਦੋਗੇ ਮੈਂ ਕਿਹਾ ਜੀ ਮੈਂ ਅਮਰਤ ਸ਼ਕਾ ਸਕਦਾ ਪਰ ਮੈਨੂੰ ਭਜਨ ਦੇਣ ਦਾ ਹੁਕਮ ਨਹੀਂ ਹੈਗਾ ਕੁਦਰਤੀ ਉਦੋਂ ਆਪਣਾ ਇੱਥੇ ਨਿਊਯਾਰਕ ਵਿੱਚ ਪਤਾਜੀ ਵੀ ਨਹੀਂ ਸਨ ਪਤਾਜੀ ਦੇ ਭੈਣੀ ਸਾਹਿਬ ਪਾਸ਼ਾ ਜੀ ਕੋਲ ਸਨ ਭਾਜੀ ਵੀ ਨਹੀਂ ਸਨ ਇੱਥੇ ਨਿਊਯਾਰਕ ਵਿੱਚ ਹੈਗੇ ਸਦਰਸ਼ਨ ਭਾਜੀ ਉਹਨਾਂ ਨੂੰ ਵੀ ਹੁਕਮ ਹੈਗਾ ਭਜਨ ਦੇਣ ਦਾ ਉਹ ਵੀ ਬਾਹਰ ਗਏ ਹੋਏ ਸਨ ਮੈਂ ਕਿਹਾ ਜੀ ਮੈਂ ਭਜਨ ਨਹੀਂ ਦੇ ਸਕਦਾ ਇਸ ਕਰਕੇ ਅਮਰਤ ਮੈਂ ਸ਼ਕਾ ਸਕਦਾ ਪਰ ਭਜਨ ਨਹੀਂ ਮੈਂ ਦੇ ਸਕਦਾ ਉਹਨਾਂ ਨੇ ਆਖਿਆ ਵੀ ਕੋਈ ਗੱਲ ਨਹੀਂ ਅਸੀਂ ਸੱਚ ਪਾਸ਼ਾ ਨੂੰ ਅਰਜ਼ ਕਰ ਦਿੰਦੇ ਆ ਕਮੇਟੀ ਵੱਲੋਂ ਇੱਕ ਪ੍ਰਧਾਨ ਜੀ ਨੇ ਆਖਿਆ ਵੀ ਅਸੀਂ ਅਰਜ਼ ਕਰ ਦਿੰਦੇ ਆ ਕਿ ਤੁਹਾਨੂੰ ਤੈਨੂੰ ਭਜਨ ਦੀ ਆਗਿਆ ਲੈ ਦਿੰਨੇ ਆ ਫਿਰ ਤੂੰ ਭਜਨ ਦੇ ਦੀ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਸੰਤ ਜੀ ਮੈਂ ਆਪ ਹੀ ਕਰ ਲੈ ਨਰਜ ਤੇ ਜਿਸ ਤਰ੍ਹਾਂ ਵੀ ਹੁਕਮ ਹੋਏਗਾ ਮੈਂ ਦੱਸ ਦਾਂਗਾ ਮੇਰੇ ਮਨ ਚ ਇਹ ਸੀਗਾ ਵੀ ਪਿਤਾ ਜੀ ਸੱਚ ਪਾਛੇ ਦੇ ਕੋਲ ਨੇ ਸਤਿਗੁਰੂ ਦੇ ਸਿੰਘ ਜੀ ਪਿਤਾ ਜੀ ਨਾਲ ਬਹੁਤ ਪਿਆਰ ਰੱਖਦੇ ਨੇ ਉਹਨਾਂ ਨੇ ਤਾਂ ਸਾਨੂੰ ਆਗਿਆ ਦੇ ਹੀ ਦੇਣੀ ਹੈ ਇਹ ਕਿਹੜੀ ਗੱਲਾਂ ਚ ਗੱਲ ਹੈ ਇਹ ਅਸੀਂ ਆਗਿਆ ਆਪ ਹੀ ਲੈ ਸਕਦੇ ਆ ਕਮੇਟੀ ਵੱਲੋਂ ਐਵੇਂ ਅਖਵਾਉਣ ਦੀ ਕੀ ਲੋੜ ਐ ਇੱਥੇ ਹੋਰ بڑے ਸ੍ਰੀ ਜਿਹੜੇ ਭਜਨ ਦੇ ਹੀ ਲਿੰਦੇ ਨੇ ਪਰ ਕੁਦਰਤੀ ਅੱਜ ਨਹੀਂ ਹੋਇਆ ਗਏ ਇੱਥੇ ਮੈਂ ਦੇ ਦਾਂਗਾ ਭਜਨ ਕੋਈ ਗੱਲ ਨਹੀਂ ਮੈਂ ਆਪ ਹੀ ਆਗਿਆ ਲੈ ਲਵਾਂਗਾ ਮੈਂ ਪਤਾ ਜੀ ਨੂੰ ਆਖਿਆ ਵੀ ਅਰਜ਼ ਕਰੋ ਇਹ ਜੇ ਮੈਂ ਭੁੱਲਦਾ ਨਹੀਂ ਤੇ ਜਨਵਰੀ ਦੀ ਗੱਲ ਹੈ ਦਸੰਬਰ ਚ ਦੇ ਦਾਵਲਾ ਕੀਤਾ ਜਨਵਰੀ ਦਾ ਇਹ ਬਚਨੇ ਆ ਸਚਪਾਸ਼ਾ ਜੀ ਨੂੰ ਜਨਵਰੀ ਵਿੱਚ ਅਰਜ਼ ਕੀਤੀ 2013 ਵਿੱਚ ਗਰੀਵਨਵਾ ਜੀ ਵੀ ਉੱਥੇ ਪਤਾ ਜੀ ਨੇ ਅਰਜ਼ ਕੀਤੀ ਵੀ ਅਮਰਤ ਛਕਾਉਣਾ ਤੇ ਸਾਰਮਖ ਨੇ ਅਮਰਤ ਛਕਾਉਣਾ ਨੂੰ ਭਜਨ ਦੇਣ ਦਾ ਹੁਕਮ ਨਹੀਂ ਹੈਗਾ ਜੇ ਆਗਿਆ ਹੋਵੇ ਤੇ ਉਹ ਭਜਨ ਦੇ ਸਕਦਾ ਸਚਪਾਉਂ ਕੀਤਾ ਪਤਾ ਜੀ ਨੂੰ ਕਿ ਸੁਖਦੇਵ ਤੂੰ ਜਦੋਂ ਜਾਣਾ ਹੈ ਨਾ ਤੇ ਤੂੰ ਜਾ ਕੇ ਛਕਾ ਦੇ ਤੂੰ ਕਦੋਂ ਜਾਣਾ ਹੈ ਪਤਾ ਜੀ ਕਹਿੰਦੇ ਜੀ ਮੈਂ ਤਾਂ ਹਲੇ ਇੱਕ ਮਹੀਨੇ ਨੂੰ ਜਾਣਾ ਹੈ ਜਾਂ ਕੁਝ ਦੱਸਿਆ ਪਤਾ ਜੀ ਨੇ ਟਾਈਮ ਲਾ ਜਾਣਾ ਹੈ ਸੱਚ ਪਾਸ਼ਾ ਜੀ ਹੁਕਮ ਕਰਦੇ ਕੋਈ ਗੱਲ ਨਹੀਂ ਜਾ ਕੇ ਛਕਾ ਦੇ ਪਤਾ ਜੀ ਕਹਿੰਦੇ ਜੀ ਉਹ ਘਰ ਵਾਲੇ ਕਹਿ ਰਹੇ ਨੇ ਕਿ ਛੇਤੀ ਅੰਮ੍ਰਿਤ ਛਕਾ ਦਿਓ ਅੱਗੇ ਸਮਾਂ ਕਾਫੀ ਹੋ ਗਿਆ ਸੱਚ ਪਾਸ਼ਾ ਜੀ ਹੁਕਮ ਕਰਦੇ ਨੇ ਕੋਈ ਹੋਰ ਨਹੀਂ ਹੈਗਾ ਉੱਥੇ ਤੇ ਪਤਾ ਜੀ ਨੇ ਅਰਜ਼ ਕੀਤੀ ਜੀ ਉੱਥੇ ਗਰੀਬ ਨਿਵਾਜ਼ ਜੀ ਦਾ ਰਜਾ ਨਹੀਂ ਸੀ ਮੈਨੂੰ ਆਗਿਆ ਦੇਣ ਦੀ ਮੈਨੂੰ ਲੱਗਦਾ ਵੀ ਸ਼ਾਇਦ ਇਹ ਪਹਿਲੀ ਅਰਜ਼ ਹੋਏਗੀ ਕੀ ਗੁਰੂ ਸਾਹਿਬ ਸਾਗੂ ਜੀ ਉਹਦੇ ਸੰਜੀ ਵਾਸਤੇ ਵੀ ਉਹ ਕਿਸੇ ਨੂੰ ਇਸ ਤਰ੍ਹਾਂ ਦਾ ਹੁਕਮ ਕਰਨ ਦੀ ਤੂੰ ਭਜਨ ਦੇ ਲੈ ਜਾਂ ਤੇਨੂੰ ਵੀ ਕੋਈ ਆਗਿਆ ਦਿੱਤੀ ਜਾਂਦੀ ਹੈ ਮੈਨੂੰ ਲੱਗਦਾ ਵੀ ਸ਼ਾਇਦ ਇਹ ਪਹਿਲੀ ਵਾਰੀ ਸੱਚ ਪਾਸੇ ਆਗਿਆ ਦੇਣੀ ਹੋਏਗੀ ਪਰ ਪਾਸ਼ਾ ਸਾਹਿਬ ਦੀ ਰਜਾ ਨਹੀਂ ਸੀ ਆਗਿਆ ਦੇਣ ਦੀ ਹੱਲੇ ਕਿਉਂਕਿ ਜਦੋਂ ਸਤਿਗੁਰੂ ਜਜੀਤ ਸਿੰਘ ਜੀ ਗੱਦੀ ਤੇ ਬੈਠੇ ਉਦੋਂ ਵੀ ਕਿਸੇ ਨੇ ਪੁੱਛਿਆ ਵੀ ਹੁਣ ਤੁਸੀਂ ਕੀ ਕਰੋਗੇ ਪੰਥ ਵਾਸਤੇ ਉਹਨਾਂ ਨੇ ਹੁਕਮ ਕੀਤਾ ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪੂਰਨਿਆਂ ਤੇ ਚੱਲਣਾ ਹੈ ਸੀ ਉਹਨਾਂ ਨੇ ਸਾਨੂੰ ਬੜਾ ਕੁਝ ਦੱਸਿਆ ਇਸੇ ਤਰ੍ਹਾਂ ਜਦੋਂ ਸਾਗੂਦੇ ਸਿੰਘ ਜੀ ਦੀ ਗੱਦੀ ਤੇ ਬਿਰਾਜਮਾਨ ਹੋਏ ਉਹਨਾਂ ਨੂੰ ਮੀਡੀਆ ਨੇ ਪੁੱਛਿਆ ਕਿ ਤੁਸੀਂ ਹੁਣ ਕੀ ਨਵਾਂ ਨਾਮ ਧਾਰੀ ਪੰਥ ਵਾਸਤੇ ਕਰੋਗੇ ਤੇ ਸੱਚ ਪਾਸ਼ਾ ਹੁਕਮ ਕੀਤਾ ਕਿ ਜਿਹੜੀਆਂ ਲੀਕਾਂ ਜਿਹੜੀਆਂ ਪੜਾਂ ਸਤਿਗੁਰੂ ਜਜੀਤ ਸਿੰਘ ਜੀ ਨੇ ਪਾ ਦਿੱਤੀਆਂ ਨੇ ਉਸੀ ਉਹਨਾਂ ਦੇ ਉੱਤੇ ਚੱਲ ਰਹੀ ਐ ਇੰਨਾ ਹੀ ਬੜਾਇਆ ਸਾਨੂੰ ਨਵਾਂ ਕੁਝ ਨਹੀਂ ਕਰਨ ਦੀ ਲੋੜ ਇਹ ਆ ਸਮਰਪਣ ਭਾਵਨਾ ਆਪਣੇ ਸਤਿਗੁਰੂ ਦੀ ਪ੍ਰਤੀ ਸਚਪਾਸ਼ਾ ਜੀ ਨਹੀਂ ਸੀ ਕਰਦਾ ਕਿ ਆਗਿਆ ਦਿੱਤੀ ਜਾਵੇ ਚਲੋ ਸਚਪਾਸ਼ਾ ਜੀ ਦੋ ਤਿੰਨ ਵਾਰੀ ਇਦਾਂ ਹੁਕਮ ਕੀਤਾ ਫਿਰ ਸਚਪਾਉਂ ਕੀਤਾ ਵੀ ਚਲੋ ਜੇ ਨਹੀਂ ਕੋਈ ਹੋਰ ਹੈਗਾ ਨਾ ਫਿਰ ਉਹ ਇਸ ਤਰ੍ਹਾਂ ਕਰਿਆ ਕਰੇ ਉੱਥੇ ਭਜਣ ਦਵੇ ਜਿੱਥੇ ਕੋਈ ਹੋਰ ਸਿੱਖ ਨਹੀਂ ਹੈਗਾ ਪਤਾਰੀ ਕੰਦਰ ਜੀ ਸਤਿਬੰਦ ਜੀ ਸਾ ਸੰਗਤ ਜੀ ਮੈਂ ਇਹ ਬਚਨ ਜਦੋਂ ਸੁਣਿਆ ਸਤਿ ਪਤਨ ਜੀ ਇੱਚ ਅਗਿਆ ਵੀ ਹੈਗੀ ਤੇ ਨਹੀਂ ਵੀ ਹੈਗੀ ਦੋਵੇਂ ਗੱਲਾਂ ਨੇ ਪਰ ਮੈਨੂੰ ਇਹਦੇ ਵਿੱਚ ਇੱਕ ਬੜੀ ਵਧੀਆ ਚੀਜ਼ ਦਿਸੀ ਮੈਨੂੰ ਮੇਰਾ ਜੀ ਕਰਦਾ ਵੀ ਇਹ ਸਦਾ ਮੇਰੇ ਉੱਤੇ ਇਹੀ ਗੱਲ ਬਣੀ ਰਹੇ ਮੈਂ ਕਿਸੇ ਨੂੰ ਭਜਨ ਨਾ ਦੇ ਸਕਾਂ ਕਿਸੇ ਦੇ ਸਾਹਮਣੇ ਭਾਵ ਜਿਹੜੇ ਸਿੱਖ ਸਤਗੁਰੂ ਜਜੀਤ ਸਿੰਘ ਜੀ ਦੇ ਥਾਪੇ ਹੋਏ ਨੇ ਭਜਨ ਦੇਣ ਵਾਲੇ ਉਹਨਾਂ ਦੇ ਸਾਹਮਣੇ ਮੇਰੀ ਵੈਲਿਊ ਜ਼ੀਰੋ ਆ ਪਰ ਜਿੱਥੇ ਮੈਂ ਇਕੱਲਾ ਆ ਉੱਥੇ ਮੈਂ ਸਿਰਫ ਦੇ ਸਕਦਾ ਜਿੱਥੇ ਕੋਈ ਹੋਰ ਨਹੀਂ ਹੈਗਾ ਇਸ ਬਚਨ ਵਿੱਚੋਂ ਸਤਿਗੁਰੂ ਉਹਦੇ ਸਿੰਘ ਜੀ ਦੀ ਸਮਰਪਣ ਭਾਵਨਾ ਆਪਣੇ ਸਤਿਗੁਰੂ ਜਜੀਤ ਸਿੰਘ ਜੀ ਪ੍ਰਤੀ ਆਉਂਦੀ ਏ ਕਿ ਉਹਨਾਂ ਦਾ ਜੀ ਨਹੀਂ ਕਰਦਾ ਕਿ ਮੇਰਾ ਵੀ ਸਿੱਖ ਜਿਹੜਾ ਥਾਪਿਆ ਹੋਇਆ ਉਹ ਸਤਿਗੁਰੂ ਜਜੀਤ ਸਿੰਘ ਦੇ ਸਿੱਖਾਂ ਨਾਲ ਉੱਤੇ ਜਾਵੇ ਇੰਨੀ ਛੇਤੀ ਅਕਸਰ ਨੂੰ ਅੱਜ ਸੱਚ ਪਾਛਾਈ ਸੂਬੇ ਵੀ ਥਾਪ ਰਹੇ ਨੇ ਨਵੀਆਂ ਕਮੇਟੀਆਂ ਬਣ ਰਹੀਆਂ ਨੇ ਸਾਰੇ ਕਾਰਜ ਕਰ ਰਹੇ ਨੇ ਕੋਈ ਕਰਨਾ ਹੀ ਨਹੀਂ ਪਰ ਇੱਕਦਮ ਇੰਨੀ ਛੇਤੀ ਇਸ ਤਰ੍ਹਾਂ ਦੇ ਕਾਰਜ ਕਰਨ ਨੂੰ ਉਹਨਾਂ ਦਾ ਮਨ ਨਹੀਂ ਸੀ ਕਰਦਾ ਮੈਂ ਮੈਂ ਇਹ ਬੜਾ ਸੋਚ ਕੇ ਕਿever ਖੁਸ਼ ਹੁਣਾ ਕਿ ਮੈਨੂੰ ਇਹ ਬਚਨ ਜਿਹੜਾ ਮਿਲਿਆ ਸਤਿਗੁਰੂ ਦੇ ਸਿੰਘ ਦਾ ਵੀ ਤੂੰ ਉਹਨਾਂ ਸਿੱਖਾਂ ਦੇ ਸਾਹਮਣੇ ਨਹੀਂ ਭਜਨ ਦੇ ਸਕਦਾ ਜਿਹੜੇ ਸਤਿਗੁਰੂ ਜੀ ਸਿੰਘ ਜੀ ਥਾਪੇ ਹੋਏ ਨੇ ਇਸ ਤਰ੍ਹਾਂ ਇਹ ਜਿਹੜੀ ਸਮਰਪਣ ਭਾਵਨਾ ਹੈ ਨਾ ਇਹ ਸਤਿਗੁਰ ਹੀ ਸਿੱਖਾਂ ਨੂੰ ਸਿਖਾਉਂਦਾ ਆ ਕਿ ਤੁਹਾਡੇ ਵਿੱਚ ਆਪਣੇ ਸਤਿਗੁਰੂ ਪ੍ਰਤੀ ਕਿਸ ਤਰ੍ਹਾਂ ਦੀ ਸਮਰਪਣ ਭਾਵਨਾ ਚਾਹੀਦੀ ਹੈ ਅੱਜ ਸੂਬਾ ਸਾਹਿਬ ਸਿੰਘ ਜੀ ਨੇ ਆਪਣਾ ਸਾਰਾ ਕੁਝ ਹੀ ਅਰਪਣ ਕਰ ਦਿੱਤਾ ਅਸੀਂ ਵਾਕਈ ਕੀ ਕਰਨਾ ਉਸ ਭਜਨ ਬਾਣੀ ਦਾ ਸਾਨੂੰ ਕੀ ਪਤਾ ਉਸ ਭਜਨ ਬਾਣੀ ਦਾ ਕਿ ਕੀ ਪੋਨਿਆ ਕੀ ਪਾਪ ਆ ਇਹ ਤੇ ਸਿਰਫ ਸਤਿਗੁਰ ਜਾਣਦਾ ਜਦੋਂ ਅਸੀਂ ਆਪਣਾ ਸਾਰਾ ਕੁਝ ਆਪਣੇ ਸਤਿਗੁਰ ਦੇ ਚਰਨਾਂ ਵਿੱਚ ਅਰਪਣ ਕਰ ਦੇਵਾਂਗੇ ਉਹ ਥੋੜੇ ਜਿਹੇ ਦਾ ਵੀ ਸਾਨੂੰ ਬਹੁਤ ਕਰਕੇ ਕਿਰਪਾ ਕਰ ਦੇਣਗੇ ਸਾਡੇ ਤੇ ਸਚ ਪਾਸ਼ਾ ਜੀ ਇਥੋਂ ਅੱਗੇ ਜਾਂਦੇ ਨੇ ਸਤਿਗੁਰੂ ਰਾਮ ਸਿੰਘ ਜੀ ਦੀ ਰਾਗੀ ਸਾਹਿਬ ਦਿੱਤੂ ਗੁਰੂ ਰਾਮ ਸਿੰਘ ਜੀ ਇੱਕ ਅੰਬ ਦੇ ਸਿੱਕੜ ਨੂੰ ਛਿਲਿਆ ਉਹਦੇ ਵਿੱਚ ਜਲ ਪਾਇਆ ਤੇ ਉਹਨੂੰ ਕੁੱਟਿਆ ਕੁੱਟ ਕੇ ਅੰਮ੍ਰਿਤ ਵਾਂਗੂ ਬਣਾਇਆ ਤੇ ਉਹਦੇ ਵਿੱਚ ਸਵਈਏ ਪਾੜਦੇ ਤੇ ਨਾਲ ਜਦੋਂ ਅੰਮ੍ਰਿਤ ਉਹ ਇਸ ਤਰ੍ਹਾਂ ਤਿਆਰ ਕਰਕੇ ਨਾ ਤੇ ਸਾਗੂ ਰਾਮ ਸਿੰਘ ਜੀ ਹੁਕਮ ਕਰਦੇ ਨੇ ਲਿਆ ਪਾਈ ਦਿੱਤੂ ਰਾਗੀ ਇਹ ਹੁਣ ਛੁੱਟਣ ਵਾਲੀ ਚੀਜ਼ ਨਹੀਂ ਬਣ ਗਈ ਆ ਤੈਨੂੰ ਰਾਗ ਪਿਆਈਏ ਗੁਰੂ ਸਾਹਿਬ ਹੁਕਮ ਕਰਦੇ ਨੇ ਸਾਰੇ ਸੰਸਾਰ ਦੀ ਸਤਿਆ ਇਹਦੇ ਵਿੱਚ ਪਾ ਦਿੱਤੀ ਏ ਤੂੰ ਇਹ ਸ਼ਕਲ ਹੈ ਭਾਈ ਤੇਰੀ ਆਵਾਜ਼ ਕਦੀ ਵੀ ਨਹੀਂ ਬੈਠੇਗੀ ਉਸ ਰਾਗੀ ਦਿੱਤੂ ਜੀ ਨੇ ਉਹ ਛਕਿਆ ਸਤਿਗੁਰੂ ਜਿਹੜਾ ਆਪਣੇ ਭਾਈ ਸੰਤੋਖ ਸਿੰਘ ਜੀ ਬਾਹਵਾਲ ਜੀ ਨੇ ਉਹ ਕਹਿੰਦੇ ਨੇ ਕਿ ਮੈਂ ਆਪਣੀ ਅੱਖੀਂ ਵੇਖਿਆ ਕਿ ਉਹ ਉਹਨਾਂ ਨੇ ਜਦੋਂ ਛਕ ਲਿਆ ਉਸ ਤੋਂ ਬਾਅਦ ਜਦੋਂ ਕੋਈ ਆਦਮੀ ਤੁਸੀਂ ਦੇਖਿਓ ਕੋਈ ਕਲਾਕਾਰ ਜਿਹੜੇ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਨਾ ਉਹ ਫਿਰ ਉੱਪਰਲੇ ਸੁਰ ਨਹੀਂ ਲਾ ਸਕਦੇ ਸਾਥ ਉੱਪਰ ਜਾਣਾ ਔਖਾ ਜਾਂਦਾ ਉਹਨਾਂ ਲਈ ਉਹ ਜਾ ਨਹੀਂ ਸਕਦੇ ਪਰ ਜਿਹੜੇ ਰਾਗੀ ਆਪਣੇ ਸੰਨ ਭਾਈ ਦਿੱਤੂ ਜੀ ਉਹਨਾਂ ਦੀ ਪੂਰੀ ਅਖੀਰਲੀ ਉਮਰ ਤੱਕ ਉੱਪਰਲੇ ਸੁਰਾਂ ਤੱਕ ਪੰਚਮ ਸੁਰਾਂ ਤੱਕ ਆਵਾਜ਼ ਜਾਂਦੀ ਸੀ ਜਿਸ ਤਰ੍ਹਾਂ ਬੱਚਿਆਂ ਦੀ ਜਾਂਦੀ ਹੈ ਉਹਨਾਂ ਦਾ ਸੁਰ ਨਹੀਂ ਸੀ ਬੈਠਾ ساری ਉਮਰ ਨਾਲ ਸਚਪਾਸ਼ਾ ਜੀ ਦੇ ਦੂਸਰੇ ਸਿੱਖ ਸੰਤ ਰਾਗੀ ਸਨ ਆਪਣੇ ਵੀ ਸੁਧ ਸਿੰਘ ਜੀ ਉਹਨਾਂ ਨੇ ਅਰਜ਼ ਕੀਤੀ ਜੀ ਇਹਨੂੰ ਤੇ ਤੁਸੀਂ ਪਿਆ ਦਿੱਤਾ ਤੇ ਮੇਰੇ ਵਾਸਤੇ ਕੀ ਹੈ ਗੁਰੂ ਰਾਮ ਸਿੰਘ ਜਿਹੜਾ ਉਹ ਸਿਰਕੜਾ ਸੀਗਾ ਉਹ ਮਾਰਿਆ ਸੱਚ ਭੰਗ ਤਾਂ ਤੂੰ ਵੀ ਦੇ ਵਾਂਗੂ ਆਕੜਿਆ ਰਿਆ ਕਰੇਂਗਾ ਸਾਰੀ ਉਮਰ ਸਾਧ ਸੰਗਤ ਜੀ ਉਹ ਸਾਰੀ ਉਮਰ ਕਦੀ ਜਵੇਂ ਬਜ਼ੁਰਗ ਵੇਖਦੇ ਨਾ ਤੁਸੀਂ ਢਿੱਲੇ ਹੋ ਜਾਂਦੇ ਨੇ ਕਈਆਂ ਦੀ ਬੈਂਡ ਹੋ ਜਾਂਦੇ ਨੇ ਸ਼ੋਲਡਰ ਡਾਊਨ ਹੋ ਜਾਂਦੇ ਨੇ ਉਹ ਸਾਰੀ ਉਮਰ ਇੱਕਦਮ ਇੱਕਦਮ ਆਕੜੇ ਰਹੇ ਹੋ ਉਹ ਕਦੀ ਵੀ ਸਰੀਰ ਵਿੱਚ ਉਹ ਪਨ ਨਹੀਂ ਆਇਆ ਕਿ ਜਿੱਥੋਂ ਫੀਲ ਹੋਵੇ ਕਿ ਤੇ ਬਜ਼ੁਰਗ ਹੋ ਗਏ ਨੇ ਇਸ ਤਰ੍ਹਾਂ ਸਤਗੁਰੂ ਰਾਮ ਸਿੰਘ ਜੀ ਸਿੱਖਾਂ ਨੂੰ ਵਰਦਾਨ ਦਿੰਦੇ ਨੇ ਤੇ ਹਰ ਦوار ਜਾ ਰਹੇ ਨੇ ਹੁਣ ਸਾਧ ਸੰਗਤ ਜੀ ਸਮਾਪਤ ਹੈ ਸਾਧ ਸੰਗਤ ਦੇ ਚਰਨਾਂ 'ਚ ਇਸ ਤੋਂ ਅੱਗੇ ਕਿਸ ਤਰ੍ਹਾਂ ਸੱਚ ਪਾਸ਼ਾ ਜੀ ਸਿੱਖਾਂ ਦੇ ਨਾਲ ਵਿਚਰ ਰਹੇ ਨੇ ਕਿਸ ਤਰ੍ਹਾਂ ਬਚਨ ਬਲਾਸ ਕਰਦੇ ਨੇ ਉਹ ਕੱਲ ਨੂੰ ਸਾਧ ਸੰਗਤ ਦੇ ਚਰਨਾਂ 'ਚ ਅਰਜ ਬੇਨਤੀ ਕਰਾਂਗੇ ਮੈਂ ਇੰਨਾ ਕੁਝ ਹੀ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਨੂੰ ਖਿਮਾ ਦਾ ਜਾਚਕਾ ਸਤ